ਸਤ ਬੰਦਨ ਅਨਕਬਾਰ ਸਰਬ ਕਲਾ ਸਮਰਾਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ। ਹਉ ਸ਼ਹੀਦਾਂ ਦੇ ਸਰਤਾਜ ਧਿਆਵਾਂ ਪੰਜਵੇਂ ਸਤਿਗੁਰ ਅਰਜਣਾ ਤੱਤੀ ਤਵੀ ਦਿਲਾ ਸਮਾਧੀ ਲੱਗੇ ਜ਼ੁਲਮ ਨੂੰ ਵਰਜਣਾ। ਹੋ ਮਰਦੀ ਅਕਾਲੀ ਸੰਤ ਸਪਾਹੀ ਬਣ ਗਏ ਧਰਮ ਪੁਜਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ। ਹੋ ਸ਼ਹੀਦਾਂ ਦੇ ਸਰਤਾਜ ਧਿਆਵਾਂ ਪੰਜਵੇਂ ਸਤਿਗੁਰ ਅਰਜਣਾ ਤੱਤੀ ਤਵੀ ਦਿਲਾ ਸਮਾਧੀ ਲੱਗੇ ਜ਼ੁਲਮ ਨੂੰ ਵਰਜਣਾ। ਹੋ ਮਰਦੀ ਅਕਾਲੀ ਸੰਤ ਸਪਾਹੀ ਬਣ ਗਏ ਧਰਮ ਪੁਜਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ। ਛੇਵੇਂ ਸਤਿਗੁਰ ਹਰਗੋਬਿੰਦ ਨੇ ਪੈਨੀਆਂ ਦੋ ਤਲਵਾਰਾਂ ਮੇਰੀ ਪੀਰੀ ਪਾ ਤਲਵਾਰਾਂ ਚੰਦੂ ਨੂੰ ਫੇਰਿਆ ਵਿੱਚ ਬਜਾਰਾਂ। ਹੋ ਸੱਜੇ ਪਾਸੇ ਰਹੇ ਜਿਨ੍ਹਾਂ ਦੇ ਬਿਧੀ ਚੰਦ ਬਲਕਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ। ਪੰਡਤਾਂ ਦੀ ਫਰਿਆਦ ਮੰਨ ਕੇ ਤੁਰ ਪਏ ਸਤਿਗੁਰ ਨਾਵੇ ਦਿੱਲੀ ਚੌਂਕ ਚਾਂਦਨੀ ਅੰਦਰ ਬੈਠੇ ਤੇਗ ਦਿਸ਼ਾਵੇ। ਹੋ ਮਤੀ ਦਾਸ ਤੇ ਭਾਈ ਦਿਆਲੇ ਸਖਤੀ ਨਾਲ ਸਹਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ। ਹੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਲਾਲ ਕੌਮ ਤੋਂ ਵਾਰੇ ਦੋ ਚਮਕੌਰ ਤੇ ਦੋ ਸਰਹੰਦ ਵਿੱਚ ਹੱਸ ਤੋਰ ਤੇ ਚਾਰੇ। ਹੋ ਅੰਮ੍ਰਿਤ ਪਾਣ ਕਰਾ ਗਏ ਸਭ ਨੂੰ ਡਿੱਗੀ ਕੌਮ ਉਬਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ। ਹੋ ਬੰਦਾ ਸਿੰਘ ਬਹਾਦਰ ਯੋਧੇ ਜਾ ਸਰਹੰਦ ਨੂੰ ਉਠਾਇਆ ਜਿੰਨਾ ਸਾਡੀ ਅਣਖ ਵੰਗਾਰੀ ਉਹਨਾਂ ਨੂੰ ਸਮਝਾਇਆ। ਹੋ ਮੰਦਰ ਸਾਹਿਬ ਦੀ ਦੀਪ ਸਿੰਘ ਨੇ ਸਿਰ ਦੇ ਸ਼ਾਨ ਸਵਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ। ਸਿੱਖ ਰਾਜ ਦੀ ਮਹਾਰਾਜੇ ਰਣਜੀਤ ਨੇ ਵਾਗ ਸੰਭਾਲੀ ਹਰੀ ਸਿੰਘ ਜਰਨੈਲ ਜਿਨ੍ਹਾਂ ਦਾ ਫੂਲਾ ਸਿੰਘ ਅਕਾਲੀ। ਹੋ ਪਾਈ ਸ਼ਹੀਦੀ ਜਾ ਸਬਰਾਵੀ ਸ਼ਾਮ ਸਿੰਘ ਅਟਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ। ਹੋ ਇਸ ਦੇਸ਼ ਦੀ ਰੱਤ ਪੀਣ ਲਈ ਜਦੋਂ ਸੋਚਿਆ ਗੈਰਾ ਅੱਤ ਜ਼ੁਲਮ ਦੀ ਰੋਕਣ ਖਾਤਰ ਜਿੰਨਾ ਚਲਾਈਆਂ ਲਹਿਰਾਂ। ਹੋ ਤੋਰ ਤੇ ਇਸ ਦੇਸ਼ ਚ ਜਿੰਨਾ ਨੇ ਗੋਰੇ ਹੰਕਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ
ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ। ਉਹ ਸਾਡੇ ਯੋਧੇ ਸਿੰਘ ਸੂਰਮੇ ਕਰ ਗਏ ਨੇ ਕੁਰਬਾਨੀ, ਊਧਮ ਸਿੰਘ ਇੰਗਲੈਂਡ ਚ ਕਰ ਗਿਆ ਦੇਸ਼ ਦੀ ਕੈਮ ਨਿਸ਼ਾਨੀ। ਉਹ ਮੁੜਨਾ ਆਇਆ ਇੱਧਰ ਸਾਡੀ ਜਿਸਨੇ ਅਣਖ ਵੰਗਾਰੀ, ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ, ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ। ਹੋ ਸ਼ਮਾ ਦੇਖ ਕੇ ਆਉਂਦੇ ਰੇ ਜੋ ਬਣ ਕੌਮੀ ਪਰਵਾਨੇ, ਦੱਸ ਦਿੱਤਾ ਜਾਬਰ ਨੂੰ ਇੱਥੇ ਰਹਿ ਨਾ ਸਕਣ ਬਗਾਨੇ। ਹੋ ਇਸ ਦੇਸ਼ ਦੀ ਰਲ ਕੇ ਜਿੰਨਾ ਕੀਤੀ ਨਵੀਂ ਉਸਾਰੀ, ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ, ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ। ਉਹ ਕਹਿੰਦਾ ਮਸਤ ਜਗੀਰ ਜਦੋਂ ਵੀ ਦੁਸ਼ਮਣ ਕੀਤੇ ਹੱਲੇ, ਕਈ ਜਸਮਾਂ ਨਾਲ ਬੰਬ ਬੰਨ ਕੇ ਪੈ ਗਏ ਟੈਂਕਾਂ ਥੱਲੇ। ਹੋ ਮਹਿੰਦਰ ਸਿੰਘ ਜਸਵੀਰ ਸਿੰਘ ਦੀ ਸਿਫਤ ਕੀ ਲਿਖੇ ਲਖਾਰੀ, ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ, ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਣ ਧਰਮ ਤੋਂ ਵਾਰੀ। ਜੁਗੋ ਜੁਗ ਅਟਲ ਚਵਰ ਛਿੱਤਰ ਤਖਤ ਦੇ ਮਾਲਕ ਜਹਰਾਜ ਹੋਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਭੂਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰਾ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ, ਬਾਜਾਂ ਵਾਲੇ ਸਤਿਗੁਰੂ ਤਾਜਾਂ ਵਾਲੇ ਸਤਿਗੁਰੂ ਮਰਦ ਅਗੰਬੜੇ ਨੀਲੇ ਦੇ ਸ਼ਾਹ ਅਸਵਾਰ ਅੰਮ੍ਰਿਤ ਕੇ ਦਾਤੇ ਪੰਥ ਕੇ ਵਧਾਤੇ, ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸ਼ਹਿਨਸ਼ਾਹ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ, ਦੋਵੇਂ ਹੱਥ ਜੋੜ ਕੇ ਸੀਸ ਨੂੰ ਸਤਿਗੁਰਾਂ ਦੇ ਚਰਨਾਂ ਤੇ ਅਦਬ ਸਹਿਤ ਝੁਕਾ ਕਰਕੇ ਸਾਰੀ ਹੀ ਸੰਗਤ ਆਪਣੀਆਂ ਤੇ ਸਾਡੀਆਂ ਲਵਾਓ ਹਾਜ਼ਰੀਆਂ, ਦਿਓ ਪਿਆਰ ਦਾ ਸਬੂਤ ਗੱਜ ਵੱਜ ਕੇ ਫਤਿਹ ਦਾ ਨਾਰਾ ਬੁਲੰਦ ਕਰੋ, ਸਾਰੀ ਹੀ ਸੰਗਤ ਦੋਵੇਂ ਹੱਥ ਜੋੜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਹਾਲੇ ਕਿ ਅੱਜ ਦੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਆ, ਸਾਡੀ ਝੋਲੀ ਦੇ ਵਿੱਚ ਇਹ ਭਾਗਾਂ ਭਰਿਆ ਸਮਾਂ ਪਾਇਆ ਹੈ, ਸਾਨੂੰ ਆਪਣੀ ਪਾਵਨ ਗੋਦਾਂ ਨੇ ਬਖਸ਼ਿਸ਼ ਕੀਤਾ ਹੈ। ਮੈਂ ਇਤਿਹਾਸ ਦੀਆਂ ਸਤਰਾਂ ਨੂੰ ਸਾਂਝਾ ਕਰਨ ਤੋਂ ਪਹਿਲਾਂ ਮਾਤਾਵਾਂ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਆਪਣੀਆਂ ਜਿਹੜੀਆਂ ਜ਼ਰੂਰੀ ਮੀਟਿੰਗਾਂ ਹੈ ਇਹਨੂੰ ਸੰਕੋਚਦੇ ਹੋਏ ਆਪਾਂ ਸਟੇਜ ਵੱਲ ਨੂੰ ਧਿਆਨ ਦੇਈਏ, ਕਿਉਂਕਿ ਪਰਿਵਾਰ ਵਾਲੇ ਵੀਰਾਂ ਨੇ ਇਹ ਜਿਹੜਾ ਕਾਰਜ ਕੀਤਾ ਹੈ, ਜੇ ਕੋਈ ਖੁਸ਼ੀ ਮਨਾਉਣੀ ਹੋਵੇ ਨਾ ਤੇ ਜਲ ਪਾਣੀ ਕਰਾ ਕੇ ਤੇ ਸਾਰਾ ਕੰਮ ਨਿਬੇੜ ਦਿੱਤਾ ਜਾਂਦਾ ਹੈ ਭੋਗ ਸਮੇਂ ਸਿਰ ਪਾ ਕੇ, ਪਰ ਤੁਹਾਡੇ ਲਈ ਸਾਨੂੰ ਇਸ ਕਰਕੇ ਬੁਲਾਇਆ ਗਿਆ ਕਿ ਤੁਹਾਡੇ ਕੰਨਾਂ ਦੇ ਵਿੱਚ ਕੋਈ ਨਾ ਕੋਈ ਗੁਰ ਇਤਿਹਾਸ ਦਾ ਸ਼ਬਦ ਉਹ ਪੈ ਸਕੇ, ਇਸ ਕਰਕੇ ਆਪਾਂ ਯਤਨ ਕਰਨਾ ਹੈ ਕਿ ਜਿੰਨਾ ਵੀ ਹੋ ਸਕਦਾ ਹੈ ਆਪਾਂ ਸਰਵਣ ਕਰਕੇ ਜੇ ਕਿਨਕਾ ਮਾਤਰ ਵੀ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਤੇ ਪਰਿਵਾਰ ਵਾਲੇ ਵੀਰਾਂ ਦਾ ਇਹ ਸਾਰਾ ਕੀਤਾ ਕਾਰਜ ਸਫਲ ਹੋ ਜਾਣਾ ਹੈ, ਤੁਹਾਡਾ ਸੁਣਿਆ ਸਫਲ ਹੋ ਜਾਣਾ ਤੇ ਸਾਡਾ ਬੋਲਿਆ ਸਫਲ ਹੋ ਜਾਣਾ, ਆਪਾਂ ਰਲ ਮਿਲ ਕੇ ਚੁੱਪ ਦਾ ਦਾਨ ਬਖਸ਼ਿਸ਼ ਕਰਕੇ ਤੇ ਸਾਰਾ ਕਾਰਜ ਸਫਲਾ ਕਰਨਾ ਹੈ। ਗੁਰਮੁਖੋ ਇਹ ਜਿਹੜੇ ਦਿਨ ਚੱਲਦੇ ਪਏ ਆ ਨਾ ਜੂਨ ਮਹੀਨਾ, ਇਹ ਸਿੱਖ ਕੌਮ ਦੇ ਲਈ ਹਮੇਸ਼ਾ ਦੇ ਲਈ ਆ ਭੁੱਲਣ ਯੋਗ ਆ, ਇਹ ਸਿੱਖਾਂ ਦੇ ਦਿਲਾਂ ਦੇ ਉੱਤੇ ਇੱਕ ਨਸੂਰ ਦੀ ਤਰ੍ਹਾਂ ਦੇ ਜਿਹਨੂੰ ਕਦੇ ਨਾ ਭੁੱਲਿਆ ਜਾ ਸਕਦਾ ਤੇ ਨਾ ਹੀ ਕਦੇ ਅਸੀਂ ਭੁੱਲਣਾ ਹੈ ਤੇ ਨਾ ਹੀ ਇਹ ਬਖਸ਼ਣ ਯੋਗ ਹੈ।
ਇਹ ਸਾਡੇ ਸ਼ਹੀਦੀ ਦਿਹਾੜੇ ਆ। ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜਾ ਵੀ ਇਸੇ ਮਹੀਨੇ, ਹੋਰ ਵੀ ਬੜੇ ਦੁਖਾਂਤ ਇਸ ਕੌਮ ਦੇ ਉੱਤੇ ਇਸ ਮਹੀਨੇ ਦੇ ਵਿੱਚ ਵਾਪਰੇ ਆ, ਤੇ ਇਸ ਕਰਕੇ ਇਹ ਜਿਹੜੀ ਕੌਮ ਆ ਇਹ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਚੇਤਿਆਂ ਦੇ ਵਿੱਚ ਵਸਾ ਕੇ ਰੱਖਦੀ ਆ। ਸਿਆਣੇ ਕਹਿੰਦੇ ਆ ਘੱਲੂ ਘਾਰਿਆਂ ਦੇ ਵਿੱਚ ਕੌਮਾਂ ਖਤਮ ਨਹੀਂ ਹੋਇਆ ਕਰਦੀਆਂ, ਘੱਲੂ ਘਾਰਿਆਂ ਦੇ ਵਿੱਚ ਕੌਮਾਂ ਖਤਮ ਨਹੀਂ ਹੋਇਆ ਕਰਦੀਆਂ। ਜੇ ਕੌਮਾਂ ਘੱਲੂ ਘਾਰਿਆਂ ਨੂੰ ਵਿਸਾਰ ਦੇਣ, ਘੱਲੂ ਘਾਰਿਆਂ ਨੂੰ ਭੁੱਲ ਜਾਣ, ਤੇ ਕੌਮਾਂ ਖਤਮ ਹੋ ਜਾਂਦੀਆਂ। ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਆ, ਆਪਣੇ ਵਡੇਰਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਂਦੀ ਆ, ਦੁਨੀਆਂ ਦੇ ਨਕਸ਼ੇ ਤੋਂ ਗਲਤ ਅੱਖਰ ਦੀ ਤਰ੍ਹਾਂ ਮਿਟ ਜਾਂਦੀ, ਪਰ ਜਿਹੜੀ ਕੌਮ ਆਪਣੇ ਪੁਰਖਿਆਂ ਨੂੰ ਆਪਣੇ ਸ਼ਹੀਦਾਂ ਨੂੰ ਚੇਤਿਆਂ ਦੇ ਵਿੱਚ ਵਸਾ ਕੇ ਰੱਖਦੀ ਆ, ਉਹਦੇ ਝੰਡੇ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਝੂਲਦੇ ਰਹਿੰਦੇ। ਸਿਆਣਿਆਂ ਦਾ ਕਥਨ ਆ, ਕਹਿੰਦੇ ਜੇਕਰ ਕਿਸੇ ਕੌਮ ਦੀ ਉਮਰ ਦੇਖਣੀ ਹੋਵੇ ਨਾ, ਤੇ ਸਭ ਤੋਂ ਪਹਿਲਾਂ ਇਹ ਦੇਖਣਾ ਪੈਂਦਾ ਕਿ ਕੌਮ ਦੇ ਬਾਨੀ ਦਾ ਜਨਮ ਕਦੋਂ ਦਾ, ਕੌਮ ਦੇ ਬਾਨੀ ਦੇ ਜਨਮ ਤੋਂ ਲੈ ਕੇ ਚੱਲ ਰਹੇ ਸਮੇਂ ਦੇ ਨਾਲ ਮਿਲਾਪ ਕਰਕੇ ਤੇ ਕੌਮ ਦੀ ਉਮਰ ਪਤਾ ਲੱਗ ਜਾਂਦੀ ਆ। ਪਰ ਕਹਿੰਦੇ ਜੇਕਰ ਕਿਸੇ ਕੌਮ ਦੀ ਜੜ ਦੇਖਣੀ ਹੋਵੇ, ਤੇ ਇਹ ਦੇਖਣਾ ਪੈਂਦਾ ਕਿ ਕੌਮ ਦੇ ਬਾਨੀ ਤੋਂ ਬਾਅਦ ਕੌਮ ਨੂੰ ਜਿਉਂਦਿਆਂ ਰੱਖਣ ਦੇ ਲਈ, ਸੁਰਜੀਤ ਰੱਖਣ ਦੇ ਲਈ, ਜਾਂ ਅੱਗੇ ਉਭਾਰਨ ਦੇ ਲਈ ਕਿੰਨੇ ਕੁ ਲੋਕਾਂ ਨੇ ਬਲੀਦਾਨ ਦਿੱਤੇ, ਤੇ ਸਾਡੇ ਹਿੱਸੇ ਇਹ ਵੱਡਾ ਇਤਿਹਾਸ ਆਇਆ। ਪੰਜਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ ਦੇ ਉੱਪਰ ਬੈਠ ਕਰਕੇ ਸੀਸ ਦੇ ਵਿੱਚ ਗਰਮ ਰੇਤਾ ਪਵਾ ਕੇ ਦੇਗ ਦੇ ਵਿੱਚ ਉਬਾਲੇ ਖਾ ਕੇ ਅਜਿਹਾ ਸ਼ਹਾਦਤਾਂ ਦਾ ਰਾਹ ਪੱਧਰਾ ਕਰਕੇ ਗਏ ਨੇ ਕਿ 365 ਦਿਨਾਂ ਦੇ ਵਿੱਚ ਇੱਕ ਵੀ ਪਲ ਅਜਿਹਾ ਨਹੀਂ ਹੋਵੇਗਾ ਜਿਸ ਪਲ ਦੇ ਉੱਤੇ ਸਾਡੇ ਕਿਸੇ ਸੂਰਬੀਰ ਯੋਧੇ ਨੇ ਸ਼ਹਾਦਤ ਦਾ ਜਾਮ ਨਾ ਪੀਤਾ ਹੋਵੇ। ਇੱਕ ਇੱਕ ਪਲ ਸਾਡਾ ਕੁਰਬਾਨੀਆਂ ਦੇ ਨਾਲ ਭਰਿਆ ਹੈ, ਸ਼ਹਾਦਤਾਂ ਦੇ ਨਾਲ ਭਰਿਆ ਹੈ। ਗੁਰਮੁਖੋ ਰਹੋ ਵਿਚਾਰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬੇਵਕਤੀ ਮੌਤ ਤੋਂ ਬਾਅਦ ਇਸ ਦੇਸ਼ ਦੇ ਉੱਤੇ ਆਣ ਕੇ ਬ੍ਰਿਟਿਸ਼ ਗੌਰਮੈਂਟ ਨੇ ਕਬਜ਼ਾ ਕਰ ਲਿਆ, ਤੇ ਅੰਗਰੇਜ਼ਾਂ ਹੱਥੋਂ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 90% ਕੁਰਬਾਨੀਆਂ ਕੀਤੀਆਂ ਸਿੱਖ ਕੌਮ ਨੇ, ਤੇ ਅਖੀਰ ਗੋਰੇ, ਗੁਰਮੁਖੋ ਯਾਦ ਰੱਖਿਓ, ਜਮਨਾ ਤੋਂ ਪਾਰ ਗੋਰਿਆਂ ਨੇ ਸਾਡੇ ਨਾਲੋਂ 100 ਸਾਲ ਪਹਿਲਾਂ ਆਪਣਾ ਰਾਜ ਸਥਾਪਿਤ ਕਰ ਲਿਆ। ਪਰ ਜੇ ਇਸ ਵਕਤ ਤੋਂ ਪੰਜਾਬ ਦੀ ਧਰਤੀ ਤੇ ਪੈਰ ਪਸਾਰਨ ਲੱਗੇ ਆ, ਤੇ ਸਿੱਖ ਜਜ਼ਬਿਆਂ ਨੇ ਵਿਦਰੋਹ ਕਰਨਾ ਸ਼ੁਰੂ ਕਰ ਦਿੱਤਾ ਹੈ, ਬਗਾਵਤ ਸ਼ੁਰੂ ਹੋ ਗਈ ਹੈ, ਤੇ 100 ਸਾਲ ਤੋਂ ਵੱਧ ਇੱਥੇ ਟਿਕ ਨਾ ਸਕਣਾ। ਭਾਰਤ ਦੀ ਧਰਤੀ ਦੇ ਉੱਤੇ 200 ਸਾਲ ਅੰਗਰੇਜ਼ਾਂ ਨੇ ਹਕੂਮਤ ਕੀਤੀ ਆ, ਤੇ ਪੰਜਾਬ ਦੀ ਧਰਤੀ ਤੇ ਕੇਵਲ 100 ਸਾਲ ਕੀਤੀ ਆ, ਇਸ ਤੋਂ ਵੱਧ ਉਹ ਟਿਕ ਨਾ ਸਕੇ। ਜਦੋਂ ਅੰਗਰੇਜ਼ ਇਸ ਦੇਸ਼ ਨੂੰ ਛੱਡ ਕੇ ਜਾਂਦੇ ਆ, ਤੇ ਦੇਸ਼ ਦੀ ਵਾਗਡੋਰ ਕਮਾਂਡ ਕਿਹਦੇ ਹੱਥ ਆਉਂਦੀ ਆ? ਬਿੱਪਰ ਸਰਕਾਰ ਦੇ ਹੱਥ ਵਿੱਚ। ਭਾਈ ਗੁਰਦਾਸ ਜੀ ਅੰਕਿਤ ਕਰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਉਹ ਇਸ ਕਰਕੇ ਅੰਕਿਤ ਕਰਦੇ ਨੇ ਗੁਰਮੁਖੋ, ਪਹਿਲਾਂ ਵੀ ਧਰਮ ਤਾਂ ਬੜੇ ਚੱਲ ਰਹੇ ਨੇ, ਹਿੰਦੂਆਂ ਦਾ ਚੱਲ ਰਿਹਾ, ਮੋਮਨਾਂ ਦਾ ਚੱਲ ਰਿਹਾ, ਪਰ ਭਾਈ ਗੁਰਦਾਸ ਜੀ ਨੇ ਨਿਰਮਲ ਤੋਂ ਭਾਵ ਕੀ ਆਖਿਆ? ਨਿਰਮਲ ਤੋਂ ਭਾਵ ਆ ਨਿਆਰਾ, ਨਿਆਰੇ ਤੋਂ ਭਾਵ ਹੁੰਦਾ ਹੈ ਵੱਖਰਾ। ਇਹਨਾਂ ਦੋਹਾਂ ਦੇ ਨਾਲੋਂ ਇੱਕ ਵੱਖਰਾ ਧਰਮ ਸਥਾਪਿਤ ਕਰ ਦਿੱਤਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਤੇ ਇਸ ਧਰਮ ਦੇ ਉੱਤੇ ਜਿਵੇਂ ਜਿਵੇਂ ਕਿਸੇ ਦਾ ਦਾ ਲੱਗਿਆ, ਉਵੇਂ ਉਵੇਂ ਹਰ ਇੱਕ ਨੇ ਜ਼ੁਲਮ ਕੀਤੇ। ਇਸ ਵਕਤ ਪਹਿਲਾਂ ਮੁਗਲ ਇਸ ਧਰਮ ਦੇ ਉੱਤੇ ਜ਼ੁਲਮ ਕਰਦੇ ਆ, ਇਸ ਵਕਤ ਅੰਗਰੇਜ਼ਾਂ ਦੇ ਇੱਥੋਂ ਚਲੇ ਜਾਣ ਤੋਂ ਬਾਅਦ ਇਸ ਦੇਸ਼ ਦੀ ਕਮਾਂਡ ਆਉਂਦੀ ਹੈ ਬਿੱਪਰਾਂ ਦੇ ਹੱਥ ਦੇ ਵਿੱਚ, ਤੇ ਬਿੱਪਰ ਜ਼ੁਲਮ ਕਰਨੇ ਸ਼ੁਰੂ ਕਰ ਦਿੰਦੇ ਆ। ਹਾਲਾਂਕਿ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 90% ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ। ਬਿੱਪਰਾਂ ਦੇ ਮਨ ਦੇ ਵਿੱਚ ਖਿਆਲ ਆਉਂਦਾ ਹੈ, ਕਹਿੰਦੇ ਸਿੱਖਾਂ ਨੂੰ ਨਤਾੜ ਕੇ ਰੱਖਿਆ ਜਾਵੇ, ਸਿੱਖਾਂ ਨੂੰ ਦਬਾ ਕੇ ਰੱਖਿਆ ਜਾਵੇ, ਇਹਨਾਂ ਨੂੰ ਇਹਨਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਜਾਵੇ। ਕੁਝ ਸਾਡੇ ਆਪਣਿਆਂ ਦੀਆਂ ਵੀ ਗਲਤੀਆਂ, ਸਾਡੇ ਸਿੱਖ ਚਿਹਰੇ ਵਾਲੇ ਲੀਡਰਾਂ ਦੀਆਂ ਵੀ ਗਲਤੀਆਂ, ਜਾਂ ਉਹਨਾਂ ਦੇ ਲਾਲਚ ਕਹਿ ਲਓ। ਉਰਦੂ ਦਾ ਸ਼ਾਇਰ ਲਿਖਦਾ ਹੈ, ਲਮਹੋ ਨੇ ਖਤਾ ਕੀ ਸਦੀਓ ਨੇ ਸਜ਼ਾ,
ਕੁਝ ਕੁ ਪਲਾਂ ਦੀਆਂ ਗਲਤੀਆਂ ਦੇ ਨਾਲ ਸਾਰੀ ਕੌਮ ਨੂੰ ਉਹਦਾ ਖਮਿਆਜਾ ਅੱਜ ਤੱਕ ਭੁਗਤਣਾ ਪਿਆ। ਵਿਪਰਾਂ ਨੇ ਸਾਨੂੰ ਲਤਾੜ ਕੇ ਰੱਖਣ ਦਾ ਯਤਨ ਕੀਤਾ ਤੇ ਲੰਮੇ ਸਮੇਂ ਬਾਅਦ ਇਸ ਕੌਮ ਦੀ ਵਾਗਡੋਰ, ਇਸ ਪੰਥ ਦੀ ਵਾਗਡੋਰ, ਅਣਖੀਲੇ ਜਰਨੈਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਾਬਾ ਇਹ ਕੌਮ ਦਮਦਮੇ ਟਕਸਾਲ ਦੇ 14ਵੇਂ ਜਥੇਦਾਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਹੱਥ ਦੇ ਵਿੱਚ ਆ ਜਾਂਦੀ, ਜਿਨ੍ਹਾਂ ਨੇ ਆਉਂਦਿਆਂ ਸਮੇਂ ਦੀ ਲਿਆਕਤ ਨੂੰ ਸਮਝਦਿਆਂ ਕੌਮ ਦੀ ਨਬਜ਼ ਨੂੰ ਪਛਾਣਦਿਆਂ ਨੌਜਵਾਨਾਂ ਨੂੰ ਵੰਗਾਰ ਲਾਈ ਕਿ ਇਹ ਕੌਮ ਦੇ ਨੌਜਵਾਨੋ, ਜੇਕਰ ਪੰਜਾਬ ਦੀ ਧਰਤੀ ਦੇ ਉੱਤੇ ਸਿਰ ਉੱਚਾ ਕਰਕੇ ਜਿਉਣਾ ਹੈ ਤੇ ਸਾਨੂੰ ਸ਼ਸਤਰਧਾਰੀ ਹੋ ਕੇ ਵਿਚਰਨਾ ਪਵੇਗਾ, ਸਾਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਪਵੇਗੀ, ਸਾਨੂੰ ਪੰਜਾਬਕਾਰਾਂ ਦੇ ਧਾਰਨੀ ਹੋ ਕੇ ਵਿਚਰਨਾ ਪਵੇਗਾ। ਭਾਰਤ ਦੀ ਸਰਕਾਰ ਸਾਨੂੰ ਆਪਣੀ ਚਪਲੀ ਦੇ ਥੱਲੇ ਲਾ ਕੇ ਰੱਖਣਾ ਚਾਹੁੰਦੀ ਹੈ ਤੇ ਸਿੱਖ ਕਿਸੇ ਦੀ ਚਪਲੀ ਥੱਲੇ ਲਾ ਕੇ ਨਹੀਂ ਰਹਿ ਸਕਦਾ। ਜੇਕਰ ਇਸ ਦੇਸ਼ ਦੇ ਵਿੱਚ ਰਹਿਣਾ ਹੈ ਤੇ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਹੈ, ਜੇ ਨਹੀਂ ਤੇ ਫਿਰ ਅਸੀਂ ਆਪਣਾ ਆਪ ਵਿਚਾਰ ਲਵਾਂਗੇ। ਭਾਰਤ ਦੀ ਸਰਕਾਰ ਸਾਡੇ ਨਾਲ ਆਏ ਦਿਨ ਵਧੀਕੀਆਂ ਕਰਦੀ ਆ। ਜੇ ਸਾਡੀਆਂ ਫਸਲਾਂ ਦੀ ਗੱਲ ਹੋਵੇ ਤੇ ਸਾਡੇ ਕਿਸਾਨ ਸੜਕਾਂ ਦੇ ਉੱਤੇ ਰੁਲ ਰਹੇ ਆ, ਜਿਹੜੀਆਂ ਫਸਲਾਂ ਅਸੀਂ ਪੁੱਤਰਾਂ ਧੀਆਂ ਵਾਂਗ ਪੋਹ ਦੀਆਂ ਰਾਤਾਂ ਤੇ ਹਾੜ ਦੀਆਂ ਧੁੱਪਾਂ ਵਿੱਚ ਨੰਗੇ ਪੈਰੀ ਰਹਿ ਰਹਿ ਕੇ ਪਾਲਦੇ ਆ, ਜਦੋਂ ਉਹਨੂੰ ਵੱਢ ਕੇ ਵੇਚਣ ਦੀ ਵਾਰੀ ਆਉਂਦੀ ਹੈ ਤੇ ਦਿੱਲੀ ਤੋਂ ਆ ਕੇ ਲਾਲੇ ਮੁੱਲ ਤੈਅ ਕਰਦੇ, ਉਹ ਲਾਲੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਆਲੂ ਵੱਲਾਂ ਨੂੰ ਲੱਗਦੇ ਆ ਕਿ ਬੂਟਿਆਂ ਨੂੰ ਲੱਗਦੇ। ਜੇ ਅਸੀਂ ਕਿਸੇ ਤੋਂ ਕੋਲਾ ਖਰੀਦਣਾ ਹੋਵੇ, ਪੱਥਰ ਖਰੀਦਣਾ ਹੋਵੇ ਤੇ ਉਹਦਾ ਮੁੱਲ ਤਾਰਨਾ ਪੈਂਦਾ, ਸਾਡਾ ਪਾਣੀ, ਸਾਡੀ ਬਿਜਲੀ ਸਾਡੇ ਤੋਂ ਧੋਖੇ ਦੇ ਨਾਲ ਲੁੱਟੀ ਜਾ ਰਹੀ ਆ। ਦਿੱਲੀ ਦੇ ਭੇਜੇ ਹੋਏ ਕਰਿੰਦੇ ਗੁਰਬਚਨੇ ਨਰਕ ਧਾਰੀਏ ਵਰਗੇ ਆਖਦੇ ਨੇ, ਜੇਕਰ ਸਿੱਖਾਂ ਦੇ ਗੁਰੂ ਨੇ ਪੰਜ ਪਿਆਰੇ ਸਾਜੇ ਸੀ, ਮੈਂ ਸੱਤ ਸਤਾਰੇ ਸਾਜਾਂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਦੀ ਲੰਘ ਕੇ ਆਪਣੀ ਗੱਦੀ ਦੇ ਉੱਤੇ ਬੈਠਿਆ ਕਰਦਾ ਦੁਸ਼ਟ, ਆਪਣੇ ਘਰ ਵਾਲੀ ਨੂੰ ਮਾਤਾ ਸਾਹਿਬ ਕੌਰ ਦਾ ਦਰਜਾ ਦਿੰਦਾ, ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਉੱਪਰ ਦੱਸਦਾ ਹੈ। ਇਹਦਾ ਕੂੜਾ ਪ੍ਰਚਾਰ ਰੋਕਣ ਦੇ ਲਈ ਸ਼ਾਂਤਮਈ ਸਿੰਘਾਂ ਦਾ ਜੱਥਾ ਗਿਆ 13 ਅਪ੍ਰੈਲ ਸੰਨ 1978 ਵਿਸਾਖੀ ਵਾਲੇ ਦਿਨ ਨੂੰ। ਇਹਦੇ ਗੁੰਡਿਆਂ ਨੇ ਗੋਲੀਆਂ ਮਾਰ ਕੇ 13 ਸਿੰਘ ਸ਼ਹੀਦ ਕਰ ਦਿੱਤੇ ਤੇ ਸੈਂਕੜੇ ਜ਼ਖਮੀ ਕਰ ਦਿੱਤੇ। ਭਾਰਤ ਦੀ ਤੇ ਪੰਜਾਬ ਦੀ ਸਰਕਾਰ ਨੇ ਰਲ ਕੇ ਉਹਨੂੰ ਉਸ ਕੇਸ ਦੇ ਵਿੱਚੋਂ ਬਾ ਇੱਜ਼ਤ ਬਰੀ ਕਰ ਦਿੱਤਾ। ਫਿਰ ਸਿੱਖਾਂ ਨੇ ਉਹਨੂੰ ਆਪਣੀ ਰੋਹ ਰੀਤਾਂ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ, ਉਹਦੇ ਤੇ ਉਹਨੂੰ ਬਣਦੀ ਸਜ਼ਾ ਦਿੱਤੀ। ਸਾਨੂੰ ਗਲੋਂ ਗੁਲਾਮੀ ਲਾਉਣੀ ਪਵੇਗੀ। ਭਾਰਤ ਦੀ ਸਰਕਾਰ ਸਾਡੇ ਇਸ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਦੀ ਆ, ਸਾਡੇ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ, ਝੂਠੇ ਪਰਚਿਆਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ, ਧੀਆਂ ਭੈਣਾਂ ਦੀ ਬੇਪਤੀ ਕੀਤੀ ਜਾਂਦੀ ਹੈ, ਆਏ ਦਿਨ ਸਾਡੇ ਨਾਲ ਵਧੀਕੀਆਂ ਕੀਤੀਆਂ ਜਾਂਦੀਆਂ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕੌਮ ਦੇ ਗਲੋਂ ਗੁਲਾਮੀ ਲਾਉਣ ਦੇ ਲਈ, ਆਜ਼ਾਦੀ ਦੀ ਮੱਚਦੀ ਹੋਈ ਸ਼ਮਾਂ ਦੇ ਉੱਤੇ ਪ੍ਰਵਾਨੇ ਬਣ ਕੇ ਸੜਨ ਦੇ ਲਈ ਨੌਜਵਾਨਾਂ ਨੂੰ ਪ੍ਰੇਰਨਾ ਕੀਤਾ ਹੈ। ਕਿਸ ਤਰ੍ਹਾਂ ਹੁਕਮ ਲਾਇਆ ਹੈ, ਕਿਸ ਤਰ੍ਹਾਂ ਵੰਗਾਰਿਆ ਹੈ, ਆਓ ਪਿਆਰ ਦੇ ਨਾਲ ਸਰਵਨ ਕਰੀਏ। ਮੰਜੀ ਸਾਹਿਬ ਦੀਵਾਨ ਤੋਂ ਸੰਤਾਂ ਮਾਰੀ ਆਵਾਜ਼, ਸ਼ਮਾ ਮੱਚੀ ਪਰਵਾਨਿਓ, ਆਜੋ ਭਰ ਪਰਵਾਜ। ਮੰਜੀ ਸਾਹਿਬ ਦੀਵਾਨ ਹਾਲ ਤੋਂ ਖੜਕੇ ਸ਼ੇਰ ਵੰਗਾਰੇ, ਹੱਕ ਉਹਦਿਓ ਲੈਣ ਲਈ ਤੁਸੀਂ ਇਕੱਠੇ ਹੋ ਜਾਓ ਸਾਰੇ। ਹੋ ਕੌਮ ਦੀ ਖਾਤਰ ਗੁੱਟਾਂ ਉੱਪਰ ਬੰਨ ਸ਼ਹੀਦੀ ਗਾਨੇ, ਸ਼ਮਾ ਆਜ਼ਾਦੀ ਵਾਲੀ ਮੱਚੇ, ਆਜੋ ਬਣ ਪਰਵਾਨੇ। ਸ਼ਮਾ ਆਜ਼ਾਦੀ ਵਾਲੀ ਮੱਚੇ, ਆਜੋ ਬਣ ਪਰਵਾਨੇ। ਹੋ ਮੰਜੀ ਸਾਹਿਬ ਦੀਵਾਨ ਹਾਲ ਤੋਂ ਖੜਕੇ ਸ਼ੇਰ ਵੰਗਾਰੇ, ਹੱਕ ਉਹਦਿਓ ਲੈਣ ਲਈ ਤੁਸੀਂ ਇਕੱਠੇ ਹੋ ਜਾਓ ਸਾਰੇ। ਹੋ ਕੌਮ ਦੀ ਖਾਤਰ ਗੁੱਟਾਂ ਉੱਪਰ ਬੰਨ ਸ਼ਹੀਦੀ ਗਾਨੇ, ਸ਼ਮਾ ਆਜ਼ਾਦੀ ਵਾਲੀ ਮੱਚੇ,
ਆਜੋ ਬਣ ਪਰਵਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਹੋ ਭੁੱਲ ਗਏ ਨੇ ਹਾਕਮ ਸਾਡੀਆਂ ਦੇਸ਼ ਲਈ ਜੰਗਾਂ ਲੜੀਆਂ ਹੱਕ ਦੀ ਥਾਂ ਤੇ ਗੋਲੀਆਂ ਮਿਲੀਆਂ ਤੇ ਜਾ ਮਿਲੀਆਂ ਹੱਥਕੜੀਆਂ ਹੋ ਜਾ ਮਿਲੇ ਨੇ ਫੋਕੇ ਲਾਰੇ ਜਾ ਮਿਲੇ ਨੇ ਤਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਹੋ ਅਸੀਂ ਆਜ਼ਾਦੀ ਦੇ ਲਈ ਸੋਚੋ ਨੱਬੇ ਸਿਰ ਨੇ ਦਿੱਤੇ ਫਿਰ ਵੀ ਆਈ ਗੁਲਾਮੀ ਸਿੰਘੋ ਸਿੱਖ ਕੌਮ ਦੇ ਹਿੱਸੇ ਹੋ ਕਾਤੋਂ ਫੇਰ ਆਜ਼ਾਦੀ ਵਾਲੇ ਗਾਈਏ ਅਸੀਂ ਤਰਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਹੋ ਸਾਡਾ ਪਾਣੀ ਬਿਜਲੀ ਸਾਡੀ ਲੁੱਟ ਗਵੰਡੀ ਲੈ ਗਏ ਬੰਜਰ ਹੋ ਗਈ ਧਰਤੀ ਸਾਡੀ ਹੱਥ ਮਲਦੇ ਅਸੀਂ ਰਹਿ ਗਏ ਹੋ ਮੂੰਹ ਚੋ ਬੁਰਕੀ ਖੋ ਕੇ ਲੈ ਗਏ ਸਾਨੂੰ ਸਮਝ ਬਗਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਹੋ ਚੰਦੋ ਕਲਾ ਗ੍ਰੰਥ ਸਾਹਿਬ ਜੀ ਅੱਗਾਂ ਲਾ ਕੇ ਸਾੜੇ ਨਾਗੋ ਕੇ ਕੁਲਵੰਤ ਸਿੰਘ ਜੇ ਕੋ ਕੋ ਜਿੰਨਾ ਮਾਰੇ ਹੋ ਸਾਡੇ ਲੀਡਰ ਲਾ ਕੇ ਬਹਿ ਗਏ ਇਹਨਾਂ ਨਾਲ ਯਾਰਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਦਿੱਲੀ ਤੂੰ ਆ ਨਰਕ ਧਾਰੀਏ ਗਲਨੇ ਸਾਡੇ ਪੈਂਦੇ ਸ਼ੇਰਾਂ ਦੇ ਨਾਲ ਗਿੱਦੜ ਵੇਖੋ ਜਾਣ ਜਾਣ ਕੇ ਖੈਂਦੇ ਹੋ ਕਰਦੇ ਰੋਜ ਜਲੀਲ ਕੌਮ ਨੂੰ ਘੜਕੇ ਨਵੇਂ ਬਹਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਹੋ ਨਾ ਪੈ ਕਦੇ ਕਿਸੇ ਨੂੰ ਦੇਣਾ ਨਾ ਹੀ ਕਿਸੇ ਦਾ ਲੈਣਾ ਜੇ ਸਾਨੂੰ ਸਗਰ ਰੱਖਣਾ ਤਾਂ ਅਸੀਂ ਨਾਲ ਅਣਖ ਦੇ ਰਹਿਣਾ ਹੋ ਨਹੀਂ ਤਾਂ ਰਾਜ ਖਾਲਸਿਆਂ ਵਾਲੇ ਸਾਡੇ ਕੈਮ ਨਿਸ਼ਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਹੋ ਸਾਡੇ ਊਧਮ ਸਿੰਘ ਸਰਾਬੇ ਫਾਂਸੀਆਂ ਜੋਗੇ ਰਹਿ ਗਏ ਉਹਨਾਂ ਦੀ ਕੁਰਬਾਨੀ ਦਾ ਮੁੱਲ ਬਿੱਪਰ ਵਟ ਕੇ ਲੈ ਗਏ ਹੋ ਸਾਡੇ ਲੀਡਰ ਲਾ ਸੀ ਉਦੋਂ ਖਾਲੀ ਅਕਲ ਦੇ ਖਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ
ਆਜੋ ਬਣ ਪਰਵਾਨੇ ਹੋ ਜਾਣ ਜਾਣ ਅਰਮਾਨ ਕੋਮਲਾ ਹਾਕਮ ਸਾਡੇ ਖੁੰਦੇ ਤੱਕ ਪੰਜਾਬ ਨੂੰ ਲੱਗਾਂ ਲੱਗੀਆਂ ਲਹੂ ਦੇ ਅਥਰੂ ਚੁੰਦੇ ਹੋ ਆਲਮ ਵਾਲੀ ਅਸੀਸ ਤਲੀ ਧਰ ਆਈਏ ਵਿੱਚ ਮੈਦਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਸ਼ਮਾ ਆਜ਼ਾਦੀ ਵਾਲੀ ਮੱਚੇ ਆਜੋ ਬਣ ਪਰਵਾਨੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਇਸ ਲਲਕਾਰ ਨੂੰ ਸਵੀਕਾਰਦਿਆਂ ਹੋਇਆਂ ਨੌਜਵਾਨਾਂ ਨੇ ਆਪਣੇ ਨਿੱਜੀ ਘਰ ਬਾਰ ਤਿਆਗ ਕੇ ਤੇ ਕੌਮੀ ਘਰ ਦੇ ਲਈ ਜੂਝਣ ਦਾ ਫੈਸਲਾ ਕਰ ਲਿਆ ਹੱਥਾਂ ਦੇ ਵਿੱਚ ਹਥਿਆਰ ਚੁੱਕ ਕੇ ਘਰਾਂ ਨੂੰ ਆਖਰੀ ਫਤਿਹ ਬੁਲਾ ਕੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪਿੱਛੇ ਬਹੀਰਾਂ ਖਿੱਚ ਦਿੱਤੀਆਂ ਤੇ ਪੰਜਾਬ ਦੇ ਵਿੱਚ ਵਸਦੇ ਕੁਝ ਸਿੱਖ ਚਿਹਰੇ ਵਾਲੇ ਲੀਡਰਾਂ ਤੋਂ ਇਹ ਬਰਦਾਸ਼ਤ ਨਾ ਹੋਇਆ ਇਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਤਲ ਕਰਨ ਦੀ ਯੋਜਨਾ ਬਣਾ ਲਈ ਕਿਰਾਏ ਦੇ ਭਾੜੇ ਦੇ ਗੁੰਡਿਆਂ ਦੇ ਨਾਲ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਮਾਰਨ ਦਾ ਯਤਨ ਕੀਤਾ ਗਿਆ ਪਰ ਨਾ ਮਾਰਿਆ ਕਿਉਂ ਕਿਉਂਕਿ ਮਹਾਂਪੁਰਖਾਂ ਦੇ ਆਲੇ ਦੁਆਲੇ ਉੱਡਣੇ ਬਾਜਾਂ ਦਾ ਘੇਰਾ ਦੇਖ ਕੇ ਇਹਨਾਂ ਦਾ ਹਈਆ ਨਾ ਪੈ ਸਕਿਆ ਫਿਰ ਫੈਸਲਾ ਕੀਤਾ ਗਿਆ ਕਿ ਕਿਉਂ ਨਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਪਹਿਲਾਂ ਸੁਰੱਖਿਆ ਗਾਰਦ ਦਾ ਘੇਰਾ ਤੋੜਿਆ ਜਾਵੇ ਤੇ ਇੱਕ ਇੱਕ ਕਰਕੇ ਉਹਨਾਂ ਨੌਜਵਾਨਾਂ ਨੂੰ ਮਾਰ ਮੁਕਾਇਆ ਜਾਵੇ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਖਲੋਂਦੇ ਇਸੇ ਲੜੀ ਦੇ ਤਹਿਤ ਪਹਿਲੇ ਨੰਬਰ ਦੇ ਉੱਤੇ ਦਮਦਮੀ ਟਕਸਾਲ ਦਾ ਹਰੀ ਸਿੰਘ ਨਲੂਆ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸੱਜੀ ਬਾਸ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਨੂੰ 14 ਅਪ੍ਰੈਲ ਸੰਨ 1984 ਨੂੰ ਧੋਖੇ ਦੇ ਨਾਲ ਬੁਲਾ ਕੇ ਤੇ ਕਤਲ ਕਰ ਦਿੱਤਾ ਪਰ ਅਗਲੀ ਲੜੀ ਤੁਰਨ ਤੋਂ ਪਹਿਲਾਂ ਇਹ ਸਾਰਾ ਕਾਰਨਾਮਾ ਇਹਨਾਂ ਦਾ ਜੰਗਜਾਰ ਹੋ ਗਿਆ ਏ ਫਿਰ ਇਹਨਾਂ ਤੋਂ ਬਰਦਾਸ਼ਤ ਨਾ ਹੋ ਸਕਿਆ ਤੇ ਦਿੱਲੀ ਦਰਬਾਰ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਕਹਿੰਦੇ ਰੋਕ ਸਕਦੇ ਹੋ ਤਾਂ ਰੋਕ ਲਓ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਭਿੰਡਰਾਂ ਵਾਲਾ ਸਾਡੇ ਤੇ ਤੁਹਾਡੇ ਦੋਹਾਂ ਦਾ ਰਾਹ ਦਾ ਰੋੜਾ ਪੈਂਦਾ ਲੋਕ ਆਪਣੇ ਨਿੱਜੀ ਘਰਾਂ ਦੇ ਕਲੇਸ਼ ਥਾਣਿਆਂ ਕਚਹਿਰੀਆਂ ਦੇ ਵਿੱਚ ਲਿਜਾਣ ਦੀ ਬਜਾਏ ਭਿੰਡਰਾਂ ਵਾਲੇ ਦੀ ਕਚਹਿਰੀ ਦੇ ਵਿੱਚ ਲਿਜਾਣ ਲੱਗ ਪਿਆ ਥਾਣੇ ਕਚਹਿਰੀਆਂ ਕੋਰਟ ਬੰਦ ਹੋਣ ਦੀ ਤਦਾਦ ਦੇ ਵਿੱਚ ਆ ਗਿਆ ਜਿਹੜੇ ਲੰਮੇ ਲੰਮੇ ਸਮਿਆਂ ਤੋਂ ਕੇਸ ਲਮਕਦੇ ਪਏ ਆ ਕਚਹਿਰੀਆਂ ਦੇ ਵਿੱਚ ਉਹ ਭਿੰਡਰਾਂ ਵਾਲੇ ਦੀ ਕਚਹਿਰੀ ਦੇ ਵਿੱਚ ਕੁਝ ਕੁ ਸਮੇਂ ਦੇ ਵਿੱਚ ਨਿਪਟਾਰਾ ਕਰਕੇ ਤੇ ਲੋਕਾਂ ਨੂੰ ਘਰੋਂ ਘਰੀ ਤੋਰ ਦਿੱਤਾ ਜਾਂਦਾ ਇਹ ਹਿੰਦੂਆਂ ਦੀਆਂ ਕੁੜੀਆਂ ਨੂੰ ਘਰੋਂ ਘਰੀ ਵਸਾਰਿਆ ਏ ਇਹ ਦਾਜ ਦੇ ਲੋਭੀਆਂ ਨੂੰ ਆਪਣੇ ਕੋਲ ਬੁਲਾ ਕੇ ਆਖਦਾ ਏ ਕਿ ਜੇਕਰ ਤੈਨੂੰ ਦਾਜ ਚਾਹੀਦਾ ਤੇ ਮੇਰੇ ਤੋਂ ਮੰਗ ਮੈਂ ਇਸ ਧੀ ਦਾ ਬਾਪ ਆਂ ਇਹ ਹਿੰਦੂਆਂ ਨੂੰ ਵੀ ਨਾਲ ਰਲਾ ਲਿਆ ਏ ਮੁਸਲਮਾਨਾਂ ਨੂੰ ਵੀ ਨਾਲ ਰਲਾ ਰਿਹਾ ਏ ਇਹਦਾ ਕੁਝ ਨਾ ਕੁਝ ਕਰਨਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਤੇ ਤੁਹਾਡੇ ਦੋਵਾਂ ਦੇ ਰਾਹ ਦਾ ਰੋੜਾ ਬਣ ਜਾਵੇਗਾ ਤੇ ਦਿੱਲੀ ਦਰਬਾਰ ਜਿਹੜਾ ਪਹਿਲਾਂ ਹੀ ਸਿੱਖਾਂ ਦੀ ਨਸਲਕੁਸ਼ੀ ਕਰਨਾ ਚਾਹੁੰਦਾ ਸੀ ਇਹਨਾਂ ਚਿੱਠੀਆਂ ਦੇ ਨਾਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ ਗਈਆਂ ਚਿੱਠੀਆਂ ਦੇ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਮੋਹਰਾ ਬਣਾ ਕੇ ਦਿੱਲੀ ਦਰਬਾਰ ਦਾ ਰਸਤਾ ਪੱਧਰਾ ਹੋ ਗਿਆ ਦੇਸ਼ ਦੀ ਰਾਣੀ ਬੀਬੀ ਇੰਦਰਾ ਗਾਂਧੀ ਨੇ ਆਪਣੀ ਫੌਜ ਦੇ ਚੋਣਵੇਂ ਅਫਸਰਾਂ ਦੀ ਮੀਟਿੰਗ ਬੁਲਾਈ ਆ ਉਸ ਮੀਟਿੰਗ ਦੇ ਵਿੱਚ ਆਖਿਆ ਗਿਆ ਕਿ ਭਿੰਡਰਾਂ ਵਾਲਾ ਦਿੱਲੀ ਦੇ ਤਖ਼ਤ ਨੂੰ ਅਕਾਲ ਤਖ਼ਤ ਤੋਂ ਖੜੋ ਕੇ ਅੱਖਾਂ ਕੱਢਦਾ ਏ ਇਹ ਅੱਤਵਾਦ ਪੈਦਾ ਕਰ ਦੇਵੇਗਾ ਇਹਨੂੰ ਰੋਕਣਾ ਬਹੁਤ ਜ਼ਰੂਰੀ ਆ ਕਿਸੇ ਵੀ ਹਾਲਤ ਦੇ ਵਿੱਚ ਜੋ ਕੁਝ ਤੁਹਾਨੂੰ ਚਾਹੀਦਾ ਮਸ਼ੀਨ ਗੰਨਾਂ ਚਾਹੀਦੀਆਂ ਟੈਂਕ ਚਾਹੀਦੇ ਆ ਤੋਪਾਂ ਚਾਹੀਦੀਆਂ ਹੈਲੀਕਾਪਟਰ ਚਾਹੀਦੇ ਕਮਾਂਡੋ ਚਾਹੀਦੇ ਜੋ ਕੁਝ ਸਾਜੋ ਸਮਾਨ ਚਾਹੀਦਾ ਉਹ ਲੈ ਕੇ ਜਾਓ ਪਰ ਭਿੰਡਰਾਂ ਵਾਲਾ ਕਿਸੇ ਵੀ ਹਾਲਤ ਦੇ ਵਿੱਚ ਮੇਰੇ ਕੋਲ ਪੇਸ਼ ਕਰੋ
ਜੋ ਵੀ ਤੁਹਾਨੂੰ ਉਹਦਾ ਹਾਮੀ ਦਿਸਦਾ ਏ ਉਹਨੂੰ ਫੜ ਕੇ ਕਤਲ ਕਰ ਦਿੱਤਾ ਜਾਵੇ। ਜੇ ਤੁਹਾਨੂੰ ਕੋਈ ਸੰਤ ਕਹਿੰਦੇ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਹਮਾਇਤੀ ਦਿਸਦਾ ਏ ਉਹਨੂੰ ਫੜ ਕੇ ਕਤਲ ਕਰ ਦਿੱਤਾ ਜਾਵੇ ਤੇ ਭਿੰਡਰਾਂ ਵਾਲਿਆਂ ਨੂੰ ਰੱਸਿਆਂ ਦੇ ਨਾਲ ਨੂੜ ਕੇ ਜਿਉਂਦਿਆਂ ਜਾਂ ਮੁਰਦਿਆਂ ਮੇਰੇ ਕੋਲ ਪੇਸ਼ ਕਰੋ। ਕਿਸ ਤਰ੍ਹਾਂ ਬੀਬੀ ਇੰਦਰਾ ਗਾਂਧੀ ਆਪਣੀ ਫੌਜ ਨੂੰ ਹਦਾਇਤਾਂ ਦੇ ਕੇ ਪੰਜਾਬ ਦੀ ਧਰਤੀ ਵੱਲ ਨੂੰ ਰਵਾਨਾ ਕਰਦੀ ਆ, ਕਿਸ ਤਰ੍ਹਾਂ ਸਹੂਲਤਾਂ ਦੀ ਗੱਲ ਕਰ ਰਹੀ ਆ, ਉਸ ਵੇਲੇ ਨੂੰ ਕਵੀ ਨੇ ਕਿਸ ਤਰ੍ਹਾਂ ਕਲਮਬੰਦ ਕੀਤਾ, ਆਓ ਪਿਆਰ ਦੇ ਨਾਲ ਸਰਵਣ ਕਰੀਏ। ਪਿੰਡਰਾਂ ਵਾਲਾ ਲਿਆਵਣਾ ਫੜ ਕੇ ਮੇਰੇ ਪਾਸ, ਖਤਰਾ ਹੈ ਸਰਕਾਰ ਨੂੰ ਸੋਚਾਂ ਮੈਂ ਅਡਵਾਂਸ। ਜਰਨਲ ਘਰ ਨਾਲ ਸਾਦਕੇ ਕੇਂਦਰਾ ਰਾਣੀ, ਸਿਰ ਉੱਤੋਂ ਦੀ ਲੰਘਿਆ ਕਹਿੰਦੀ ਹੁਣ ਪਾਣੀ। ਰੋੜ ਵਾਂਗਰਾਂ ਮੇਰੀਆਂ ਅੱਖਾਂ ਵਿੱਚ ਰੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ। ਜਰਨਲ ਘਰ ਨਾਲ ਸਾਦਕੇ ਕੇਂਦਰਾ ਰਾਣੀ, ਸਿਰ ਉੱਤੋਂ ਦੀ ਲੰਘਿਆ ਕਹਿੰਦੀ ਹੁਣ ਪਾਣੀ। ਰੋੜ ਵਾਂਗਰਾਂ ਮੇਰੀਆਂ ਅੱਖਾਂ ਵਿੱਚ ਰੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ। ਦਿੱਲੀ ਦੇ ਜੋ ਤਖਤ ਤੋਂ ਪੂਰਾ ਨਾ ਡਰਦਾ, ਜਿਹੜਾ ਮੇਰੇ ਹੁਕਮ ਦੀ ਪਰਵਾਹ ਨਾ ਕਰਦਾ। ਹਾਕੀ ਆਖਦਾ ਲਵਾਂਗਾ ਤੁਹਾਡੇ ਤੋਂ ਲੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ। ਆਪੇ ਕਰਦਾ ਫੈਸਲੇ ਉਹਨੇ ਹੱਦ ਕਰਤੀ, ਕਿਤੇ ਆਪਣੀ ਫੌਜ ਵਿੱਚ ਉਹਨੇ ਗੱਭਰੂ ਭਰਤੀ। ਮੈਨੂੰ ਤਖਤੀ ਅਕਾਲ ਤੋਂ ਵੰਗਾਰੇ ਖੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ। ਗੁਰਬਚਨ ਸਿੰਘ ਜੇ ਅਸਾਂ ਦੇ ਉਹਨੇ ਹਾਮੀ ਮਾਰੇ, ਲੁਕ ਦਿਓ ਦੇ ਕੋਲ ਨੇ ਸਭ ਜਾ ਹਥਿਆਰੇ। ਹੋਣੀ ਜਾਪੇ ਉਸ ਦੇ ਸਿਲੀ ਉੱਤੇ ਕੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ। ਗਨ ਮਸ਼ੀਨਾਂ ਬੀੜ ਲੋ ਤੁਸੀਂ ਪਾਸੇ ਚਾਰੇ, ਗਨ ਮਸ਼ੀਨਾਂ ਬੀੜ ਲੋ ਤੁਸੀਂ ਪਾਸੇ ਚਾਰੇ, ਲੈ ਬਖਤਰ ਬੰਦ ਗੱਡੀਆਂ ਪਾ ਦਿਓ ਖਲਾਰੇ। ਹੱਲਾ ਬੋਲੋ ਉਸ ਤੇ ਕਰੜਾਈਆਂ ਕਰਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ। ਅੰਮ੍ਰਿਤਧਾਰੀ ਦਿਸੇ ਜੋ ਸਭ ਮਾਰ ਮੁਕਾਵੋ, ਭਿੰਡਰਾਂ ਵਾਲਾ ਬੰਨ ਕੇ ਮਸ਼ਕਾਂ ਲੈ ਆਵੋ। ਪਾਇਆ ਜਿਹੜਾ ਅੱਖ ਵਿੱਚ ਨਾ ਮੁੜ ਕੇ ਰੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ। ਓਏ ਆਲਮ ਵਾਲੀ ਆਇਆ ਕਦੀ ਸਭ ਚੇਲੇ ਉਹਦੇ, ਤੋਪਾਂ ਨਾਲ ਉਡਾ ਦਿਓ ਸਭ ਜੰਗੀ ਉਹਦੇ। ਲਿਖੇ ਜਾਣਗੇ ਕੋਮਲਾ ਅੱਜ ਖੂਨੀ ਵਰਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ, ਮਾਰ ਦਿਓ ਜਰਨੈਲ ਸਿੰਘ ਜਾਂ ਲਿਆਵੋ ਫੜ ਕੇ।
ਆਪਣੀ ਫੌਜ ਨੂੰ ਖੁੱਲੀਆਂ ਛੁੱਟੀਆਂ ਦੇ ਕੇ ਤੇ ਪੰਜਾਬ ਦੀ ਧਰਤੀ ਵੱਲ ਨੂੰ ਰਵਾਨਾ ਕਰ ਦਿੱਤਾ ਹੈ। ਗੁਰਮੁਖੋ 6 ਲੱਖ ਫੌਜ ਦੀ ਗਿਣਤੀ ਪੂਰੇ ਪੰਜਾਬ ਦੇ ਵਿੱਚ ਉਤਾਰੀ ਗਈ, ਜਿਸ ਵਿੱਚੋਂ ਕੁੱਝ ਹਿੱਸੇ ਨੇ ਪੰਜਾਬ ਨੂੰ ਘੇਰਾ ਪਾਇਆ ਤੇ ਕੁੱਝ ਹਿੱਸਾ ਦਰਬਾਰ ਸਾਹਿਬ ਸਮੂਹ ਨੂੰ ਘੇਰਾ ਪਾ ਕੇ ਬੈਠ ਗਿਆ। ਕੁੱਝ ਸਾਡੇ ਬਹੁਤੇ ਸਿਆਣੇ ਲੋਕਾਂ ਦਾ ਇਹ ਵਿਚਾਰ ਆ, ਕਹਿੰਦੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜੇ ਅਕਾਲ ਤਖ਼ਤ ਸਾਹਿਬ ਤੇ ਆਪਣੇ ਸਾਥੀ ਸਿੰਘਾਂ ਦੇ ਨਾਲ ਹਥਿਆਰ ਲੈ ਕੇ ਨਾ ਜਾਂਦੇ ਤਾਂ ਸ਼ਾਇਦ ਇਹ ਹਮਲਾ ਨਹੀਂ ਸੀ ਹੋਣਾ, ਪਰ ਇਹ ਸਾਡਾ ਬਹੁਤ ਵੱਡਾ ਭੁਲੇਖਾ ਹੈ। ਜੇ ਮਹਾਂਪੁਰਖ ਉੱਥੇ ਨਾ ਜਾਂਦੇ ਆਪਣੇ ਸਾਥੀ ਸਿੰਘਾਂ ਦੇ ਨਾਲ ਤੇ ਹਮਲਾ ਫਿਰ ਵੀ ਹੋਣਾ ਸੀ। ਕਿਉਂ? ਕਿਉਂਕਿ ਹਜੇ ਧਰਮ ਯੁੱਧ ਮੋਰਚਾ ਲੱਗਿਆ ਨਹੀਂ ਸੀ ਜਦੋਂ, ਤੇ ਦੇਹਰਾਦੂਨ ਦੀਆਂ ਪਹਾੜੀਆਂ ਤੇ ਦਰਬਾਰ ਸਾਹਿਬ ਦਾ ਪ੍ਰੋਪਰ ਮਾਡਲ ਬਣਾ ਕੇ ਕਮਾਂਡੋਆਂ ਨੂੰ ਟ੍ਰੇਨਿੰਗਾਂ ਦਿੱਤੀਆਂ ਗਈਆਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ। ਦੂਸਰੀ ਗੱਲ, ਜੇ ਇਕੱਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਹੁੰਦੀ ਤੇ ਉਹਨਾਂ ਹੋਰ ਸ਼ਰਧਾਲੂਆਂ ਨੂੰ ਕਿਉਂ ਗੋਲੀਆਂ ਮਾਰੀਆਂ ਗਈਆਂ ਜਿਹੜੇ 5ਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ। ਤੀਸਰੀ ਗੱਲ, ਜੇਕਰ ਇਕੱਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਹੁੰਦੀ ਤੇ ਪੰਜਾਬ ਦੇ ਵਿੱਚ ਹੋਰ 70 ਦੇ ਕਰੀਬ ਗੁਰੂ ਘਰਾਂ ਦੇ ਉੱਤੇ ਹਮਲਾ ਕੀਤਾ ਗਿਆ, ਸਾਰਿਆਂ ਵਿੱਚ ਤਾਂ ਸੰਤ ਜਰਨੈਲ ਸਿੰਘ ਨਹੀਂ ਸੀ। ਬੜੀ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਦਿਹਾੜਾ ਵੀ ਉਹ ਚੁਣਿਆ ਗਿਆ ਜਦੋਂ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਸੰਗਤਾਂ ਨੇ ਇਕੱਤਰ ਹੋਣਾ ਕਿ ਵੱਧ ਤੋਂ ਵੱਧ ਸਿੱਖਾਂ ਦੀ ਗਿਣਤੀ ਨੂੰ ਕਤਲ ਕਰ ਦਿੱਤਾ ਜਾਵੇ ਤੇ ਇਹ ਅਸੀਂ ਨਸਲਕੁਸ਼ੀ ਕਰਨ ਦੇ ਵਿੱਚ ਕਾਮਯਾਬ ਹੋ ਜਾਵਾਂ। ਗੁਰਮੁਖੋ ਹੋਰ ਗੱਲ, ਜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਹੁੰਦੀ ਤੇ ਪਾਣੀ ਬੰਦ ਕਰ ਦਿੰਦੇ, ਘੇਰਾ ਪਾ ਕੇ ਬੈਠੇ ਰਹਿੰਦੇ, ਦਰਬਾਰ ਸਾਹਿਬ ਵੱਲ ਨੂੰ ਗੋਲੀਆਂ ਨਹੀਂ ਸੀ ਚਲਾਈਆਂ ਜਾਣੀਆਂ। ਰਹੋ ਵਿਚਾਰ, 1 ਜੂਨ 2000 ਵਾਹਿਗੁਰੂ 1 ਜੂਨ ਸਨ 1984 ਨੂੰ ਦਰਬਾਰ ਸਾਹਿਬ ਸਮੂਹ ਨੂੰ ਘੇਰਾ ਪਾਇਆ ਹੈ ਭਾਰਤ ਦੀ ਫੌਜ ਨੇ। 94 ਫੌਜ ਦੇ ਅਫਸਰ ਇਹਨਾਂ ਨੇ ਆਪਣੀ ਰਣਨੀਤੀ ਅਨੁਸਾਰ ਘੇਰਾ ਪਾ ਕੇ, ਜਰਨਲ ਸਿਨਹਾ ਲਿਖਦਾ ਹੈ ਆਪਣੀ ਕਿਤਾਬ ਦੇ ਵਿੱਚ ਕਿ 1 ਜੂਨ 1984 ਨੂੰ ਦਰਬਾਰ ਸਾਹਿਬ ਪਰਿਕਰਮਾ ਵੱਲ ਨੂੰ 1000 ਵਾਹਿਗੁਰੂ 10000 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ, 10000 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਵਿੱਚੋਂ 400 ਦੇ ਕਰੀਬ ਗੋਲੀਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਲੱਗੀਆਂ। ਇਹ ਗੋਲੀਆਂ ਇਸ ਕਰਕੇ ਚਲਾਈਆਂ ਗਈਆਂ ਸੀ ਕਿ ਅੰਦਰ ਚੈੱਕ ਕਰ ਸਕੀਏ ਕਿ ਸਿੰਘਾਂ ਕੋਲ ਕਿਹੜੇ ਕਿਹੜੇ ਹਥਿਆਰ ਨੇ ਤੇ ਕਿੱਥੇ ਕਿੱਥੇ ਉਹਨਾਂ ਨੇ ਮੋਰਚੇਬੰਦੀ ਕੀਤੀ ਹੋਈ ਹੈ ਤੇ ਕਿੰਨੇ ਕੁ ਲੜਨ ਵਾਲੇ ਸਿੰਘ। ਅੰਦਰੋਂ ਸਿੰਘਾਂ ਨੇ ਪੱਕੀਆਂ ਰਾਈਫਲਾਂ 315 ਬੋਰ ਤੇ 12 ਬੋਰ ਦੀਆਂ ਰਾਈਫਲਾਂ ਦੇ ਨਾਲ ਫੈਰ ਖੋਲ ਦਿੱਤੀ ਤੇ ਭਾਰਤ ਦੀ ਫੌਜ ਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਆ, ਮੂੰਹ ਦੇ ਉੱਤੇ ਮੁਸਕਰਾਟ ਆਈ ਆ। ਕਹਿੰਦੇ ਭਿੰਡਰਾਂ ਵਾਲਾ ਅੰਦਰ ਕੜਾ ਖਾਣਿਆਂ ਦਾ ਟੋਲਾ ਲੈ ਕੇ ਬੈਠਾ ਏ, ਅਸੀਂ ਇਹ ਸਾਰਾ ਤਾਮ ਝਾਮ 3-4 ਘੰਟਿਆਂ ਦੇ ਵਿੱਚ ਮੁਕਾ ਕੇ ਤੇ ਕੱਲ ਦੁਪਹਿਰ ਤੱਕ ਸੰਤ ਜਰਨੈਲ ਸਿੰਘ ਨੂੰ ਦਿੱਲੀ ਦਰਬਾਰ ਬੀਬੀ ਇੰਦਰਾ ਗਾਂਧੀ ਤੇ ਪੇਸ਼ ਕਰ ਦੇਣਾ। ਪਰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਭਾਰਤ ਦੀ ਫੌਜ ਨੂੰ ਨਹੀਂ ਸੀ ਕਿ ਅੰਦਰ ਤਾਂ ਉਹ ਬੈਠੇ ਨੇ ਜਿਹੜੇ ਕਹਿੰਦੇ ਨੇ ਕਬੀਰ ਮੋਹੇ ਮਰਨੇ ਕਾ ਮਰੋ ਤੋ ਹਰ ਕੇ ਦੁਆਰ, ਅੰਦਰ ਤਾਂ ਉਹ ਬੈਠੇ ਜਿਨ੍ਹਾਂ ਦੀ ਕੰਡ ਦੇ ਉੱਤੇ ਥਾਪ ਸਤਿ ਸ੍ਰੀ ਅਕਾਲ, ਅੰਦਰ ਤਾਂ ਉਹ ਬੈਠੇ ਆ ਜਿਨ੍ਹਾਂ ਦੀ ਕੰਡ ਦੇ ਉੱਤੇ ਥਾਪੜਾ ਮੀਰੀ ਪੀਰੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ, ਅੰਦਰ ਉਹ ਬੈਠੇ ਨੇ ਜਿਹੜੇ ਸੋਢੀ ਸੁਲਤਾਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਤੋਂ ਆਪਣਾ ਆਪ ਨਿਸ਼ਾਵਰ ਕਰਨ ਦੇ ਲਈ ਤਿਆਰ ਬਰ ਤਿਆਰ ਨੇ। ਮੋਰਚੇਬੰਦੀ ਕੀਤੀ ਹੋਈ ਹੈ ਜਨਰਲ ਸੁਵੇਗ ਸਿੰਘ ਨੇ, ਜਿਹਨਾਂ ਫੌਜ ਦੀ ਨੌਕਰੀ ਕਰਦਿਆਂ ਲੰਮਾ ਸਮਾਂ ਬੀਤਿਆ ਹੈ ਤੇ ਰਿਟਾਇਰਮੈਂਟ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਭਾਰਤ ਦੀ ਫੌਜ ਨੇ ਬੜੀ ਹੀ ਨੀਤੀ ਦੇ ਤਹਿਤ
ਇਹਨਾਂ ਨੂੰ ਬਰਖਾਸਤ ਕਰ ਦਿੱਤਾ ਫੌਜ ਦੇ ਵਿੱਚ, ਕਿਉਂਕਿ ਭਾਰਤ ਦੀ ਸਰਕਾਰ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਦੀ ਕਿ ਕੋਈ ਸਿੱਖ ਕਿਸੇ ਵੱਡੇ ਅਹੁਦੇ ਦੇ ਉੱਤੇ ਹੋ ਕੇ ਰਿਟਾਇਰਮੈਂਟ ਪ੍ਰਾਪਤ ਕਰੇ, ਕਿਉਂਕਿ ਉਹ ਗੱਲ ਦੀ ਹੱਡੀ ਬਣ ਜਾਣਾ ਸਦਾ। ਪਰ ਇਸ ਜਰਨਲ ਨੇ ਫੌਜ ਵਿੱਚੋਂ ਨਿਕਲਣ ਤੋਂ ਬਾਅਦ ਕੌਮ ਦੇ ਜਰਨਲ ਦੇ ਨਾਲ ਹੱਥ ਮਿਲਾਇਆ। ਇਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਹੱਥ ਮਿਲਾ ਕੇ ਦਰਬਾਰ ਸਾਹਿਬ ਦੀ ਪ੍ਰਾਪਤੀ ਦੇ ਲਈ, ਦਰਬਾਰ ਸਾਹਿਬ ਜੀ ਦੀ ਆਜ਼ਾਦੀ ਦੇ ਪ੍ਰਾਪਤੀ ਦੇ ਲਈ, ਕੌਮ ਦੀ ਆਜ਼ਾਦੀ ਦੇ ਲਈ, ਕੌਮ ਦੇ ਲਈ ਜੂਝਣ ਦਾ ਫੈਸਲਾ ਕਰ ਲਿਆ ਏ। ਗੁਰਮੁਖੋ, ਘੇਰਾ ਪਾਈ ਹੋਈ ਫੌਜ ਨੇ ਆਪਣੀ ਨੀਤੀ ਦੇ ਅਨੁਸਾਰ ਆਪਣੇ ਕਰਮਚਾਰੀਆਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪਾਸ ਭੇਜਿਆ ਏ। ਜਰਨਲ ਸੁਬੇਗ ਸਿੰਘ ਵੀ ਬੈਠੇ ਆ, ਇਹਨਾਂ ਨੂੰ ਆਖਿਆ ਗਿਆ ਕਿ ਤੁਹਾਨੂੰ ਤੁਰੰਤ ਮੁੱਖ ਮੰਤਰੀ ਬਣਾ ਦਿੰਦੇ ਆ, ਅਮੈਰੀਕਾ ਦੀ ਸਿਟੀਜ਼ਨਸ਼ਿਪ ਦੇ ਦਿੰਦੇ ਆ, ਕਰੋੜਾਂ ਡਾਲਰਾਂ ਦਾ ਪੇਸ਼ਕਸ਼ ਕੀਤੀ ਗਈ ਆ, ਪਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਮਹਾਂਪੁਰਖ ਨੇ ਗੁਰਬਾਣੀ ਦਾ ਬਚਨ ਸਰਵਣ ਕਰਵਾਇਆ ਏ, ਗਗਨਤ ਮਾਮਾ ਬਾਜੋ ਪਰੇ ਨਸਾਨੇ ਘਾਓ, ਖੇਤ ਭਾਂਡੇ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਆ ਜੋ ਲਰੈ ਦੀਨ ਕੇ, ਖੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਫਿਰ ਜਰਨਲ ਸੁਬੇਗ ਸਿੰਘ ਵੱਲੀ ਨੂੰ ਹੋ ਗਿਆ ਕਰਮਚਾਰੀ, ਸਵਾਲ ਕੀਤਾ, ਜਰਨਲ ਸਾਹਿਬ ਤੁਸੀਂ ਫੌਜ ਦੇ ਵਿੱਚ ਭਰਤੀ ਹੋਣ ਲੱਗਿਆ ਕਸਮ ਖਾਧੀ ਆ ਗੁਰੂ ਗ੍ਰੰਥ ਸਾਹਿਬ ਦੀ ਕਿ ਇਸ ਦੇਸ਼ ਦੇ ਨਾਲ ਕਦੇ ਧਰੋਹ ਨਾ ਕਮਾਉਂਗੇ, ਕਦੇ ਫੌਜ ਦੇ ਨਾਲ ਧਰੋਹ ਨਾ ਕਮਾਉਂਗੇ? ਤੇ ਜਰਨਲ ਸਾਹਿਬ ਨੇ ਜਵਾਬ ਦਿੱਤਾ, ਜੇ ਇਸ ਗੁਰੂ ਦੀ ਤੁਸੀਂ ਕਸਮ ਚੁਕਾਈ ਆ, ਜੇ ਇਸ ਗੁਰੂ ਦੀ ਮੈਂ ਕਸਮ ਖਾਧੀ ਆ, ਜੇਕਰ ਉਸੇ ਗੁਰੂ ਦੇ ਉੱਤੇ ਭੀੜ ਬਣ ਜਾਵੇ ਤੇ ਮੈਂ ਕਿਸ ਤਰ੍ਹਾਂ ਪਿੱਛੇ ਹੋ ਸਕਦਾ? ਮੈਂ ਤੁਹਾਡੇ ਦੇਸ਼ ਦੇ ਲਈ ਜਿੰਨਾ ਚਿਰ ਮੈਂ ਸੀ ਉਹਨਾਂ ਚਿਰ ਲੜਿਆ ਏ, ਇਸ ਵਕਤ ਮੈਂ ਆਪਣਾ ਆਪ ਸਮਰਪਣ ਕਰ ਚੁੱਕਿਆ ਏ ਆਪਣੇ ਧਰਮ ਦੇ ਲਈ, ਤੇ ਸਾਡੇ ਰਸਤੇ ਦੇ ਵਿੱਚ ਜੋ ਵੀ ਆਵੇਗਾ ਉਹ ਗੋਲੀਆਂ ਦਾ ਨਿਸ਼ਾਨਾ ਬਣੇਗਾ, ਉਹ ਭੁੰਨਿਆ ਜਾਵੇਗਾ। ਗੁਰਮੁਖੋ, ਇਹੋ ਜਿਹੀਆਂ ਤਕਰੀਰਾਂ ਸੁਣ ਕੇ ਜਿਹੜੇ ਕਰਮਚਾਰੀ ਗਏ ਆ ਨਾ, ਇਹ ਵਾਪਸ ਨਾ ਮੁੜੇ, ਭਾਰਤ ਦੀ ਫੌਜ ਵੱਲ ਵਾਪਸ ਨਾ ਮੁੜੇ, ਉੱਥੇ ਹੀ ਸਿੰਘਾਂ ਦੇ ਕੋਲੋਂ ਹਥਿਆਰ ਲੈ ਕੇ ਤੇ ਅੰਦਰੋਂ ਜੰਗ ਲੜੇ ਆ ਫੌਜ ਦੇ ਵਰਕੇ। ਐਡੀ ਸਪੈਟ ਤਕੜੀ ਰਹੋ ਵਿਚਾਰ, ਭਾਰਤ ਦੀ ਫੌਜ ਨੇ ਆਪਣੀ ਨੀਤੀ ਦੇ ਅਨੁਸਾਰ ਦੋ ਟੁਕੜੀਆਂ ਫੌਜ ਦੀਆਂ ਤਿਆਰ ਕੀਤੀਆਂ, ਇੱਕ 1700 ਜਵਾਨਾਂ ਦੀ ਤੇ ਇੱਕ 2200 ਜਵਾਨਾਂ ਦੀ। ਉਹ ਜਵਾਨ 94 ਕੱਢੇ ਗਏ ਜਿਨ੍ਹਾਂ ਨੇ 1971 ਦੀ ਲੜਾਈ ਦੇ ਵਿੱਚ ਬੜੇ ਵੱਡੇ ਮਾਰਕੇ ਮਾਰੇ। ਇਹਨਾਂ ਨੂੰ ਹਦਾਇਤ ਕੀਤੀ ਗਈ 1700 ਜਵਾਨਾਂ ਨੂੰ ਕਿ ਤੁਸੀਂ ਧਰਤੀ ਦੇ ਉੱਤੇ ਲੰਮੇ ਪੈ ਕੇ ਧਰਤੀ ਦੇ ਉੱਤੇ ਰੇਂਗਦਿਆਂ ਹੋਇਆਂ ਕੂਣੀਆਂ ਤੇ ਗੋਡਿਆਂ ਦੇ ਭਾਰ ਪਰਕਰਮਾ ਦੇ ਵਿੱਚ ਦਾਖਲ ਹੋਣਾ ਹੈ, ਤੇ 2200 ਜਵਾਨਾਂ ਨੂੰ ਹਦਾਇਤ ਕੀਤੀ ਗਈ ਕਿ ਤੁਸੀਂ ਇਹਨਾਂ ਨੂੰ ਕਵਰਿੰਗ ਫਾਇਰਿੰਗ ਦੇ ਕੇ ਪਰਕਰਮਾ ਦੇ ਵਿੱਚ ਦਾਖਲ ਕਰਵਾਉਣਾ ਹੈ, ਜੇ ਅੰਦਰੋਂ ਸਿੱਖ ਗੋਲੀ ਚਲਾਉਣ ਤੇ ਉਹ ਇਹ 2200 ਜਵਾਨਾਂ ਦੀ ਟੁਕੜੀ ਦੇ ਨਾਲ ਉਲਝ ਜਾਣ, ਤੇ 1700 ਜਵਾਨਾਂ ਦੀ ਟੁਕੜੀ ਜਿਹੜੀ ਆ ਉਹ ਆਪੇ ਆਪਣਾ ਆਪ ਬਚਾਅ ਕਰਦੀ ਹੋਈ ਪਰਕਰਮਾ ਦੇ ਵਿੱਚ ਦਾਖਲ ਹੋ ਜਾਵੇਗੀ। ਗੁਰਮੁਖੋ, ਕਿਸੇ ਵੀ ਕੌਮ ਦਾ ਕਿਸੇ ਵੀ ਧਰਮ ਦਾ ਬੱਚਾ ਵੀ ਹੋਵੇ ਨਾ, ਚਾਹੇ ਕੋਈ ਹਿੰਦੂ ਮੁਸਲਮਾਨ ਈਸਾਈ ਬੋਧੀ ਜੈਨੀ ਕੋਈ ਵੀ ਹੋਵੇ, ਹਰੇਕ ਧਰਮ ਦੇ ਬੱਚੇ ਤੱਕ ਨੂੰ ਇਹ ਪਤਾ ਹੁੰਦਾ ਕਿ ਕਿਸੇ ਦੇ ਵੀ ਧਾਰਮਿਕ ਸਥਾਨ ਦੇ ਉੱਤੇ ਜੋੜੇ ਪਾ ਕੇ ਨਹੀਂ ਜਾਇਆ ਜਾਂਦਾ, ਕਿਸੇ ਦੇ ਵੀ ਧਾਰਮਿਕ ਸਥਾਨ ਦੇ ਉੱਤੇ ਨੰਗੇ ਸਿਰ ਨਹੀਂ ਜਾਇਆ ਜਾਂਦਾ, ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਸ਼ਰਾਬ ਪੀ ਕੇ ਨਹੀਂ ਜਾਇਆ ਜਾਂਦਾ। ਪਰ ਭਾਰਤ ਦੀ ਫੌਜ ਨੇ ਬੱਚਿਆਂ ਤੋਂ ਵੀ ਨੀਚ ਹਰਕਤ ਕੀਤੀ ਆ, ਬੂਟਾਂ ਦੇ ਸਣੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਦੇ ਉੱਤੇ ਗਏ ਨੇ, ਸ਼ਰਾਬ ਦੇ ਨਾਲ ਰੱਜੇ ਹੋਏ ਆ, ਹੱਥਾਂ ਦੇ ਵਿੱਚ ਬੀੜੀਆਂ ਫੜੀਆਂ ਵਾ,
ਤੇ ਬੂਟਾਂ ਦੇ ਸਣੇ ਪ੍ਰਕਰਮਾਂ ਦੇ ਵਿੱਚ ਦਾਖਲ ਹੋਏ ਆ, ਪਰ ਜਦੋਂ ਸਾਡੇ ਉੱਤੇ ਕੋਈ ਭਾਜੀ ਚਾੜ ਦਿੰਦਾ ਏ ਤੇ ਫਿਰ ਸਾਨੂੰ ਉਹਦਾ ਨਿਉਂਦਰਾ ਵਾਪਸ ਕਰਨਾ ਆਉਂਦਾ ਏ। ਜਦੋਂ ਸਾਡੇ ਘਰ ਕੋਈ ਸੱਜਣ ਮਿੱਤਰ ਆਵੇ ਨਾ, ਉਹ ਜਿਹੋ ਜਿਹਾ ਸੁਨੇਹਾ ਲੈ ਕੇ ਆਵੇ ਤੇ ਅਸੀਂ ਉਹੋ ਜਿਹਾ ਨੂੰ ਜਲ ਪਾਣੀ ਕਰਾ ਦੇਈਦਾ। ਜੇ ਕੋਈ ਮਰਗ ਦੀ ਖਬਰ ਲੈ ਕੇ ਆਵੇ, ਕਿਸੇ ਦੇ ਮੌਤ ਦੀ ਖਬਰ ਲੈ ਕੇ ਆਵੇ, ਤੇ ਉਹਨੂੰ ਕੱਲੀ ਚਾਹ ਪਿਆ ਕੇ ਮੋੜ ਦਿੰਦੇ ਆ ਜਾਂ ਕੱਲਾ ਪਾਣੀ ਪਿਆ ਕੇ ਮੋੜ ਦਿੰਦੇ ਆ, ਕਿਉਂਕਿ ਮਾਣੀ ਇਹੋ ਜਿਹਾ। ਜੇ ਕੋਈ ਆਵੇ ਕਿਸੇ ਦੇ ਵਿਆਹ ਦੀ ਗੱਲ ਲੈ ਕੇ, ਕਿਸੇ ਦੇ ਜੰਮੇ ਦੀ ਖੁਸ਼ੀ ਦੀ ਖਬਰ ਲੈ ਕੇ ਆਵੇ, ਉਹਨੂੰ ਚਾਹ ਦੇ ਨਾਲ ਮਠਿਆਈ ਪਰੋਸਦੇ ਆ, ਉਹਨੂੰ ਆਖਦੇ ਆ ਪ੍ਰਸ਼ਾਦਾ ਵੀ ਛੱਕ ਕੇ ਜਾਈ, ਰਾਤ ਰਹਿਣ ਦੇ ਲਈ ਵੀ ਆਖਦੇ ਆ। ਜੇ ਕੋਈ ਆਵੇ ਡਾਂਗ ਲੈ ਕੇ ਮੈਂ ਤੈਨੂੰ ਕੁੱਟਣਾ ਆ, ਚੜ ਕੇ ਆਉਣਾ, ਫਿਰ ਉਹਦੀ ਡਾਂਗ ਵੀ ਖੋਹ ਲਈ ਦੀ, ਤੁਸੀਂ ਡਾਂਗ ਨਾਲ ਉਹਦੇ ਮੌਰ ਵੀ ਤੱਤੇ ਕਰ ਦੇਈ ਦੀ ਆ। ਇਹ ਸਾਡਾ ਅਸੂਲ ਆ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਦੇਗ ਪੱਕੀ। ਅਸੀਂ ਆਪਣੇ ਧਰਮ ਦੀ, ਅਸੀਂ ਆਪਣੇ ਕੌਮ ਦੀ ਖਾਤਰ ਇਸ ਭਾਰਤੀ ਫੌਜ ਦਾ ਮੁਕਾਬਲਾ ਪਹਿਲੇ ਹੱਲੇ ਦੇ ਵਿੱਚ ਕਿਸ ਤਰ੍ਹਾਂ ਕੀਤਾ ਏ? ਜਿਹੜੀ ਫੌਜ ਸੋਚਦੀ ਸੀ ਕਿ 3-4 ਘੰਟਿਆਂ ਦੇ ਵਿੱਚ ਆਪਰੇਸ਼ਨ ਮੁਕਾ ਦੇਵਾਂਗੇ, ਉਹਦਾ ਹਾਲ ਕੀ ਹੋਇਆ ਪਿਆ ਪ੍ਰਕਰਮਾਂ ਦੇ ਵਿੱਚ? ਆਓ ਸਰ, ਚੜਕੀ ਆਏ ਤਖ਼ਤ ਤੇ ਦੇਣੇ ਨਹੀਂ ਉਹ ਜਾਨ, ਪਹਿਲੇ ਹੱਲੇ ਸਿੰਘਾਂ ਨੇ ਫੌਜ ਦੇ ਲਏ ਪ੍ਰਾਨ, ਭਾਰਤੀ ਸੈਨਾ ਨੇ ਬਣਾਈ ਯੋਜਨਾ ਸੰਤਾਂ ਨੂੰ ਫੜਨ ਲਈ, 71 ਦੀ ਲੜਾਈ ਵਾਲੇ ਪਹਿਲਾਂ ਭੇਜ ਤੇ ਅੱਗੇ ਹੋ ਲੜਨ ਲਈ। ਸਾਰੀ ਨੀਤੀ ਦਿੱਲੀ ਵਿੱਚ ਬੈਠ ਘੜੀ ਸੀ ਦਿੱਲੀ ਦੀਆਂ ਕਿੰਗਾਂ ਨੇ, ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ, ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ। ਹੋ ਭਾਰਤੀ ਸੈਨਾ ਨੇ ਬਣਾਈ ਯੋਜਨਾ ਸੰਤਾਂ ਨੂੰ ਫੜਨ ਲਈ, 71 ਦੀ ਲੜਾਈ ਵਾਲੇ ਪਹਿਲਾਂ ਭੇਜ ਤੇ ਅੱਗੇ ਹੋ ਲੜਨ ਲਈ। ਸਾਰੀ ਨੀਤੀ ਦਿੱਲੀ ਵਿੱਚ ਬੈਠ ਘੜੀ ਸੀ ਦਿੱਲੀ ਦੀਆਂ ਕਿੰਗਾਂ ਨੇ, ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ, ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ। ਉਹ 1700 ਦੀ ਕਾਵਾ ਰਿੰਗਾ ਲੈ ਕੇ ਲੇਟ ਗਿਆ, 2200 ਜਵਾਨ ਸੀ ਵੇਂਦੇ ਰਹਿ ਗਏ ਸਾਰੇ ਜੋ ਇਹਨਾਂ ਤੇ ਉੱਠੇ ਆ, ਕੈਰ ਦਾ ਤੂਫਾਨ ਸੀ। ਵਰੀ ਜਦੋਂ ਗੋਲੀ ਭੜਕ ਦੇ ਸਪਾਹੀ ਸੀ ਵਾਂਗੂ ਸੱਪ ਰਿੰਗਾਂ ਦੇ, ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ, ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ। ਸੋਚਦੀ ਸੀ ਫੌਜ 3-4 ਘੰਟਿਆਂ ਚ ਪਰੇਸ਼ਾਨ ਮੁਕਾ ਦਿਆਂਗੇ, ਕੱਲਾ ਦੀ ਦੁਪਹਿਰ ਸੰਤ ਜਾਰਾ ਨੈਲ ਨੂੰ ਦਿੱਲੀ ਚ ਪਹੁੰਚਾ ਦਿਆਂਗੇ। ਹੋ ਪਰ ਨਹੀਂ ਸੀ ਪਤਾ ਕਾਣ ਮੂਰੇ ਰਹਿਣਾ ਨਹੀਂ ਮਾੜੇ ਮੋਟੇ ਵਿੰਗਾਂ ਨੇ, ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ, ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ। ਸ਼ਬੇਗ ਸਿੰਘ ਅੱਗੇ ਜੋ ਜੋ ਜਾਰੂ ਸੂਰਮਾ ਸਾਂਭਦਾ ਕਮਾਨ ਸੀ, ਜੈਸਾ ਨਿੰਨ ਪੱਲੀ ਫੌਜ ਦੇ ਉਹ ਡਾਕੇ ਜੀ ਰੱਖ ਤੇ ਚਟਾਨ ਸੀ। ਸ਼ੇਰਾਂ ਦਾ ਮੁਕਾਬਲਾ ਸੀ ਕਿੱਦਾਂ ਕਰਨਾ ਹਿਰਨ 12 ਸਿੰਘਾਂ ਨੇ, ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ,
ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ ਉਹ ਸੋਚਦੀ ਸੀ ਫੌਜ ਤਿੰਨ ਚਾਰ ਘੰਟਿਆਂ ਚ ਪਰੇਸ਼ਾਨ ਮੁਕਾ ਦਿਆਂਗੇ ਕੱਲਾ ਦੀ ਦੁਪਹਿਰ ਸੰਤ ਜਾਰਾ ਨੈਲ ਨੂੰ ਦਿੱਲੀ ਚ ਪਹੁੰਚਾ ਦਿਆਂਗੇ ਪਰ ਨਹੀਂ ਸੀ ਪਤਾ ਕਾਣ ਮੂਰੇ ਰਹਿਣਾ ਨੀ ਮਾੜੇ ਮੋਟੇ ਵਿੰਗਾਂ ਨੇ ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ ਉਹ ਵਖਾਏ ਦੰਦ ਹੋਰ ਸਿੰਘਾਂ ਦੀਆਂ ਫੌਜਾਂ ਨੇ ਅਤੇ ਖਾਂਦੇ ਹੋਰ ਨਾ ਨੀਤੀ ਨਾਲ ਜੰਗ ਜਿੱਤ ਲਏ ਜਾਂਦੇ ਨੇ ਜਿੱਤੀ ਦੇ ਨਾ ਜ਼ੋਰ ਨਾ ਕੱਲੂ ਕਾਰੇ ਵਿੱਚ ਆ ਕੇ ਹਿੱਸਾ ਪਾਇਆ ਨਾ ਨਾਮ ਦੇ ਨਿਹੰਗਾਂ ਨੇ ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ ਭਾਰਤੀ ਸੈਨਾ ਦੇ ਜਵਾਨ ਫੁੰਡ ਤੇ ਪਹਿਲੇ ਹੱਲੇ ਸਿੰਘਾਂ ਨੇ ਪਹਿਲੇ ਹੱਲੇ ਦੇ ਵਿੱਚ ਗੁਰਮੁਖੋ ਸਿੰਘਾਂ ਨੇ ਅਜਿਹਾ ਮੂੰਹ ਤੋੜਵਾਂ ਜਵਾਬ ਦਿੱਤਾ ਜਿਹੜੀ ਫੌਜ ਕਹਿੰਦੀ ਸੀ ਤਿੰਨ ਚਾਰ ਘੰਟਿਆਂ ਦੇ ਵਿੱਚ ਆਪਰੇਸ਼ਨ ਮੁਕਾ ਦਾਂਗੇ ਮੂੰਹ ਦੇ ਵਿੱਚ ਉਂਗਲਾਂ ਪਾ ਕੇ ਸੋਚਣ ਦੇ ਲਈ ਮਜਬੂਰ ਹੋ ਗਈ ਸਾਡੇ ਨਾਲ ਬਣ ਕੀ ਗਿਆ ਪਰ ਕਰਮਾਂ ਦੇ ਵਿੱਚ ਚੀਕ ਝਾੜਾ ਪੈ ਰਿਹਾ ਪਰ ਕਰਮਾਂ ਲਹੂ ਦੇ ਨਾਲ ਲਾਲ ਹੋ ਗਈਆਂ ਨੇ ਭਾਰਤ ਦੀ ਫੌਜ ਨੇ ਬਲਖਾਟ ਦੇ ਵਿੱਚ ਆਈ ਹੋਈ ਨੇ ਅਨਾਉਂਸਮੈਂਟ ਕੀਤੀ ਆ ਸਿੰਘਾਂ ਅੱਗੇ ਕਿ ਸਾਨੂੰ ਜ਼ਖਮੀਆਂ ਨੂੰ ਚੁੱਕ ਲੈਣ ਦਿੱਤਾ ਜਾਵੇ ਤੇ ਸਿੰਘਾਂ ਨੇ ਅੰਦਰੋਂ ਹਰੀ ਝੰਡੀ ਦੇ ਦਿੱਤੀ ਆ ਲਾਸ਼ਾਂ ਨੂੰ ਤੇ ਜ਼ਖਮੀਆਂ ਨੂੰ ਚੁੱਕ ਦਿੱਤਾ ਗਿਆ ਤੇ ਬਾਹਰ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਕਰ ਦਿੱਤੀ ਆ ਭਾਰਤ ਦੀ ਫੌਜ ਨੇ 2 ਜੂਨ ਦੀ ਸਵੇਰ ਨੂੰ ਕਿ ਕਰਫਿਊ ਖੋਲ ਦਿੱਤਾ ਗਿਆ ਹੈ ਜਿਨ੍ਹਾਂ ਨੇ ਦਰਸ਼ਨ ਕਰਨੇ ਆ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ ਇਸ ਕਰਕੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆਈਆਂ ਸੀ ਤੇ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਗਈਆਂ ਨੇ ਪਰ ਕਰਮਾਂ ਦੇ ਵਿੱਚ ਦਾਖਲ ਹੋਈਆਂ ਤੇ ਕਰਫਿਊ ਫਿਰ ਤੋਂ ਲਗਾ ਦਿੱਤਾ ਫਿਰ ਉਹੀ ਉਹ ਨੀਤੀ ਕੂੜ ਨੀਤੀ ਕਿ ਜਿੰਨੇ ਸਿੱਖ ਵੱਧ ਤੋਂ ਵੱਧ ਮਾਰੇ ਜਾਣ ਓਨਾ ਹੀ ਭਾਰਤ ਦੀ ਫੌਜ ਦਾ ਫਾਇਦਾ ਕਰਫਿਊ ਫਿਰ ਲਾ ਦਿੱਤਾ ਗਿਆ ਤੇ 3 ਜੂਨ ਨੂੰ ਮੁੜ ਤੋਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਏ ਹੋਏ ਯਾਤਰੀ ਸ਼ਹੀਦ ਕਰ ਦਿੱਤੇ ਨੌਜਵਾਨ ਬੱਚੇ ਬਜ਼ੁਰਗ ਬੀਬੀਆਂ ਮਾਤਾਵਾਂ ਭੈਣਾਂ ਕੋਈ ਨਹੀਂ ਜੋ ਬਖਸ਼ੇ ਅੰਨੇ ਵਾਹ ਗੋਲੀਆਂ ਚਲਾਈਆਂ ਗਈਆਂ ਪਿਆਸੀਆਂ ਸੰਗਤਾਂ ਜੇਕਰ ਆਪਣੇ ਬੱਚਿਆਂ ਦੇ ਲਈ ਸਰੋਵਰ ਦੇ ਵਿੱਚੋਂ ਜਲ ਭਰਨ ਦੇ ਲਈ ਜਾਂਦੀਆਂ ਨਾ ਚੁਲਾ ਜਲਣ ਦਾ ਭਰਨ ਤੇ ਉੱਥੇ ਜਾਂਦੇ ਆ ਤੇ ਵਾਪਸ ਨਹੀਂ ਆ ਸਕਦੇ ਜਲ ਭਰਨ ਲੱਗਿਆ ਗੋਲੀ ਦਾ ਸ਼ਿਕਾਰ ਹੋ ਜਾਂਦੇ ਭਾਰਤੀ ਫੌਜ ਪਰ ਇੱਥੇ ਇੱਕ ਅਲੌਕਿਕ ਗੱਲ ਵਰਤੀ ਆ ਜਨਰਲ ਸਵੇਗ ਸਿੰਘ ਨੇ ਇੱਕ ਹੋਰ ਸਾਥੀ ਸਿੰਘ ਨੂੰ ਨਾਲ ਲਿਆ ਜਿਹਦਾ ਨਾਮ ਵੀ ਸਵੇਗ ਸਿੰਘ ਆ ਅਕਾਲ ਤਖ਼ਤ ਸਾਹਿਬ ਦੇ ਕੋਲ ਨਿਸ਼ਾਨ ਸਾਹਿਬ ਲੱਗੇ ਆ ਮੀਰੀ ਪੀਰੀ ਦੇ ਉਸ ਜਗ੍ਹਾ ਦੇ ਉੱਤੋਂ ਨਿਸ਼ਾਨ ਸਾਹਿਬ ਦੇ ਕੋਲੋਂ ਸਵੇਗ ਸਿੰਘ ਨੂੰ ਨਾਲ ਲੈ ਕੇ ਜਨਰਲ ਸਾਹਿਬ ਨੇ ਆਖਿਆ ਕਿ ਆਓ ਮੋਰਚਿਆਂ ਦਾ ਮੁਆਇਨਾ ਕਰਨ ਚੱਲਦੇ ਆ ਮੋਰਚਿਆਂ ਦੇ ਵਿੱਚ ਵੇਖਣ ਚੱਲਦੇ ਆ ਕਿਹੜੇ ਕਿਹੜੇ ਸਿੰਘ ਨੇ ਕਿੱਥੇ ਕਿੱਥੇ ਡਟ ਕੇ ਮੋਰਚਾ ਕੱਢਿਆ ਹੋਇਆ ਤੇ ਉਹ ਸਵੇਗ ਸਿੰਘ ਜਨਰਲ ਸਾਹਿਬ ਦੇ ਨਾਲ ਤੁਰਿਆ ਜਾਂਦਾ ਪ੍ਰਕਰਮਾਂ ਦੇ ਬਰਾਂਡਿਆਂ ਦੇ ਵਿੱਚ ਤੁਰੇ ਜਾਂਦੇ ਆ ਕੋਈ ਗੋਲੀ ਮੱਥੇ ਕੋਲ ਦੀ ਲੰਘ ਕੇ ਕੰਧ ਵੱਜਦੀ ਵੱਜਦੀ ਆ ਕੋਈ ਢਿੱਡ ਕੋਲ ਦੀ ਲੰਘ ਕੇ ਕੰਧ ਵੱਜਦੀ ਵੱਜਦੀ ਆ ਤੇ ਸਵੇਗ ਸਿੰਘ ਜਨਰਲ ਸਾਹਿਬ ਨੂੰ ਸਵਾਲ ਕਰਦਾ ਕਹਿੰਦੇ ਜਨਰਲ ਸਾਹਿਬ ਆਪਾਂ ਵਾਇਰਲੈਸ ਰਾਹੀਂ ਪਤਾ ਕਰ ਲੈਂਦੇ ਆ ਇੰਨੀਆਂ ਗੋਲੀਆਂ ਦੇ ਮੀਂਹ ਵਿੱਚ ਵੀ ਜਾਣ ਦੀ ਆਪਾਂ ਨੂੰ ਕੀ ਲੋੜ ਆ ਆਪਾਂ ਇੱਕ ਥਾਂ ਤੇ ਟਿਕ ਕੇ ਜੰਗ ਲੜਦੇ ਆ ਤੇ ਜਨਰਲ ਸਵੇਗ ਸਿੰਘ ਨੇ ਗੁਰਮੁਖੋ ਜਵਾਬ ਪਤਾ ਕੀ ਦਿੱਤਾ
ਕਹਿੰਦੇ ਹੁਣ ਤੱਕ ਇੰਨੀਆਂ ਗੋਲੀਆਂ ਲੰਘ ਗਈਆਂ, ਜਿਹੜੀ ਗੋਲੀ ਦੇ ਉੱਤੇ ਸਾਡਾ ਨਾਮ ਲਿਖਿਆ ਆ ਉਹੀ ਉਹ ਗੋਲੀ ਆ ਕੇ ਸਾਡੇ ਵੱਜਣੀ ਆ, ਹੋਰ ਕੋਈ ਸਾਡੀ ਵਾਵਲ ਨਹੀਂ ਜਾਣ ਸਕਦਾ। ਜਿਹੜੀ ਗੁਰੂ ਨੇ ਗੋਲੀ ਸਾਡੇ ਲਈ ਬਣਾਈ ਆ ਉਹੀ ਉਹ ਸਾਡੇ ਆਣ ਕੇ ਵੱਜਣੀ ਆ। ਗੁਰਮੁਖੋ ਐਡੀ ਦ੍ਰਿੜਤਾ, ਐਡਾ ਠੋਸ ਹਿਰਦਾ, ਉਹਨੂੰ ਕਿੱਥੇ ਡਲਾ ਸਕਦੀ ਆ ਭਾਰਤ ਦੀ ਸਰਕਾਰ। ਸਾਰੀ ਪਰਕਰਮਾਂ ਦਾ ਚੱਕਰ ਲਾ ਕੇ ਫਿਰ ਤੋਂ ਆ ਕੇ ਆਪਣੇ ਮੋਰਚੇ ਦੇ ਵਿੱਚ ਜਨਰਲ ਸੁਵੇਗ ਸਿੰਘ ਡਟ ਗਿਆ ਤੇ ਭਾਰਤ ਦੀ ਫੌਜ ਨੇ ਗੁਰਮੁਖੋ 3-4 ਜੂਨ ਰਹਿੰਦੀ ਪਹਿਰ ਰਾਤ ਨੂੰ ਹਾਰੀ ਹੋਈ ਨੇ। ਕਮਾਂਡੋ ਬੁਲਾ ਲਏ ਆ, ਉਹ ਕਮਾਂਡੋ ਜਿਨ੍ਹਾਂ ਨੂੰ ਤਿਆਰ ਕਰਨ ਦੇ ਲਈ ਅਰਬਾਂ ਰੁਪਇਆ ਦੇਸ਼ ਦਾ ਖਰਚ ਹੁੰਦਾ, ਉਹ ਕਮਾਂਡੋ ਜਿਹੜੇ ਉੱਡੀ ਜਾਂਦੀ ਚਿੜੀ ਦੇ ਪੈਰ ਦੇ ਪੰਜੇ ਵਿੱਚ ਨਿਸ਼ਾਨਾ ਲਾਉਣ ਦੀ ਸਮਰੱਥਾ ਰੱਖਦੇ, ਉਹ ਕਮਾਂਡੋ ਜਿਹੜੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਗਾਰਡ ਦੇ ਵਿੱਚ ਲਾਏ ਜਾਂਦੇ, ਦਾਰੂ ਦੇ ਨਾਲ ਰੱਜੇ ਹੋਏ ਕਮਾਂਡੋਆਂ ਨੂੰ ਹੈਲੀਕਾਪਟਰਾਂ ਦੇ ਰਾਹੀਂ ਪ੍ਰਕਰਮਾਂ ਦੇ ਵਿੱਚ ਲੰਗਰ ਹਾਲ ਦੀ ਛੱਤ ਦੇ ਉੱਤੇ ਉਤਾਰਨ ਦਾ ਯਤਨ ਕੀਤਾ ਗਿਆ, ਪਰ ਜਨਰਲ ਸੁਵੇਗ ਸਿੰਘ ਦੀ ਯੁੱਧ ਨੀਤੀ ਦੇ ਅਨੁਸਾਰ ਸਿੰਘਾਂ ਅੰਦਰੋਂ ਇਹੋ ਜਿਹੇ ਫੈਰ ਖੋਲਿਆ ਕਿ ਹੈਲੀਕਾਪਟਰ ਤੋਂ ਇਹ ਉਤਰੇ ਤਾਂ ਹੈ ਪਰ ਜਿਉਂਦੇ ਜੀ ਪ੍ਰਕਰਮਾਂ ਤੱਕ ਨਾ ਪਹੁੰਚ ਸਕੇ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵੀ ਨਹੀਂ ਇਹ ਬਚਨ ਕੀਤੇ ਸੀ ਸਿੰਘਾਂ ਦੇ ਨਾਲ, ਸਿੰਘੋ ਜੇ ਕਮਾਂਡੋ ਹੱਲਾ ਬੋਲਣ ਲੱਗੇ ਨਾ ਤੇ ਫਿਰ ਲੱਡੂ ਵਰਤਾ ਦਿਓ, ਜੇ ਭਾਵ ਗਰਨੇਡ ਵਰਤਾ ਦਿਓ। ਸਿੰਘਾਂ ਨੇ ਲੱਡੂ ਤਾਂ ਵਰਤਾ ਦਿੱਤੇ ਤੇ ਛਕਦਿਆਂ ਸਾਰ ਪਿਘਲ ਪਿਘਲ ਕੇ ਇਹਨਾਂ ਦੀ ਭਾਰਤ ਦੀ ਫੌਜ ਦੇ ਕਮਾਂਡੋ ਪ੍ਰਕਰਮਾਂ ਦੇ ਵਿੱਚ ਡਿੱਗਦੇ ਪਏ ਆ। ਇੱਕ ਪਾਸੇ ਗੁਰਮੁਖੋ ਧਿਆਨ ਦੇਣ ਯੋਗ ਗੱਲ ਆ, ਭਾਰਤ ਦੀ ਹਕੂਮਤ ਆ ਤੇ ਦੂਸਰੇ ਪਾਸੇ ਪੰਜਾਬ ਦੀ ਜਵਾਨੀ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਕਿ ਯਮੁਨਾ ਪਾਰ ਵਾਲਿਆਂ ਨੂੰ ਕਦੇ ਵੀ ਪੰਜਾਂ ਦਰਿਆਵਾਂ ਦੇ ਪੁੱਤ ਹਾਜ਼ਮ ਨਹੀਂ ਹੋ ਸਕਦੇ। ਇਹ ਯਮੁਨਾ ਪਾਰ ਵਾਲੇ ਉਹ ਜਿਨ੍ਹਾਂ ਤੋਂ ਅਬਦਾਲੀ ਇਹਨਾਂ ਦੀਆਂ ਧੀਆਂ ਭੈਣਾਂ ਖੋਹ ਕੇ ਲੈ ਗਿਆ ਤੇ ਪੰਜਾਬ ਦੇ ਪੁੱਤ ਉਹ ਆ ਜਿਨ੍ਹਾਂ ਨੇ ਅਬਦਾਲੀ ਨੂੰ ਸਤਲੁਜ ਪਾਰ ਕਰਨ ਤੋਂ ਨਾਲ ਹੀ ਉਹ ਬੱਚੀਆਂ ਨੂੰ ਰਿਹਾ ਕਰਵਾ ਕੇ ਤੇ ਵਾਪਸ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾ ਦਿੱਤਾ। ਇਹ ਇੱਜ਼ਤਾਂ ਲਟਾਉਣ ਵਾਲੇ ਆ ਤੇ ਇੱਧਰ ਇੱਜ਼ਤਾਂ ਬਚਾਉਣ ਵਾਲੇ ਆ। ਅਬਦਾਲੀ ਨੂੰ ਜਿਉਂਦੇ ਜੀ ਸਾਹ ਨਹੀਂ ਲੈਣ ਦਿੱਤਾ ਸੁੱਖ ਦਾ ਇਹਨਾਂ ਪੰਜਾਂ ਦਰਿਆਵਾਂ ਦੇ ਪੁੱਤਰਾਂ ਤੇ ਯਮੁਨਾ ਪਾਰ ਵਾਲਿਆਂ ਨੇ ਇੱਕ ਵਾਰ ਅਬਦਾਲੀ ਦੇ ਕੁੱਟੇ, ਉਸ ਤੋਂ ਬਾਅਦ ਉੱਠਣ ਦਾ ਤੁਹਈਆ ਨਹੀਂ ਕੀਤਾ। ਆ ਲੰਮੇ ਸਮੇਂ ਬਾਅਦ ਇਹਨਾਂ ਦੇ ਹੱਥ ਦੇ ਵਿੱਚ ਵਾਗਡੋਰ ਆਈ ਆ ਤੇ ਕੌਮ ਮੱਛਰ ਗਈ ਆ। ਪਰ ਸਿੰਘ ਤਾਂ ਜੰਮੇ ਹੀ ਜੰਗ ਦੇ ਵਿੱਚੋਂ ਆ, ਸਿੰਘ ਤਾਂ ਜੰਮੇ ਹੀ ਯੁੱਧ ਦੇ ਵਿੱਚੋਂ ਆ। ਖੰਡੇ ਦੀ ਧਾਰ ਫਿਰੀ ਹੋਵੇ, ਗੁਰਬਾਣੀ ਦਾ ਜਾਪ ਕੀਤਾ ਹੋਵੇ ਤੇ ਪਤਾਸਿਆਂ ਦੀ ਮਿਠਾਸ ਹੋਵੇ, ਗੁਰਮੁਖੋ ਉਸ ਚੀਜ਼ ਨੂੰ ਕੋਈ ਖਤਮ ਨਹੀਂ ਕਰ ਸਕਦਾ। ਤੇ ਨਾਲ ਹੀ ਸੱਚੇ ਪਾਤਸ਼ਾਹ ਨੇ ਵਚਨ ਕੀਤੇ ਹੋਣ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟੋ ਖਾਲਸਾ ਪਰਮਾਤਮ ਕੀ ਮੌਜ। ਮੌਜ ਇਹ ਪਰਮਾਤਮਾ ਦੀ ਮੌਜ ਦੇ ਵਿੱਚ ਪ੍ਰਗਟ ਹੋਈ ਫੌਜ ਆ। ਇੱਕ ਚੀਜ਼ ਜੰਮਦੀ ਆ ਉਹ ਮਰ ਜਾਂਦੀ ਆ, ਇੱਕ ਚੀਜ਼ ਉਸਰਦੀ ਆ ਉਹ ਢਹਿ ਜਾਂਦੀ ਆ, ਇੱਕ ਚੀਜ਼ ਬਣਦੀ ਆ ਉਹ ਖਤਮ ਹੋ ਜਾਂਦੀ ਆ। ਗੁਰਮੁਖੋ ਜਿਹੜੀ ਚੀਜ਼ ਪ੍ਰਗਟ ਹੋਈ ਹੋਵੇ ਨਾ ਉਹ ਸਦੀਵੀ ਕਾਲ ਰਹਿੰਦੀ ਆ। ਜਦੋਂ ਤੱਕ ਚੰਦ, ਸੂਰਜ, ਧਰਤੀ, ਆਕਾਸ, ਹਵਾ, ਪਾਣੀ, ਮਿੱਟੀ ਰਹੇਗਾ ਉਦੋਂ ਤੱਕ ਖਾਲਸਾ ਪੰਥ ਰਹੇਗਾ। ਜਦੋਂ ਤੱਕ ਖੰਡੇ ਰਹਿਣਗੇ, ਜਦੋਂ ਤੱਕ ਬਾਟੇ ਰਹਿਣਗੇ, ਜਦੋਂ ਤੱਕ ਪਤਾਸੇ ਰਹਿਣਗੇ, ਪੰਜਾਂ ਦਰਿਆਵਾਂ ਦੇ ਵਿੱਚ ਪਾਣੀ ਵਹਿੰਦਾ ਰਹੇਗਾ, ਉਦੋਂ ਤੱਕ ਖਾਲਸਾ ਪੰਥ ਜਿਉਂਦਾ। ਰਹੋ ਵਿਚਾਰ, ਭਾਰਤ ਦੀ ਫੌਜ ਨੇ ਕਮਾਂਡੋਆਂ ਦੇ ਨਾਲ ਹਮਲਾ ਕੀਤਾ ਪਰ ਸਿੰਘਾਂ ਨੇ ਇਹਨਾਂ ਦਾ ਵੀ ਮੂੰਹ ਤੋੜਵਾਂ ਜਵਾਬ ਦਿੱਤਾ ਹੈ।
ਇੱਕ ਪਾਸੇ ਭਾਰਤ ਦੀ ਹਕੂਮਤ ਆ ਤੇ ਦੂਸਰੇ ਪਾਸੇ ਪੰਜਾਬ ਦੀ ਜਵਾਨੀ ਆ, ਇੱਕ ਪਾਸੇ ਦੇਸ਼ ਦੀ ਫੌਜ ਆ ਤੇ ਦੂਸਰੇ ਪਾਸੇ ਦਮਦਮੀ ਟਕਸਾਲ ਦੇ ਅਣਖੀਲੇ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੌਜ ਆ, ਇੱਕ ਪਾਸੇ ਦੇਸ਼ ਦੀ ਪ੍ਰਧਾਨ ਮੰਤਰੀ ਆ, ਦੂਸਰੇ ਪਾਸੇ 80 ਸਾਲ ਦੇ ਬਜ਼ੁਰਗ ਬਾਪੂ ਸੀਸ ਤਲੀ ਦੇ ਉੱਤੇ ਰੱਖ ਰੱਖ ਕੇ ਖੰਡਾ ਵਾਹੁਣ ਵਾਲੇ ਮਹਾਪੁਰਖ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ 14ਵਾਂ ਵਾਰਸ ਆ, ਇੱਕ ਪਾਸੇ ਮੁੱਠੀ ਭਰ ਸਿੰਘ ਆ, ਦੂਸਰੇ ਪਾਸੇ ਹਥਿਆਰਾਂ ਦਾ ਜ਼ਖੀਰਾ ਏ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ, ਭਾਰਤ ਦੀ ਹਕੂਮਤ ਦੇ ਨਾਲ ਜੰਗ ਲੜਦਾ ਏ, ਆਪਣੇ ਸਾਥੀ ਸਿੰਘਾਂ ਨੂੰ ਥਾਪੀਆਂ ਦਿੰਦਾ ਏ, ਹਿੰਦ ਤੇ ਪੰਜਾਬ ਦਾ ਜੰਗ ਹੋ ਰਿਹਾ ਏ, ਸਿੱਖ ਤੇ ਬਿੱਪਰ ਦਾ ਜੰਗ ਹੋ ਰਿਹਾ ਏ, ਕਿਸ ਤਰ੍ਹਾਂ ਆਓ ਪਿਆਰ ਦੇ ਨਾਲ ਸੁਣੋ। 3-4 ਹੈ ਜੂਨ ਜੀ ਫੌਜੀ ਕਰਦੇ ਫੈਰ, ਭਾਰਤ ਦੀ ਸਰਕਾਰ ਨੇ ਸਮਝ ਲਏ ਸਿੱਖ ਗੈਰ। 3-4 ਜੂਨ ਰਾਤ ਰਹਿੰਦੀ ਪੈਰ ਸੀ, ਦਿੱਤਾ ਭਾਰਤੀ ਫੌਜਾਂ ਨੇ ਖੋਲ ਫੈਰ ਸੀ, ਭੇਜੇ ਇੰਦਰਾ ਦੇ ਲੱਗੇ ਟਾਉਣ ਕੈਰ ਸੀ, ਸਿੱਖ ਭਾਰਤ ਦੇ ਵਾਸੀ ਜਾਣੇ ਗੈਰ ਸੀ। ਜਦ ਬੱਦਲਾਂ ਨੂੰ ਚੀਰ ਰਵਿ ਚੜਦਾ, ਲੱਥ ਜਾਂਦੀ ਏ ਹਨੇਰਿਆਂ ਦੀ ਗਹਿਰਿਆ, ਜੰਗ ਭਾਰਤੀ ਹਕੂਮਤ ਅਸੇ ਲੜਦਾ, ਟਕਸਾਲ ਮੁਖੀ ਸੰਤ ਜਰਨੈਲਿਆ, ਜੰਗ ਭਾਰਤੀ ਹਕੂਮਤ ਅਸੇ ਲੜਦਾ, ਟਕਸਾਲ ਮੁਖੀ ਬਾਬਾ ਜਰਨੈਲਿਆ। 3-4 ਜੂਨ ਰਾਤ ਰਹਿੰਦੀ ਪੈਰ ਸੀ, ਦਿੱਤਾ ਭਾਰਤੀ ਫੌਜਾਂ ਨੇ ਖੋਲ ਫੈਰ ਸੀ, ਭੇਜੇ ਇੰਦਰਾ ਦੇ ਲੱਗੇ ਟਾਉਣ ਕੈਰ ਸੀ, ਸਿੱਖ ਭਾਰਤ ਦੇ ਵਾਸੀ ਜਾਣੇ ਗੈਰ ਸੀ। ਜਦੋਂ ਬੱਦਲਾਂ ਨੂੰ ਚੀਰ ਰਵਿ ਚੜਦਾ, ਲੱਥ ਜਾਂਦੀ ਏ ਹਨੇਰਿਆਂ ਦੀ ਗਹਿਰਿਆ, ਜੰਗ ਭਾਰਤੀ ਹਕੂਮਤ ਅਸੇ ਲੜਦਾ, ਟਕਸਾਲ ਮੁਖੀ ਸੰਤ ਜਰਨੈਲਿਆ, ਜੰਗ ਭਾਰਤੀ ਹਕੂਮਤ ਅਸੇ ਲੜਦਾ, ਟਕਸਾਲ ਮੁਖੀ ਬਾਬਾ ਜਰਨੈਲਿਆ। ਪੈਰ ਛੱਡਿਆ ਸੁਬੇਗ ਸਿੰਘ ਸਿੰਨ ਕੇ ਜੀ, ਸਿੰਨ ਕੇ ਜੀ, ਸਿੰਨ ਕੇ। ਪੈਰ ਛੱਡਿਆ ਸੁਬੇਗ ਸਿੰਘ ਸਿੰਨ ਕੇ, ਰੱਖ ਦਿੱਤੇ ਨੇ ਗੱਡੋਡੂ ਕਈ ਵਿੰਨ ਕੇ, ਲੱਗੇ ਵਰਦੀ ਤੇ ਪੀਤੇ ਜਨ ਜਨ ਕੇ, ਲੈਣ ਲੱਗ ਪਏ ਸਵਾਸ ਗਿਣ ਗਿਣ ਕੇ। ਵਾਰ ਕਰਦਾ ਗੁਰੂ ਤੇ ਜਿਹੜਾ ਚੜਦਾ ਚੜਦਾ, ਵਾਰ ਕਰਦਾ ਗੁਰੂ ਤੇ ਜਿਹੜਾ ਚੜਦਾ, ਗੱਲ ਸਿੱਖੀ ਦੀ ਦਰਜ ਵਿੱਚ ਫੈਲਿਆ, ਜੰਗ ਭਾਰਤੀ ਹਕੂਮਤ ਅਸੇ ਲੜਦਾ, ਟਕਸਾਲ ਮੁਖੀ ਸੰਤ ਜਰਨੈਲਿਆ, ਜੰਗ ਭਾਰਤੀ ਹਕੂਮਤ ਅਸੇ ਲੜਦਾ, ਟਕਸਾਲ ਮੁਖੀ ਬਾਬਾ ਜਰਨੈਲਿਆ। ਦਾਰੂ ਪੀ ਕੇ ਸੀ ਕਮਾਂਡੋ ਜਿਹੜੇ ਬੁੱਕਦੇ, ਆਉਂਦੇ ਮੋਢਿਆਂ ਉਤੋਂ ਦੀ ਜਿਹੜੇ ਥੁੱਕਦੇ, ਫੈਰ ਬੱਕੀ ਚ ਸਿੰਘਾਂ ਤੋਂ ਜਦੋਂ ਠੁੱਕਦੇ, ਆਉਂਦੇ ਉੱਪਰ ਉਹ ਲੰਗੂਰ ਵਾਂਗੂ ਕੁੱਕ ਚੁਰਾਸੀ ਆ। ਜਿਹੜਾ ਆਪਣੇ ਗੁਰੂ ਦਾ ਲੜ ਫੜਦਾ,
ਲੱਥੇ ਜਨਮ ਜਮੰਤਰਾਂ ਦੀ ਮੈਲਿਆ ਜੰਗ ਭਾਰਤੀ ਹਕੂਮਤ ਸੇ ਲੜਦਾ ਟਕਸਾਲ ਮੁਖੀ ਸੰਤ ਜਰਨੈਲਿਆ ਜੰਗ ਭਾਰਤੀ ਹਕੂਮਤ ਸੇ ਲੜਦਾ ਟਕਸਾਲ ਮੁਖੀ ਬਾਬਾ ਜਰਨੈ ਸੂਰਮਿਆਂ ਦੇ ਹੌਸਲੇ ਬੁਲੰਦ ਨੇ ਜਿਵੇਂ ਲੜੇ ਚਮਕੌਰ ਫਰ ਚੰਦ ਨੇ ਖੱਟੇ ਕਰ ਦਿੱਤੇ ਦੋਸਤਾਂ ਦੇ ਦੰਦ ਨੇ ਵੇਖ ਫੌਜੀ ਘਰ ਮੇਲਾ ਰਹਿ ਗਏ ਦੰਗ ਲੱਕ ਤੋੜਦਾ ਸਿੰਘਾਂ ਨੇ ਫੌਜੀ ਗੜਦਾ ਗੜਦਾ ਲੱਕ ਤੋੜਦਾ ਸਿੰਘਾਂ ਨੇ ਫੌਜੀ ਗੜਦਾ ਜਿੰਨਾ ਕੀਤੀ ਯਾਰ ਮੰਦਰ ਤੇ ਪਹਿਲਿਆ ਜੰਗ ਭਾਰਤੀ ਹਕੂਮਤ ਸੇ ਲੜਦਾ ਟਕਸਾਲ ਮੁਖੀ ਸੰਤ ਜਰਨੈਲਿਆ ਜੰਗ ਭਾਰਤੀ ਹਕੂਮਤ ਸੇ ਲੜਦਾ ਟਕਸਾਲ ਮੁਖੀ ਬਾਬਾ ਜਰਨੈਲਿਆ ਜਦੋਂ ਕਿਸੇ ਵੀ ਦੇਸ਼ ਜਾਂ ਕੌਮ ਉੱਤੇ ਆ ਕੇ ਹਵਾ ਆਜ਼ਾਦੀ ਦੀ ਵਗਦੀ ਹੈ ਉਸ ਕੌਮ ਦੇ ਅਣਖੀ ਪਰਵਾਨਿਆਂ ਨੂੰ ਰਹਿੰਦੀ ਹੋਸ਼ ਨਾ ਸੀਸ ਤੇ ਵਗਦੀ ਹੈ ਘਰ ਉਜੜ ਜਾਂਦੇ ਲੱਖਾਂ ਮੱਖੀਆਂ ਦੇ ਤੇ ਬੱਤੀ ਮੋਮ ਦੀ ਇੱਕੋ ਹੀ ਜਗਦੀ ਹੈ ਸਿਰਫ ਖੂਨ ਸ਼ਹੀਦਾਂ ਦਾ ਡੁੱਲ ਕੇ ਤੇ ਮਹਿੰਦੀ ਹੋਰਨਾਂ ਹੱਥਾਂ ਤੇ ਲੱਗਦੀ ਹੈ ਮਹਿੰਦੀ ਹੋਰਨਾਂ ਹੱਥਾਂ ਤੇ ਲੱਗਦੀ ਹੈ ਭਾਰਤ ਦੀ ਫੌਜ ਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਗੋਲੀ ਚਲਾ ਕੌਣ ਰਿਹਾ ਤੇ ਗੋਲੀ ਚੱਲ ਕਿਹੜੇ ਪਾਸੋਂ ਰਹੀ ਹੈ ਜਿਹੜੀ ਫੌਜ 3-4 ਘੰਟਿਆਂ ਦੀ ਗੱਲ ਕਰਦੀ ਸੀ 6 ਜੂਨ ਦੀ ਸਵੇਰ ਹੋ ਗਈ ਆ 6 ਜੂਨ ਤੱਕ ਇਹਨਾਂ ਨੂੰ ਸਮਝ ਨਹੀਂ ਲੱਗੀ ਕਿ ਗੋਲੀ ਕਿਸ ਪਾਸੋਂ ਚੱਲ ਰਹੀ ਹੈ ਮੈਂ ਜਲ ਵਰਤਾਉਣ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਨਾ ਕਰੋ ਗੁਰੂ ਸਾਹਿਬ ਜੀ ਦਾ ਅਦਬ ਕੋਈ ਚੀਜ਼ ਹੁੰਦੀ ਆ ਕੋਈ ਗੱਲ ਨੀ ਅਸੀਂ ਸਾਡੇ ਨਾਲੋਂ ਤਾਂ ਇਹ ਬਾਅਦ ਚ ਆ ਕੇ ਬੈਠੇ ਆ ਜੇ ਅਸੀਂ ਬੋਲ ਬੋਲ ਕੇ ਨੀ ਪਿਆਸ ਲੱਗਦੀ ਤੇ ਇਹਨਾਂ ਨੂੰ ਬੈਠਿਆਂ ਨੂੰ ਕੁਛ ਨੀ ਹੁੰਦਾ ਜੇ ਕਿਸੇ ਨੂੰ ਜ਼ਿਆਦਾ ਪਿਆਸ ਲੱਗੀ ਤਾਂ ਕਿਰਪਾ ਕਰਕੇ ਉੱਠ ਕੇ ਬਾਹਰ ਜਾ ਕੇ ਜਲ ਛਕਿਓ ਗੁਰਬਾਣੀ ਦਾ ਫਰਮਾਨ ਆ ਜਿਨ ਭੈ ਬਾਣੀ ਅਦਬ ਨਾ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਜਿਹੜਾ ਗੁਰਬਾਣੀ ਦਾ ਅਦਬ ਨਹੀਂ ਕਰਦਾ ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ ਉਹ ਗੁਰੂ ਦਾ ਸਿੱਖ ਨਹੀਂ ਤੇ ਜਿਹੜਾ ਗੁਰੂ ਦਾ ਸਿੱਖ ਹੀ ਨਹੀਂ ਉਹ ਇੱਥੇ ਫਿਰ ਕਰਨ ਕੀ ਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਦਾ ਸਤਿਕਾਰ ਕਰਨਾ ਸਿੱਖੋ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੇ ਇਸ ਵਕਤ ਕੋਠਾ ਸਾਹਿਬ ਦੇ ਵਿੱਚ ਸੁੱਖ ਆਸਣ ਕਰਦੇ ਆ ਨਾ ਪੋਥੀ ਦਾ ਤੇ ਆਪ ਪਾਤਸ਼ਾਹ ਥੱਲੇ ਆਸਣ ਲਾ ਲੈਂਦੇ ਆ ਤੇ ਸਿੱਖ ਸਵਾਲ ਕਰਦੇ ਪਾਤਸ਼ਾਹ ਆਪਣੇ ਪਲੰਘੇ ਦੇ ਉੱਪਰ ਤਾਂ ਤੁਸੀਂ ਪੋਥੀ ਦਾ ਸੁੱਖ ਆਸਣ ਕਰਤਾ ਤੇ ਆਪ ਕਿੱਥੇ ਬਰਾਜਣਾ ਮਹਾਰਾਜ ਨੇ ਆਖਿਆ ਪੋਥੀ ਪਰਮੇਸ਼ਰ ਪੋਥੀ ਪਰਮੇਸ਼ਰ ਦਾ ਥਾਂ ਆ ਇਸ ਕਰਕੇ ਸਾਡੇ ਕੋਲ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਆ ਦੁਨੀਆਂ ਦਾ ਮਾਲਕ ਆ ਜਦੋਂ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਜਾਈਏ ਨਾ ਤੇ ਜਿਹੜਾ ਉੱਥੇ ਉੱਚ ਅਹੁਦੇ ਦਾ ਅਫਸਰ ਹੁੰਦਾ ਉਹਦੀ ਮਰਜ਼ੀ ਤੋਂ ਬਿਨਾਂ ਅਸੀਂ ਬੈਠ ਨਹੀਂ ਸਕਦੇ ਹੁੰਦੇ ਕੁਰਸੀ ਦੇ ਉੱਤੇ ਕਿਉਂ ਕਿਉਂਕਿ ਉਹ ਸਰਕਾਰੀ ਹੁੰਦਾ ਹੈ ਤੇ ਇਹ ਜਿਹੜਾ ਦੁਨੀਆਂ ਦੀ ਸਰਕਾਰ ਆ ਜਿਹਦੀ ਮਰਜ਼ੀ ਤੋਂ ਬਿਨਾਂ ਲੋਕਾਈ ਦੇ ਪੱਤਾ ਨਹੀਂ ਹਿੱਲ ਸਕਦਾ ਉਹਦੇ ਅੱਗੇ ਫਿਰ ਐਂ ਇਸ ਤਰ੍ਹਾਂ ਆਪਾਂ ਇਹੋ ਜਿਹੇ ਕਾਰਜ ਕਰਨ ਦੀ ਕਿਸ ਤਰ੍ਹਾਂ ਜ਼ਰੂਰਤ ਕਰ ਲੈਂਦੇ ਸਾਨੂੰ ਵਿਚਾਰਨਾ ਪਵੇਗਾ ਤੇ ਜਿਹੜੀਆਂ ਮੇਰੀਆਂ ਮਾਤਾਵਾਂ ਭੈਣਾਂ ਦੀ ਵਿੱਚੋਂ ਆਵਾਜ਼ ਆ ਰਹੀ ਆ ਉਹਨਾਂ ਦੇ ਵੀ ਚਰਨਾਂ ਵਿੱਚ ਬੇਨਤੀ ਹੈ ਕਿ ਤੁਹਾਡੀਆਂ ਗੱਲਾਂ ਵੀ ਬਹੁਤੀਆਂ ਜ਼ਰੂਰੀ ਨਹੀਂ ਹੋਣੀਆਂ ਕੋਈ ਜੇ ਕੋਈ ਬਹੁਤੀ ਜ਼ਰੂਰੀ ਗੱਲ ਆ ਤਾਂ ਉਹਨੂੰ ਪੰਡਾਲ ਦੇ ਵਿੱਚੋਂ ਬਾਹਰ ਜਾ ਕੇ ਕਰ ਲਓ ਨਹੀਂ ਤਾਂ ਸੂਟਾਂ ਸਾਟਾਂ ਦੀਆਂ ਕਰਦੀਆਂ ਹੋਣਗੀਆਂ ਉਹ ਬਾਅਦ 'ਚ ਕਰ ਲਿਓ ਐਡੀ ਵੱਡੀ ਇਤਿਹਾਸ ਦੀ ਲੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੇ ਜਿਨ੍ਹਾਂ ਨੇ ਸੁਣਨਾ ਹੈ ਤੁਸੀਂ ਉਹਨਾਂ ਦਾ ਵੀ ਰਸ ਮਾਰ ਦੇਣਾ ਸਾਡਾ ਤਾਂ ਮਰਨਾ ਹੀ ਮਰਨਾ ਗਾਉਣ ਵਾਲਿਆਂ ਦਾ ਤੁਹਾਡਾ ਵੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਬੀਬੀਆਂ ਲਈ ਸਭ ਤੋਂ ਔਖਾ ਕੰਮ ਹੁੰਦਾ ਚੁੱਪ ਕਰਕੇ ਬੈਠ ਜਾਣਾ ਤੇ ਅੱਜ ਤੁਸੀਂ ਇਹ ਕਿਰਪਾ ਕਰਨੀ ਆ ਤੁਸੀਂ ਕਰਕੇ ਵਿਖਾਉਣਾ
ਰਹੋ ਵਿਚਾਰ। 6 ਜੂਨ ਦੀ ਸਵੇਰ ਹੋ ਗਈ ਆ, ਦਿੱਲੀ ਬੈਠੀ ਹੋਈ ਬੀਬੀ ਇੰਦਰਾ ਗਾਂਧੀ ਵਾਇਰਲਸ ਕਰਦੀ ਆ ਜਰਨਲ ਬਰਾੜ ਨੂੰ, ਜਰਨਲ ਵੈਦਿਆਂ ਨੂੰ ਕਿ ਸਮੇਂ ਦੀ ਹਕੀਕਤ ਦੱਸੋ ਕੀ ਆ, ਮੌਕੇ ਦੀ ਸਥਿਤੀ ਦੱਸੋ ਕੀ ਆ। ਜਰਨਲ ਵੈਦਿਆ ਵਿਚਾਰਾ ਕੀ ਦੱਸਿਆ ਕਿ ਅੰਦਰੋਂ ਭਿੰਡਰਾਂ ਵਾਲਾ ਲੋਹੇ ਦੇ ਚਣੇ ਚ ਬਾਈ ਜਾਂਦਾ। ਬਲਖਾੜ ਦੇ ਵਿੱਚ ਆਈ ਹੋਈ ਇੰਦਰਾ ਗਾਂਧੀ ਨੇ ਟੈਂਕਾਂ ਦੇ ਨਾਲ ਹਮਲਾ ਕਰਨ ਦਾ ਆਦੇਸ਼ ਦੇ ਦਿੱਤਾ, ਕਿਉਂਕਿ ਇਹਦੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਮੇਰੇ ਕੋਲ ਜਦੋਂ ਵੀ ਖਬਰ ਆਵੇ ਮੈਂ ਉਸ ਵਕਤ ਰੇਡੀਓ ਚੈਨਲ ਦੇ ਉੱਤੇ ਇੰਟਰਵਿਊ ਦੇਵਾਂ, ਇੰਟਰਵਿਊ ਵਾਸਤੇ ਲੇਟ ਹੋ ਰਹੀ ਸੀ, ਮੇਰੇ ਕੋਲ ਜਲਦੀ ਤੋਂ ਜਲਦੀ ਇਹ ਖਬਰ ਆਵੇ ਕਿ ਭਿੰਡਰਾਂ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਂ ਭਿੰਡਰਾਂ ਵਾਲੇ ਨੇ ਆਤਮ ਸਮਰਪਣ ਕਰ ਦਿੱਤਾ ਹੈ। ਪਰ ਮਹਾਂਪੁਰਖਾਂ ਨੇ ਇੱਕ ਬਚਨ ਕੀਤਾ ਸਟੇਜ ਦੇ ਉੱਤੋਂ, ਉਹ ਕਹਿੰਦੇ ਇਹ ਨਾ ਸਮਝਿਓ ਜੇ ਕਿ ਇੱਥੇ 200 ਜਾਂ 400 ਸਿਪਾਹੀ ਆਊਗਾ ਤੇ ਮੈਨੂੰ ਇੱਥੋਂ ਫੜ ਕੇ ਲੈ ਜਾਊਗਾ, ਇਹਨਾਂ ਨੂੰ ਆਉਣ ਦਿਓ ਸਹੀ, ਇੱਕ ਵਾਰੀ ਇੱਧਰ ਨੂੰ ਟਰੱਕ ਭਰ ਕੇ ਤੋਰਦੇ ਵੇਖਿਓ ਕਿਸ ਤਰ੍ਹਾਂ ਵਾਪਸ, ਤੇ ਉਹਨਾਂ ਨੇ ਤੋਰੇ ਵੀ ਆ। ਦਿੱਲੀ ਦੀ ਫੌਜ ਨੇ ਹਾਰੀ ਹੋਈ ਨੇ ਆਪਣੀਆਂ ਕਰਤੂਤਾਂ ਦੇ ਉੱਤੇ ਪਰਦਾ ਪਾਉਣ ਦੇ ਲਈ ਟੈਂਕਾਂ ਦੇ ਨਾਲ ਹਮਲਾ ਕਰ ਦਿੱਤਾ ਹੈ। ਦੁਨੀਆ ਦੀ ਸਰਵ ਉੱਚ ਅਦਾਲਤ ਆ ਗੁਰਮੁਖੋ UNO, ਤੇ UNO ਦਾ ਕਾਨੂੰਨ ਕਹਿੰਦਾ ਕੋਈ ਵੀ ਦੇਸ਼ ਆਪਣੇ ਦੇਸ਼ ਦੀ ਜਨਤਾ ਉੱਤੇ ਉਹ ਵੱਡੇ ਹਥਿਆਰ ਨਹੀਂ ਵਰਤ ਸਕਦਾ ਜਿਹੜੇ ਹੋਰ ਮੁਲਕਾਂ ਦੇ ਨਾਲ ਜੰਗ ਵਿੱਚ ਵਰਤੇ ਜਾਂਦੇ ਹੋਣ। ਪਰ ਭਾਰਤ ਦੀ ਸਰਕਾਰ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਤੁਸੀਂ ਸਾਡੇ ਦੇਸ਼ ਦੇ ਵਾਸੀ ਨਹੀਂ, ਤੁਸਾਂ ਨੂੰ ਅਸੀਂ ਆਪਣਾ ਨਹੀਂ ਸਮਝਦੇ। ਤੇ ਸਿੱਖ ਫਿਰ ਭੋਲੇ ਇਹਨਾਂ ਦੇ 9 ਮਾਸ ਦੇ ਰਿਸ਼ਤੇ ਦੀਆਂ ਗੱਲਾਂ ਕਰਦੇ ਆ ਗੁਰਮੁਖੋ, ਇਹਨਾਂ ਦੇ 9 ਮਾਸ ਦੇ ਰਿਸ਼ਤੇ ਵਾਲਿਆਂ ਨੇ ਸਾਡੇ ਤਖ਼ਤ ਦੇ ਉੱਤੇ ਟੈਂਕਾਂ ਦੇ ਨਾਲ ਹਮਲਾ ਕਰ ਦਿੱਤਾ। ਇਹਨਾਂ 9 ਮਾਸ ਦੇ ਰਿਸ਼ਤੇ ਵਾਲਿਆਂ ਨੇ ਸਾਡੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਲਾਸ਼ਾਂ ਦੇ ਉੱਤੇ ਖਲੋ ਕੇ ਪੂੜੀਆਂ ਛੋਲਿਆਂ ਦੇ ਲੰਗਰ ਲਾਏ ਆ, ਲੱਡੂ ਵਰਤਾਏ ਆ, ਭੰਗੜੇ ਪਾਏ ਆ। ਇਹਨਾਂ 9 ਮਾਸ ਦੇ ਰਿਸ਼ਤੇ ਵਾਲਿਆਂ ਨੇ ਗੁਰੂ ਘਰਾਂ ਨੂੰ ਅੱਗਾਂ ਤੱਕ ਲਾ ਦਿੱਤੀਆਂ, ਸਾਡੀਆਂ ਬੱਚੀਆਂ ਦੇ ਬਲਾਤਕਾਰ ਕਰ ਦਿੱਤੇ। ਇਹ 9 ਮਾਸ ਦੇ ਰਿਸ਼ਤੇ ਵਾਲੇ ਨਹੀਂ ਕਰਦੇ। ਰਹੋ ਵਿਚਾਰ, ਬਲਖਾੜ ਦੇ ਵਿੱਚ ਆਈ ਫੌਜ ਨੇ ਟੈਂਕਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਕੁਝ ਲੋਕਾਂ ਨੇ ਅਫਵਾਹਾਂ ਡਾਈਆਂ ਕਿ ਸੰਤ ਜਰਨੈਲ ਸਿੰਘ ਬੰਬ ਬਣਾਉਂਦੇ ਆ, ਤੇ ਉਹ ਅਕਸਰ ਸਟੇਜਾਂ ਦੇ ਉੱਤੇ ਉਹ ਬਚਨ ਕਰਿਆ ਕਰਦੇ ਨੇ ਕਿ ਆ ਜਿੰਨੇ ਗਾਤਰਿਆਂ ਵਾਲੇ ਤੁਰੇ ਫਿਰਦੇ ਆ ਨਾ ਗੋਲ ਦਮਾਲਿਆਂ ਵਾਲੇ ਸਾਰੇ ਇਹ ਤੁਰਦੇ ਫਿਰਦੇ ਬੰਬ ਆ। ਉਹਨਾਂ ਬਚਨਾਂ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕਰਕੇ ਦਿਖਾਇਆ ਭਾਈ ਮੋਹਰ ਸਿੰਘ ਵਰਗੇ, ਭਾਈ ਮੋਹਰ ਸਿੰਘ ਜਿਨ੍ਹਾਂ ਦੀਆਂ 2 ਬੱਚੀਆਂ, ਇੱਕ ਦਾ ਨਾਮ ਆ ਬੀਬੀ ਸਤਨਾਮ ਕੌਰ ਤੇ ਜਿਹਦੀ ਉਮਰ ਆ 8 ਸਾਲ, ਇੱਕ ਦੀ ਉਮਰ ਆ 6 ਸਾਲ ਦੀ, ਉਹਦਾ ਨਾਮ ਆ ਬੀਬੀ ਵਾਹਿਗੁਰੂ ਕੌਰ, ਆਪਣੀ ਧਰਮ ਸਪਤਨੀ ਬੀਬੀ ਪਰਮਜੀਤ ਕੌਰ। ਟੈਂਕ ਅੰਦਰ ਆਇਆ ਤੇ ਆਪਣੀ ਵੱਡੀ ਬੱਚੀ ਬੀਬੀ ਸਤਨਾਮ ਕੌਰ ਦੇ ਲੱਕ ਦੇ ਨਾਲ ਬਰੂਦ ਬੰਨਿਆ ਤੇ ਟੈਂਕ ਦੇ ਉੱਪਰ ਮਾਰਿਆ ਚਲਾ, ਤੇ ਉਹ ਸ਼ਹਾਦਤ ਦਾ ਜਾਮ ਪੀ ਗਈ, ਟੈਂਕ ਉੱਥੇ ਹੀ ਰੋਕੀ। ਅਗਲਾ ਟੈਂਕ ਆਇਆ, ਛੋਟੀ ਬੱਚੀ ਬੀਬੀ ਵਾਹਿਗੁਰੂ ਕੌਰ ਦੇ ਜਿਸਮ ਦੇ ਨਾਲ ਬਰੂਦ ਬੰਨਿਆ ਤੇ ਟੈਂਕ ਉੱਪਰ ਸੁੱਟ ਦਿੱਤਾ। ਤੀਸਰੇ ਟੈਂਕ ਦੇ ਉੱਪਰ ਉਹਦੀ ਪਤਨੀ ਨੇ ਬੀਬੀ ਪਰਮਜੀਤ ਕੌਰ ਨੇ ਆਪਣੇ ਜਿਸਮ ਦੇ ਨਾਲ ਬਰੂਦ ਬੰਨ ਕੇ ਛਾਲ ਮਾਰ ਦਿੱਤੀ। ਚੌਥੇ ਦੇ ਉੱਤੇ ਆਪ ਉਸੇ ਤਰ੍ਹਾਂ ਟੈਂਕ ਦੇ ਉੱਪਰ ਛਾਲ ਮਾਰ ਦਿੱਤੀ। ਉਹ ਜਿਹੜਾ ਬਚਨ ਕੀਤਾ ਸੀ ਨਾ ਕਿ ਤੁਰਦੇ ਫਿਰਦੇ ਬੰਬ ਆ, ਉਹਨਾਂ ਬਚਨਾਂ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕਰਕੇ ਦਿਖਾਇਆ। ਇਹ ਭਾਈ ਮੋਹਰ ਸਿੰਘ ਹੈ ਪਤਾ ਕੌਣ ਸੀ ਗੁਰਮੁਖੋ? ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਦੀਵਾਨ ਸਜਾ ਕੇ ਬੈਠੇ ਆ, ਤੇ ਇੱਕ ਗੁਰਮੁਖ ਪਿਆਰਾ ਆਇਆ, ਕਹਿੰਦਾ ਸੰਤ ਜੀ ਸਿੱਖੀ ਚਾਹੀਦੀ, ਅੰਮ੍ਰਿਤ ਛਕਣਾ ਹੈ, ਸਿੱਖੀ ਦੀ ਦਾਤ ਚਾਹੀਦੀ ਆ, ਅੰਮ੍ਰਿਤ ਛਕਣਾ। ਮਹਾਂਪੁਰਖਾਂ ਪੁੱਛਿਆ ਭਾਈ ਤੂੰ ਕੌਣ ਆ? ਕਹਿੰਦਾ ਜੀ ਮੈਂ ਹਿੰਦੂ ਪਰਿਵਾਰ ਦੇ ਵਿੱਚ ਜੰਮਿਆ। ਤੇ ਮਹਾਂਪੁਰਖਾਂ ਬਚਨ ਕੀਤਾ, ਕਹਿੰਦੇ ਜੇ ਤੂੰ ਹਿੰਦੂ ਪਰਿਵਾਰ ਦੇ ਵਿੱਚ ਜੰਮਿਆ ਤੇ ਪੂਰਨ ਹਿੰਦੂ ਬਣ ਕੇ ਰਹਿ,
ਕਹਿੰਦਾ ਜੀ ਨਹੀਂ ਸਿੱਖੀ ਚਾਹੀਦੀ ਆ, ਕਹਿੰਦੇ ਅਸੀਂ ਸਾੜ ਦਿੰਦੇ ਹਾਂ ਤੇਲ ਪਾ ਕੇ, ਜਿਹੜਾ ਆਪਦੇ ਧਰਮ ਦੇ ਵਿੱਚ ਪੱਕਾ ਨਹੀਂ ਰਹਿੰਦਾ। ਮਹਾਂਪੁਰਖਾਂ ਨੇ ਮਖੌਲ ਕੀਤਾ ਤੇ ਉੱਥੋਂ ਵਾਪਸ ਚਲਿਆ ਗਿਆ। ਸਿੰਘਾਂ ਨੇ ਹਾਸਾ ਪਾ ਦਿੱਤਾ, ਕਹਿੰਦੇ ਅੱਗ ਦਾ ਨਾਂ ਸੁਣ ਕੇ, ਤੇਲ ਦਾ ਨਾਂ ਸੁਣ ਕੇ ਤੇ ਡਰ ਕੇ ਭੱਜ ਗਿਆ। ਤੇ 15 ਮਿੰਟਾਂ ਬਾਅਦ ਮੋਢੇ ਦੇ ਉੱਤੇ ਮਿੱਟੀ ਦੇ ਤੇਲ ਦਾ ਪੀਪਾ ਰੱਖਿਆ ਤੇ ਆ ਗਿਆ ਮਹਾਂਪੁਰਖਾਂ ਕੋਲੇ। ਕਹਿੰਦਾ ਜੀ ਆਹ ਚੱਕੋ ਪੀਪਾ ਤੇਲ ਦਾ, ਉੱਤੇ ਪਾਓ, ਅੱਗ ਲਾਓ, ਕੁਝ ਮਰਜ਼ੀ ਕਰੋ ਪਰ ਸਿੱਖੀ ਚਾਹੀਦੀ। ਉਹ ਆ ਭਾਈ ਮੋਹਰ ਸਿੰਘ ਆਖਰੀ ਸਾਹਾਂ ਤੱਕ ਆਪਣੇ ਪਰਿਵਾਰ ਸਮੇਤ ਸਿੱਖੀ ਕੇਸਾਂ ਸਵਸਥਾ ਨਾਲ ਨਿਭਾ ਗਿਆ। ਗੁਰਮੁਖੋ ਇਹ ਤਾਂ ਉਹ ਆ ਜਿਨ੍ਹਾਂ ਦੇ ਕੋਲ ਅਸਲਾ ਤੇ ਬਰੂਦ ਆ। ਇੱਕ ਸੰਗਤ ਦੀ ਰੂਪ ਦੇ ਵਿੱਚ ਦਰਸ਼ਨ ਕਰਨ ਆਇਆ ਨਿਹੰਗ ਸਿੰਘ, ਤੇ ਜਦੋਂ ਟੈਂਕ ਲੰਘਣ ਲੱਗਿਆ ਨਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਕੋਲੋਂ, ਤੇ ਬਰਛਾ ਚੁੱਕ ਕੇ ਟੈਂਕ ਦੇ ਅੱਗੇ ਹੋ ਕੇ ਖਲੋਰ ਗਿਆ। ਕਿੰਨਾ ਚਿਰ ਟੈਂਕ ਨੂੰ ਰੋਕੀ ਰੱਖਿਆ ਇੱਕ ਬਰਛੇ ਦੇ ਨਾਲ, ਤੇ ਫਿਰ ਉਸ ਟੈਂਕ ਦੇ ਗੋਲੇ ਦੇ ਨਾਲ ਤੁੰਬਾ ਤੁੰਬਾ ਹੋ ਕੇ ਤੇ ਸ਼ਹਾਦਤ ਦਾ ਜਾਮ ਪੀ। ਭਾਰਤ ਦੀ ਫੌਜ ਨੇ ਸਾਰੇ ਕਾਨੂੰਨ ਸਿੱਕੇ ਟੰਗ ਕੇ ਸਿੱਖਾਂ ਦੇ ਮੁਕੱਦਸ ਸਥਾਨ ਦੇ ਉੱਤੇ ਟੈਂਕਾਂ ਦੇ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ ਏ, ਤੇ ਭਾਰਤ ਦੀ ਫੌਜ ਦਾ ਮੂੰਹ ਤੋੜਦਾ ਜਵਾਬ ਦੇਣ ਦੇ ਲਈ ਸਿੱਖਾਂ ਨੇ ਆਪਣੇ ਜਿਸਮ ਦੇ ਨਾਲ ਆਰਡੀਐਕਸ ਬੰਨ ਕੇ ਬਰੂਦ ਬੰਨ ਕੇ ਉਹਨਾਂ ਟੈਂਕਾਂ ਦੇ ਉੱਪਰ ਛਾਲਾਂ ਮਾਰੀਆਂ। ਇੱਕ ਪਾਸੇ ਉਹ ਨੇ ਜਿਹੜੇ ਆਪਣੀਆਂ ਤਨਖਾਹਾਂ ਦੇ ਲਈ ਲੜਦੇ ਨੇ, ਆਪਣੀਆਂ ਫੀਤੀਆਂ ਦੇ ਲਈ ਲੜਦੇ ਆ, ਇੱਕ ਪਾਸੇ ਉਹ ਆ ਜਿਹੜੇ ਕਹਿੰਦੇ ਨੇ ਔਰ ਵਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਹੇ, ਜਿਨ੍ਹਾਂ ਦੇ ਮਨਾਂ ਦੇ ਵਿੱਚ ਧਰਮ ਯੁੱਧ ਦਾ ਚਾਹ ਕੇਵਲ ਵਾਸਨਾ ਹੈ ਮਨਾਂ ਦੇ ਵਿੱਚ, ਤੇ ਉਹ ਵਾਸਨਾ ਹੈ ਗੁਰੂ ਦੀ ਨਜ਼ਰ ਦੇ ਵਿੱਚ ਆਉਣ ਦੀ। ਇੱਕੋ ਇੱਕੋ ਇੱਕ ਗੁਰਮੁਖੋ ਆਸ ਆ ਕਿ ਸ਼ਹਾਦਤ ਦਾ ਜਾਮ ਪੀਣਾ ਹੈ, ਤੇ ਸ਼ਹਾਦਤ ਦਾ ਜਾਮ ਪੀਣ ਵਾਲਾ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਵਾਹਿਗੁਰੂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਬਚਨ ਕਰਿਆ ਕਰਦੇ ਨੇ। ਕਹਿੰਦੇ ਜਿਹੜਾ ਇੱਕ ਬੋੜ ਦੇ ਦਰਖਤ ਨੂੰ ਫਲ ਲੱਗਦਾ ਹੈ ਨਾ ਗੋਲ ਗੋਲ ਦੇ ਵਿੱਚ, ਉਹਨੂੰ ਭੰਨ ਕੇ ਵੇਖਿਓ ਜਿੰਨੇ ਬੀਜ ਹੁੰਦੇ ਆ ਉਹਨੇ ਬੀਆਂ ਜਿੰਨੇ ਜਨਮ ਲੈ ਕੇ ਤਪੱਸਿਆ ਕਰਨੀ ਪੈਂਦੀ ਤੇ ਫੇਰ ਸ਼ਹਾਦਤ ਦਾ ਜਾਮ ਪ੍ਰਾਪਤ ਹੁੰਦਾ। ਤੇ ਕਿੱਡਾ ਵੱਡਾ ਉਹਨਾਂ ਸੂਰਮਿਆਂ ਦਾ ਜਾਪਤਾਪ ਹੋਵੇਗਾ ਜਿਹੜੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਆਜ਼ਾਦੀ ਦੇ ਲਈ, ਕੌਮ ਦੀ ਆਜ਼ਾਦੀ ਦੇ ਲਈ ਜੂਝ ਕੇ ਉਸ ਦੁਆਰ ਦੇ ਉੱਤੇ ਸ਼ਹਾਦਤਾਂ ਦੇ ਜਾਮ ਪੀਂਦੇ ਨੇ। ਆਓ ਉਹਨਾਂ ਸੂਰਮਿਆਂ ਨੇ ਕਿਸ ਤਰ੍ਹਾਂ ਆਪਣੇ ਜਿਸਮ ਦੇ ਨਾਲ ਬੰਬ ਬੰਨ ਕੇ ਉਹਨਾਂ ਟੈਂਕਾਂ ਦੇ ਉੱਪਰ ਛਾਲਾਂ ਮਾਰੀਆਂ ਨੇ, ਤੇ ਭਾਰਤ ਦੀ ਸਰਕਾਰ ਨੇ ਕਿਸ ਤਰ੍ਹਾਂ ਦੁਨੀਆਂ ਦੀ ਸਰਵਉੱਚ ਅਦਾਲਤ ਦਾ ਕਾਨੂੰਨ ਤੋੜਿਆ। ਪਿਆਰ ਬੰਬ ਬਣ ਬਣ ਕੇ ਸੂਰਮੇ ਟੈਂਕਾਂ ਉੱਪਰ ਜਾਨ ਧਰਤੀ ਵੱਲੋਂ ਉੱਡਦੇ ਚਿਖੜੇ ਵੱਲ ਅਸਮਾਨ ਸੁੱਜਦਾ ਨਾ ਕੁਝ ਵੀ ਹੋ ਸੀ ਵੈਦੇ ਜਰਵਾਣੇ ਨੂੰ, ਉਧਰੋਂ ਸੀ ਬੀਬੀ ਪੈਂਦੀ ਫੌਜਾਂ ਨੂੰ ਖਾਣੇ ਨੂੰ, ਸੰਤ ਜਰਨੈਲ ਚਬਾਉਂਦਾ ਅੰਦਰੋਂ ਸੀ ਦਾਣੇ ਇੰਦਰਾ ਨੂੰ, ਕਮਲਾ ਕਰਤਾ ਇੰਦਰਾ ਦੀ ਹਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ, ਝੂਠੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ। ਨਾਸੀ ਲਿਆ ਤਾ ਧੂਆਂ ਸਿੱਖ ਜਵਾਨਾਂ ਨੇ, ਮੂਰੇ ਹੋ ਇੱਕ ਦੂਜੇ ਤੋਂ ਵਾਰ ਦੇ ਜਾਨਾਂ ਨੇ, ਦੇਖ ਕੇ ਟੈਂਕ ਵਾੜ ਤੇ ਹਾਰੇ ਬੇਈਮਾਨਾਂ ਨੇ, ਲੜਦੇ ਸਿੰਘ ਧਰਮ ਵਾਸਤੇ ਲੜਦੇ ਨਾ ਰੈਂਕਾਂ ਤੇ, ਬਣ ਕੇ ਬੰਬ ਲੱਕ ਦੁਆਲੇ ਡਿੱਗਣ ਸਿੰਘ ਟੈਂਕਾਂ ਤੇ, ਬਣ ਕੇ ਬਾਰੂਦ ਜਿਸਮਨਾ ਨਾ ਕੁਝ ਵੀ ਹੋ ਸੀ ਵੈਦੇ ਜਰਵਾਣੇ ਨੂੰ, ਉਧਰੋਂ ਸੀ ਬੀਬੀ ਪੈਂਦੀ
ਫੌਜਾਂ ਨੂੰ ਖਾਣੇ ਨੂੰ ਸੰਤ ਜਰਨੈਲ ਚਪਾਉਂਦਾ ਅੰਦਰੋਂ ਸੀ ਦਾਣੇ ਨੂੰ ਇੰਦਰਾ ਨੂੰ ਕਮਲਾ ਕਰਤਾ ਇੰਦਰਾ ਦੀ ਹਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਗੁੰਡੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਨਾਸੀ ਲਿਆ ਤਾ ਧੂਆਂ ਸਿੱਖ ਜਵਾਨਾਂ ਨੇ ਮੂਹਰੇ ਹੋ ਇੱਕ ਦੂਜੇ ਤੋਂ ਵਾਰ ਦੇ ਜਾਨਾਂ ਨੇ ਦੇਖ ਕੇ ਟੈਂਕ ਵਾੜ ਤੇ ਹਾਰੇ ਬੇਈਮਾਨਾਂ ਨੇ ਲੜਦੇ ਸਿੰਘ ਧਰਮ ਵਾਸਤੇ ਲੜਦੇ ਨਾ ਰੈਂਕਾਂ ਤੇ ਬਣ ਕੇ ਬੰਬ ਲੱਕ ਦਵਾਲੇ ਡਿੱਗਣ ਸਿੰਘ ਟੈਂਕਾਂ ਤੇ ਬਣ ਕੇ ਬਾਰੂਦ ਜਿਸਮ ਨਾ ਹੁੰਦਾ ਬਰਾਬਰ ਅਸਲਾ ਜਾਂਦੇ ਜੇ ਆਉਂਦੇ ਨਾ ਜਿਹੜੇ ਸੀ ਬੁੱਕ ਦੇ ਵੈਰੀ ਭਾਲੇ ਤੇ ਆਉਂਦੇ ਨਾ ਐਸੇ ਚੱਲ ਆਉਣੇ ਹੈ ਸੀ ਮੁੜ ਕੇ ਜੋ ਆਉਂਦੇ ਨਾ ਸ਼ੇਰਾਂ ਨਾਲ ਲੜਨਾ ਕੀ ਸੀ ਭੇਡਾਂ ਦੀ ਡਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਬੁੱਚੜ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਮੌਤ ਨੂੰ ਵਿਆਹਣ ਖਾਤਰ ਕਾਲੇ ਸਿੰਘ ਪੈਂਦੇ ਸੀ ਇੰਨੇ ਬੁਲੰਦ ਹੌਸਲੇ ਢਾਹੇ ਨਾ ਢਹਿੰਦੇ ਸੀ ਮਾਰ ਕੇ ਅਸੀਂ ਮਰਾਂਗੇ ਮੁੱਖੋ ਸਭ ਕਹਿੰਦੇ ਸੀ ਕੇਰਾ ਸੀ ਪੈ ਗਏ ਭਾਰੂ ਦੇਵ ਤੇ ਦੈਂਟਾਂ ਤੇ ਬਣ ਕੇ ਬੰਬ ਲੱਕ ਦਵਾਲੇ ਡਿੱਗਣ ਸਿੰਘ ਟੈਂਕਾਂ ਤੇ ਬਣ ਕੇ ਬਾਰੂਦ ਜਿਸਮ ਨਾ ਰੂਸ ਦੀਆਂ ਮਾਰੂ ਗੱਡੀਆਂ ਪਰ ਕਰਮੀ ਉਤਾਰਤੀਆਂ ਦਾਗ ਕੇ ਲੰਜਰ ਖੜੀ ਵਾਂਗੂ ਖਲਿਆਰਤੀਆਂ ਛੇਆਂ ਚੋਂ ਚਾਰ ਉਡਾਈਆਂ ਦੋਸੀ ਨਕਾਰਤੀਆਂ ਦੁਸ਼ਮਣ ਦਾ ਲੱਕ ਤੋੜਤਾ ਸਿੰਘਾਂ ਦੀ ਮਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਝੂਠੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਐਸੀ ਜੋ ਮਾਰੂ ਅਸਲਾ ਟੈਂਕਾਂ ਵਿੱਚ ਕਾਰ ਜੀ ਅੰਦਰੋਂ ਵੀ ਬੰਬ ਮਨੁੱਖੀ ਸੰਤਾਂ ਕੋਲ ਤਿਆਰ ਸੀ ਬਣ ਕੇ ਬਾਰੂਦ ਜਿਸਮ ਤੇ ਕਰਦੇ ਜੋ ਵਾਰ ਸੀ ਜਾਈਏ ਬਲਿਹਾਰੇ ਆਪਸੀ ਸਿੰਘਾਂ ਦੀਆਂ ਲੈਂਕਾਂ ਤੇ ਬਣ ਕੇ ਬੰਬ ਲੱਕ ਦਵਾਲੇ ਡਿੱਗਣ ਸਿੰਘ ਟੈਂਕਾਂ ਤੇ ਬਣ ਕੇ ਬਾਰੂਦ ਜਿਸਮ ਨਾ ਮੱਚ ਗਈ ਤੜ 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 ਮੱਚ ਗਈ ਤੜ ਥੱਲੀ ਸਾਰੇ ਸਿੰਘਾਂ ਦੇ ਜੋਸ਼ ਦੀ ਐਸੀ ਦੀ ਤੈਸੀ ਹੋ ਗਈ ਫੌਜਾਂ ਦੇ ਹੋਸ਼ ਦੀ ਕਹਿ ਕਹਿ ਕੇ ਆਪਣੇ ਆਪ ਨੂੰ ਦਿੱਲੀ ਪਈ ਕੋਸ ਦੀ ਪਾਈ ਕਿੰਜ ਪੜਥੂ ਜਾਂਦੇ ਬੰਦੇ ਉਂਝ ਚਾਰ ਨੇ ਤੋੜਿਆ ਸੰਵਿਧਾਨ ਦੇਸ਼ ਦਾ ਗੁੰਡੀ ਸਰਕਾਰ ਨੇ ਤੋੜਿਆ ਕਾਨੂੰਨ ਦੇਸ਼ ਦਾ ਸਿੰਘਾਂ ਨੇ ਕਾਇਮ ਰੱਖਿਆ ਆਪਣੇ ਇਤਿਹਾਸ ਨੂੰ ਲੱਖਾਂ ਨਾਲ ਕੱਲਾ ਲੜਨ ਦੀ ਰੀਤ ਏ ਖਾਸ ਨੂੰ ਪੂਰਾ ਮੁਸਾਫਰ ਗੁਰ ਤੇ ਰੱਖਿਆ ਵਿਸ਼ਵਾਸ ਨੂੰ ਮਰਦੇ ਸਿੰਘ ਧਰਮ ਵਾਸਤੇ ਮਰਦੇ ਨਾ ਬੈਂਕਾਂ ਤੇ ਬਣ ਕੇ ਬੰਬ ਲੱਕ ਦਵਾਲੇ ਡਿੱਗਣ ਸਿੰਘ ਟੈਂਕਾਂ ਤੇ ਬਣ ਕੇ ਬਾਰੂਦ ਜਿਸਮ ਨਾ ਕੌਮੇ ਮੇਰੀਏ ਸਵੇਂ ਨੇ ਢੋਲ ਮਾਰੇ ਐਪਰ ਜੀ ਦੇ ਵਿੱਚ ਤੇਰੀ ਆਵਾਜ਼ ਕੋਈ ਨਾ ਜਿਹੜਾ ਮੁਰਦਿਆਂ ਤਾਈਂ ਨਚਾ ਦੇਵੇ ਕਿਸੇ ਕੌਮ ਕੋਲ ਇਹੋ ਜਿਹਾ ਸਾਜ਼ ਕੋਈ ਨਾ ਚੱਖੜ ਲੱਖ ਚੁੱਲੇ ਇਨਕਲਾਬ ਆਇਆ ਅਰਸ਼ ਫਰਸ਼ ਤੋਂ ਮਿੱਟੀ ਡਾਉਣ ਵਾਲਾ ਸਰਫ ਖੂਨ ਸ਼ਹੀਦਾਂ ਦਾ ਡੁੱਲਿਆ ਜੋ ਕੋਈ ਜੰਮਿਆ ਧੂੜ ਨਾ ਪਾਉਣ ਵਾਲਾ ਕੋਈ ਜੰਮਿਆ ਧੂੜ ਨਾ ਪਾਉਣ ਵਾਲਾ ਗੁਰਮੁਖੋ ਦੇਸ਼ ਦੀ ਪ੍ਰਧਾਨ ਮੰਤਰੀ ਇਸ ਘੱਲੂਘਾਰੇ ਦੀ ਮੁੱਖ ਦੋਸ਼ੀ ਬੀਬੀ ਇੰਦਰਾ ਗਾਂਧੀ ਇਹਦੀ ਸੁਰੱਖਿਆ ਗਾਰਡ ਦੇ ਵਿੱਚ ਤਾਇਨਾਤ ਭਾਈ ਬੇਅੰਤ ਸਿੰਘ ਮਲੋਆ ਤੇ ਭਾਈ ਸਤਵੰਤ ਸਿੰਘ ਅਗਵਾਨ ਛੁੱਟੀ ਆਏ ਆ ਵਾਰੋ ਵਾਰੀ ਤੇ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਕੇ ਗਏ ਤੇ ਅਕਾਲ ਤਖ਼ਤ ਸਾਹਿਬ ਦਾ ਹਾਲ ਦੇਖ ਕੇ ਅੱਖਾਂ ਦੇ ਵਿੱਚੋਂ ਨੀਰ ਵਹਿੰਦਾ ਏ
ਤੇ ਮਨ ਦੇ ਵਿੱਚ ਤੁਹਈਆ ਕਰ ਲਿਆ ਹੈ ਕਿ ਇਸ ਤਖਤ ਦੀ ਹੋਈ ਬੇਅਦਬੀ ਦਾ ਅਸੀਂ ਜੇ ਬਦਲਾ ਲੈ ਲੈਣਾ ਤੇ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਅਰਦਾਸ ਕੀਤੀ ਆ ਬਾਹਾਂ ਨੂੰ ਖੜੀਆਂ ਕਰਕੇ ਸੱਚੇ ਪਾਤਸ਼ਾਹ ਜਿਸ ਪਾਪਣ ਦੇ ਹੁਕਮਾਂ ਸਦਕਾ ਇਹ ਸਾਰਾ ਕਹਿਰ ਵਾਪਰਿਆ ਏ ਕਿਹੋ ਜੀ ਸੇਵਾ ਲਾਈ ਆ ਅਸੀਂ ਉਹਦਾ ਉਹਦੀ ਸੁਰੱਖਿਆ ਕਰਦੇ ਹਾਂ ਅਸੀਂ ਉਹਦੀ ਜਾਨ ਬਚਾਉਂਦੇ ਫਿਰਦੇ ਹਾਂ ਸਾਨੂੰ ਬਲ ਬਖਸ਼ ਤੇਰੇ ਇਸ ਤਖਤ ਦੀ ਹੋਈ ਬੇਅਦਬੀ ਦਾ ਅਸੀਂ ਬਦਲਾ ਲੈ ਸਕਦੇ ਸ਼ਹਿਰ ਲੈਂਦਾ ਟੱਠੇ ਤਖਤ ਅਕਾਲ ਵੱਲ ਕਰ ਖੜੀਆਂ ਟੱਠੇ ਤਖਤ ਅਕਾਲ ਵੱਲ ਕਰ ਖੜੀਆਂ ਬਾਵਾ ਕਹਿੰਦਾ ਛੇਵੇਂ ਪਾਤਸ਼ਾਹ ਸੌ ਤੇਰੀ ਖਾਵਾ ਜਿੰਨਾ ਢਾਇਆ ਤੇਰੇ ਤਖਤ ਨੂੰ ਮੈਂ ਦਿਆਂ ਸਜਾਵਾ ਮਾਸ ਉਹਨਾਂ ਦਾ ਨੋਚ ਕੁੱਤਿਆਂ ਨੂੰ ਪਾਵਾ ਮੈਂ ਤੜ ਤੜ ਮਾਰਾਂ ਗੋਲੀਆਂ ਜਮ ਪੂਰੀ ਪਚਾਵਾ ਜੋ ਭਾਦੀ ਚਾੜੀ ਅੰਦਰਾ ਮੈਂ ਮੋੜ ਬਣਾਵਾ ਮੈਂ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਵਾਰ ਕਰਾਵਾ ਬਲ ਬਖਸ਼ੀ ਮੈਨੂੰ ਸਤਿਗੁਰੂ ਨਾ ਚਿੱਤ ਡੁਲਾਵਾ ਸੱਚੇ ਪਾਤਸ਼ਾਹ ਬਲ ਬਖਸ਼ੀ ਮੌਕੇ ਦੇ ਉੱਤੇ ਕਿਤੇ ਚਿੱਤ ਨਾ ਡੋਲ ਜਾਵੇ ਇਹੋ ਬਲਬਲੇ ਲੈ ਕੇ ਤੇ ਮਾਧੇ ਦਾ ਜੰਪਰ ਭਲਵਾਨ ਜਿਹਨੂੰ ਕਹਿੰਦੇ ਆ ਸਤਵੰਤ ਸਿੰਘ ਉਹ ਵੀ ਫਿਰਦਾ ਹੈ ਇੰਦਰਾ ਗਾਂਧੀ ਦੀ ਕੋਠੀ ਦੇ ਵਿੱਚ ਟਹਿਲਦਾ ਉਦਾਸ ਆ ਚਿੱਤ ਪਰ ਸਵੱਬ ਬਣ ਗਿਆ ਤੇ ਭਾਈ ਬੇਅੰਤ ਸਿੰਘ ਦੇ ਨਾਲ ਵਿਚਾਰਾਂ ਦੀ ਸਾਂਝ ਪੈ ਗਈ ਆ ਦੋਹਾਂ ਨੂੰ ਤਿਆਰ ਕੀਤਾ ਹੈ ਭਾਈ ਕੇਰ ਸਿੰਘ ਨੇ ਜਿਹੜੇ ਰਿਸ਼ਤੇ ਦੇ ਵਿੱਚ ਭਾਈ ਬੇਅੰਤ ਸਿੰਘ ਦੇ ਫੁੱਫੜ ਜੀ ਲੱਗਦੇ ਆ ਆਖਿਆ ਸੂਰਮੇ ਉਹ ਤੁਹਾਡੇ ਕੋਲ ਵੇਲਾ ਏ ਤੇ ਵੇਲਾ ਲੰਘਿਆ ਇੱਕ ਵਾਰ ਹੱਥ ਨਹੀਂ ਆਉਂਦਾ ਤੇ ਉਹ ਵੇਲਾ ਆ ਗਿਆ 31 ਅਕਤੂਬਰ ਸਨ 1984 ਵਾਲੇ ਦਿਨ ਸਵੇਰੇ 9:30 ਪਾ ਕੇ ਸੰਤਰੀ ਰੰਗ ਦੀ ਸਾੜੀ ਬੀਬੀ ਇੰਦਰਾ ਗਾਂਧੀ ਆਪਣੀ ਪੀਏ ਨੂੰ ਪੁੱਛਦੀ ਆ ਮੈਂ ਕੈਸੀ ਲੱਗ ਰਹੀ ਹਾਂ ਕਹਿੰਦੇ ਬੀਬੀ ਜੀ ਬਹੁਤ ਅੱਛੀ ਲੱਗ ਰਹੀ ਆਪਣੇ ਦਫ਼ਤਰ ਵੱਲ ਨੂੰ ਨਿਕਲਣ ਲੱਗੀ ਤੇ ਰੋਜ਼ਾਨਾ ਦੀ ਤਰ੍ਹਾਂ ਸੂਰਮੇ ਆਪਣੀ ਡਿਊਟੀ ਦੇ ਉੱਤੇ ਤਾਇਨਾਤ ਆ ਭਾਈ ਬੇਅੰਤ ਸਿੰਘ ਦਾ ਨਿੱਤ ਸੱਜਾ ਹੱਥ ਉੱਠਦਾ ਏ ਜਾਂਦਾ ਏ ਮੱਥੇ ਵੱਲ ਨੂੰ ਸਲੂਟ ਮਾਰਦਾ ਏ ਪਰ ਅੱਜ ਇਹ ਸੱਜਾ ਹੱਥ ਉੱਠਿਆ ਤਾਂ ਹੈ ਮੱਥੇ ਵੱਲ ਨਹੀਂ ਗਿਆ ਇਹ ਗਿਆ ਖੱਬੀ ਢਾਕ ਦੇ ਉੱਤੇ ਲੜਕਦੇ 6 ਗੋਲੀ ਦੇ ਸਰਵਿਸ ਵਾਲੇ ਰਿਵਾਲਵਰ ਦੇ ਉੱਤੇ ਪੇਟੀ ਦੇ ਵਿੱਚੋਂ ਕੱਢਿਆ ਰਿਵਾਲਵਰ ਤੇ ਬੀਬੀ ਦੀ ਛਾਤੀ ਵੱਲ ਨੂੰ ਤਾਣ ਲਿਆ ਛਾਤੀ ਵੱਲ ਨੂੰ ਤਾਣਿਆ ਹੋਇਆ ਰਿਵਾਲਵਰ ਵੇਖ ਕੇ ਬੀਬੀ ਦੇ ਮੂੰਹ ਦੇ ਵਿੱਚੋਂ ਨਿਕਲਿਆ ਬੇਅੰਤ ਸਿੰਘ ਜੀ ਇਹ ਕਿਆ ਕਰ ਰਹੇ ਹੋ ਕਹਿੰਦਾ ਅਕਾਲ ਤਖ਼ਤ ਦਾ ਬਦਲਾ ਲੈਣ ਲੱਗਾ ਤਿਆਰ ਹੋ ਜਾ ਪਾਪਣੇ ਜੋ ਤੂੰ ਸਾਡੇ ਤਖ਼ਤ ਦੇ ਉੱਤੇ ਟੈਂਕਾਂ ਗੋਲੀਆਂ ਦੇ ਨਾਲ ਕਹਿਰ ਕਮਾਇਆ ਹੈ ਸਾਡੇ ਬੱਚਿਆਂ ਬਜ਼ੁਰਗਾਂ ਉੱਤੇ ਕਹਿਰ ਕਮਾਇਆ ਤੈਨੂੰ ਤੇਰੇ ਕਰਮਾਂ ਦਾ ਫਲ ਭੁਗਤਾਉਣ ਲੱਗਿਆ ਕਹਿੰਦੀ ਹਾੜਾ ਮੈਂ ਤੁਹਾਡੀਆਂ ਮਾਵਾਂ ਵਰਗੀਆਂ ਮੇਰੀ ਜਾਨ ਬਖਸ਼ੀ ਕਰ ਮੇਰਾ ਕੱਲੀ ਦਾ ਕਸੂਰ ਨਹੀਂ ਆ ਜੇ ਤੁਹਾਨੂੰ ਮਾਇਆ ਚਾਹੀਦੀ ਹੈ ਮੈਂ ਢੇਰੀਆਂ ਲਾ ਦਿੰਦੀ ਹਾਂ ਜੇ ਤੁਹਾਨੂੰ ਕੋਈ ਅਹੁਦਾ ਚਾਹੀਦਾ ਮੈਂ ਇਸੇ ਵਕਤ ਹਾਜ਼ਰ ਕਰ ਦਿੰਦੀ ਹਾਂ ਪਰ ਮੇਰੀ ਜਾਨ ਬਖਸ਼ ਦਿਓ ਅੱਗੋਂ ਸੂਰਮੇ ਕੀ ਜਵਾਬ ਦਿੰਦੇ ਆ ਬੀਬੀ ਮਿੰਨਤਾਂ ਕਿਸ ਤਰ੍ਹਾਂ ਕਰਦੀ ਆ ਆਓ ਪਿਆਰ ਦੇ ਨਾਲ ਸੁਣੋ ਇੰਦਰਾ ਮਿੰਨਤਾਂ ਕਰ ਰਹੀ ਸਿੰਘ ਜੀ ਕਰ ਦਿਓ ਮਾਫ ਬੇਅੰਤ ਸਿੰਘ ਸਤਵੰਤ ਨੇ ਬੀਬੀ ਕਰਤੀ ਸਾਫ ਕਰਦੀ ਬਾਵਾ ਸੀ ਖੜੀਆਂ ਕਰਦੀ ਇੰਦਰਾ ਸੀ ਮਿੰਨਤਾਂ ਕਰਦੀ ਬਾਵਾ ਸੀ ਖੜੀਆਂ ਕਰਦੀ ਕਦਮਾਂ ਤੇ ਸਿਰ ਸੀ ਤਰਦੀ ਕਰਨਾ ਗੁਜ਼ਾਰੀ ਵੇ ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਮਾਰੀ ਵੇ
ਢਾਡੀਆਂ ਮੈਂ ਮਾਵਾਂ ਵਰਗੀ ਬਿਆੰਤ ਸਿੰਘ ਪਿਸਟਲ ਭਰ ਕੇ ਪੂਰੇ ਸੀ ਲੋੜ ਚ ਕਰਕੇ ਬਿਆੰਤ ਸਿੰਘ ਪਿਸਟਲ ਭਰ ਕੇ ਪੂਰੇ ਸੀ ਲੋੜ ਚ ਕਰਕੇ ਛਾਤੀ ਵਿੱਚ ਗੋਲੀ ਜੜ ਕੇ ਛੱਡਿਆ ਜਕਾਰਾ ਨੀ ਜ਼ਿੰਦਗੀ ਤੋਂ ਵੱਧ ਕੇ ਸਾਨੂੰ ਤਖਤ ਪਿਆਰਾ ਨੀ ਜਾਣ ਤੋਂ ਵੱਧ ਕੇ ਸਾਨੂੰ ਉਹ ਇੰਦਰਾ ਸੀ ਮਿਹਨਤਾਂ ਕਰਦੀ ਬਾਵਾਂ ਸੀ ਖੜੀਆਂ ਕਰਦੀ ਇੰਦਰਾ ਸੀ ਮਿਹਨਤਾਂ ਕਰਦੀ ਬਾਵਾਂ ਸੀ ਖੜੀਆਂ ਕਰਦੀ ਕਦਮਾਂ ਤੇ ਸਿਰ ਸੀ ਧਰਦੀ ਕਹਿਰ ਨਾ ਗੁਜ਼ਾਰੀ ਵੇ ਭੁੱਲ ਗਈ ਮੈਂ ਵਰਦੀ ਪਾਉਣੀ ਗੋਲੀ ਨਾ ਮਾਰੀ ਵੇ ਭੁੱਲ ਗਈ ਮੈਂ ਜੈਕਟ ਪਾਉਣੀ ਬਿਆੰਤ ਸਿੰਘ ਪਿਸਟਲ ਭਰ ਕੇ ਪੂਰੇ ਸੀ ਲੋੜ ਚ ਕਰਕੇ ਬਿਆੰਤ ਸਿੰਘ ਪਿਸਟਲ ਭਰ ਕੇ ਪੂਰੇ ਸੀ ਲੋੜ ਚ ਕਰਕੇ ਛਾਤੀ ਵਿੱਚ ਗੋਲੀ ਜੜ ਕੇ ਛੱਡਿਆ ਜਕਾਰਾ ਨੀ ਜ਼ਿੰਦਗੀ ਤੋਂ ਵੱਧ ਕੇ ਸਾਨੂੰ ਤਖਤ ਪਿਆਰਾ ਨੀ ਜਾਣ ਤੋਂ ਵੱਧ ਕੇ ਸਾਨੂੰ ਓ ਪੁੱਤਰਾਂ ਤੋਂ ਵੱਧ ਕੇ ਤੈਨੂੰ ਸਮਝਾਂ ਪਿਆਰਾ ਵੇ ਦੱਸ ਤੂੰ ਅੱਜ ਕਿਹੜੀ ਗੱਲੋਂ ਬਣਿਆ ਹਥਿਆਰਾ ਵੇ ਬਣਿਆ ਰਹਿ ਅੱਗੇ ਵਾਂਗਰਾਂ ਬਣਿਆ ਰਹਿ ਅੱਗੇ ਵਾਂਗਰਾਂ ਪੱਕਾ ਇਤਬਾਰੀ ਵੇ ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਮਾਰੀ ਵੇ ਤੁਹਾਡੀਆਂ ਮੈਂ ਮਿੰਨਤਾਂ ਕਰਦੀ ਤਖਤੀ ਘਰ ਢੋਹਾ ਕੇ ਮਾਵਾਂ ਦੇ ਪੁੱਤ ਮਰਵਾ ਕੇ ਦੱਸ ਤੂੰ ਕਿਵੇਂ ਬਚੀ ਰਵੇਂਗੀ ਸ਼ੇਰਾਂ ਨਾਲ ਪੰਜਾ ਪਾ ਕੇ ਅੱਜ ਤਾਂ ਅਸੀਂ ਰੋਜ਼ ਰੋਜ਼ ਦਾ ਮਕਾਉਣਾ ਏ ਪਵਾੜਾ ਨੀ ਜ਼ਿੰਦਗੀ ਤੋਂ ਵੱਧ ਕੇ ਸਾਨੂੰ ਤਖਤ ਪਿਆਰਾ ਨੀ ਜਾਣ ਤੋਂ ਵੱਧ ਕੇ ਸਾਨੂੰ ਹੋ ਜੇ ਤੂੰ ਗੱਲ ਕਰੇ ਮਾਇਆ ਦੀ ਢੇਰ ਲਗਾ ਦਿਆਂ ਜੇ ਤੂੰ ਮੈਨੂੰ ਕਹੇ ਮੇਰੇ ਹੀਰਾ ਵਧਵਾ ਦਿਆਂ ਵੇ ਤੇਰਾ ਅਹਿਸਾਨ ਨਾ ਭੁੱਲਾਂ ਤੇਰਾ ਅਹਿਸਾਨ ਨਾ ਭੁੱਲਾਂ ਜ਼ਿੰਦਗੀ ਏ ਸਾਰੀ ਵੇ ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਮਾਰੀ ਵੇ ਭੁੱਲ ਗਈ ਮੈਂ ਵਰਦੀ ਪਾਉਣੀ ਮਾਇਆ ਹੈ ਕੂੜ ਪਸਾਰਾ ਇਹਦੇ ਵਿੱਚ ਫਸੀਏ ਨਾ ਯਾਰੜੇ ਦਾ ਸਤਰ ਚੰਗੇੜਾ ਖੇੜਿਆਂ ਦੇ ਵਸੀਏ ਨਾ ਹੁਣ ਤਾਂ ਸਿੰਘਾਂ ਦਾ ਬਹੁਤਾ ਵਧਿਆ ਏ ਪਾਰਾ ਨੀ ਜ਼ਿੰਦਗੀ ਤੋਂ ਵੱਧ ਕੇ ਸਾਨੂੰ ਤਖਤ ਪਿਆਰਾ ਨੀ ਜਾਣ ਤੋਂ ਵੱਧ ਕੇ ਸਾਨੂੰ ਓ ਮੇਰਾ ਨੀ ਕਸੂਰ ਕੱਲੀ ਦਾ ਨਾਲ ਮੇਰੇ ਜੈਲਾ ਵੀ ਕਹਿੰਦਾ ਸੀ ਫੜਨਾ ਸੰਤਾਂ ਨੂੰ ਕੰਮ ਏ ਸੁਖੈਲਾ ਨਹੀਂ ਦੂਜੀ ਕੁਝ ਲੋਂਗੋਵਾਲ ਵੀ ਕੀਤੀ ਏ ਗਦਾਰੀ ਵੇ ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਮਾਰੀ ਵੇ ਤੁਹਾਡੀਆਂ ਮੈਂ ਮਾਵਾਂ ਵਰਗੀ ਵੇਖ ਕੇ ਹਾਲ ਤਖਤ ਦਾ ਖਾਦੀ ਸੋ ਪੱਕੀ ਨੀ ਕਰਦੇ ਅਸੀਂ ਕਦੇ ਮਾਫ ਨਾ ਬੰਦੇ ਜੋ ਛੱਕੀ ਨੀ ਜਿੰਨਾ ਚਿਰ ਮਰਜ਼ੀ ਕਰ ਲੈ ਲੁਕਣ ਦਾ ਚਾਰਾ ਨੀ ਜ਼ਿੰਦਗੀ ਤੋਂ ਵੱਧ ਕੇ ਸਾਨੂੰ ਤਖਤ ਪਿਆਰਾ ਨੀ ਜਾਣ ਤੋਂ ਵੱਧ ਕੇ ਸਾਨੂੰ ਮੈਂ ਤਾਂ ਕਰਦੀ ਵੇ ਗੋਲੀ
ਮੈਨੂੰ ਮਾਰਿਓ ਨਾ ਤੁਹਾਡੀਆਂ ਮੈਂ ਮਾਵਾਂ ਵਰਗੀ ਵੇਖ ਕਰ ਗੁਜ਼ਾਰਿਓ ਨਾ ਹਾੜਾ ਮੈਂ ਮਿੰਨਤਾਂ ਕਰਦੀ ਗੋਲੀ ਮੈਨੂੰ ਮਾਰਿਓ ਨਾ ਤੁਹਾਡੀਆਂ ਮੈਂ ਮਾਵਾਂ ਵਰਗੀ ਵੇਖ ਕਰ ਗੁਜ਼ਾਰਿਓ ਨਾ ਅੱਜ ਤੋਂ ਹੋ ਤੁਸੀਂ ਜਿੱਤ ਗਏ ਅੱਜ ਤੋਂ ਹੋ ਤੁਸੀਂ ਜਿੱਤ ਗਏ ਅਤੇ ਮੈਂ ਹਾਰੀ ਵੇ ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਮਾਰੀ ਵੇ ਤੁਹਾਡੀਆਂ ਮੈਂ ਮਾਵਾਂ ਵਰਗੀ ਕੀਤੀ ਸਟੇਨ ਜਾਂ ਸਿੱਧੀ ਹੋ ਗਈ ਫਿਰ ਢਿੱਲੀ ਜਈ ਦੋਹਾਂ ਹੀ ਸਿੰਘਾਂ ਸੂਰਮਿਆਂ ਢੇਰਤੀ ਬਿੱਲੀ ਜਈ ਕੀਤੀ ਸਟੇਨ ਜਾਂ ਸਿੱਧੀ ਹੋ ਗਈ ਫਿਰ ਢਿੱਲੀ ਜਈ ਦੋਹਾਂ ਹੀ ਸਿੰਘਾਂ ਸੂਰਮਿਆਂ ਢੇਰਤੀ ਬਿੱਲੀ ਜਈ ਨਿਰਮਲ ਸਿੰਘ ਹੋਏ ਸੁਰਖਰੂ ਨਿਰਮਲ ਸਿੰਘ ਹੋਏ ਸੁਰਖਰੂ ਕਰਜ਼ਾ ਲਾ ਭਾਰਾ ਨੀ ਜ਼ਿੰਦਗੀ ਤੋਂ ਵੱਧ ਕੇ ਸਾਨੂੰ ਤਖਤ ਪਿਆਰਾ ਨੀ ਜਾਣ ਤੋਂ ਵੱਧ ਕੇ ਸਾਨੂੰ 31 ਅਕਤੂਬਰ ਸੰਨ 1984 ਵਾਲੇ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਮੱਸੇ ਰੰਗੜ ਦੀ ਭੈਣ ਬੀਬੀ ਇੰਦਰਾ ਗਾਂਧੀ ਕਰਕੇ ਸਿੰਘਾਂ ਨੇ ਫਿਲਟਰ ਵਰਗੀ ਤੇ ਨਰਕਾਂ ਦੀ ਗੱਡੀ ਝਾੜ ਦਿੱਤੀ। 1, 2 ਤੇ 3 ਨਵੰਬਰ ਸੰਨ 1984 ਨੂੰ ਦਿੱਲੀ ਲਖਨਊ ਤੇ ਕਾਨਪੁਰ ਦੇ ਵਿੱਚ ਸਿੱਖਾਂ ਦਾ ਰੱਜ ਕੇ ਖੂਨ ਡੋਲਿਆ ਗਿਆ। ਨੌਜਵਾਨਾਂ ਦੇ ਗਲਾਂ ਦੇ ਵਿੱਚ ਜਿਉਂਦਿਆਂ ਦੇ ਟਾਇਰ ਪਾ ਕੇ ਅੱਗਾਂ ਲਾਈਆਂ ਗਈਆਂ, ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ ਆ, ਗੁਰੂ ਘਰਾਂ ਨੂੰ ਅੱਗਾਂ ਲਾਈਆਂ ਗਈਆਂ। 9 ਮਾਸ ਦੇ ਰਿਸ਼ਤੇ ਵਾਲਿਆਂ ਨੇ ਤਿਲਕ ਜੰਜੂ ਦੀ ਰਾਖੀ ਕਰਨ ਵਾਲੇ 9ਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਥਾਨਾਂ ਨੂੰ ਵੀ ਦਿੱਲੀ ਦੇ ਵਿੱਚ ਅੱਗਾਂ ਲਾ ਦਿੱਤੀਆਂ। ਪੰਜਾਬ ਦੇ ਵਿੱਚ ਵਸਦੇ ਨੌਜਵਾਨਾਂ ਦੇ ਦਿਲਾਂ ਦੇ ਉੱਤੇ ਪਹਿਲਾਂ ਹੀ ਜੂਨ 1983 ਦਾ ਜ਼ਖਮ ਹਜੇ ਅੱਲਾ ਹੈ ਤੇ ਉਸ ਜ਼ਖਮ ਨੂੰ ਫਿਰ ਤੋਂ ਚੇੜ ਦਿੱਤਾ ਗਿਆ ਨਵੰਬਰ 1984। ਇਹਨਾਂ ਨੇ ਤੁਹਈਆ ਕਰ ਲਿਆ ਕਿ ਹੁਣ ਅਸੀਂ ਟਿੱਕੇ ਨਹੀਂ ਬੈਠ ਸਕਦੇ, ਉਦੋਂ ਤੱਕ ਲੜਾਂਗੇ ਜਦੋਂ ਤੱਕ ਕੌਮ ਨੂੰ ਆਪਣਾ ਇੱਕ ਵੱਖਰਾ ਘਰ ਨਹੀਂ ਬਣ ਜਾਂਦਾ, ਕੌਮ ਨੂੰ ਇੱਕ ਵੱਖਰਾ ਘਰ ਨਹੀਂ ਮਿਲ ਜਾਂਦਾ, ਕੌਮ ਦਾ ਆਪਣਾ ਰਾਜ ਨਹੀਂ ਮਿਲ ਜਾਂਦਾ, ਜਾਂ ਉਦੋਂ ਤੱਕ ਜੂਝਦੇ ਰਵਾਂਗੇ ਜਦੋਂ ਤੱਕ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੋਦ ਨਹੀਂ ਪ੍ਰਾਪਤ ਹੋ ਜਾਂਦੀ, ਅਸੀਂ ਸ਼ਹਾਦਤਾਂ ਦੇ ਜਾਮ ਨਹੀਂ ਪੀਂਦੇ, ਕਿਉਂਕਿ ਸਿੱਖੀ ਦਾ ਇਹੀ ਸਿਧਾਂਤ ਹੈ ਕਿ ਰਾਜ ਕਰੇ ਹੈ ਲੜ ਵਾਸਤੇ ਸ਼ਾਇਰ ਲਿਖਦਾ ਜਿਨ੍ਹਾਂ ਨੇ ਸੋਹਣੇ ਵਰਗੀਆਂ ਜਵਾਨੀਆਂ ਕੌਮ ਦੇ ਸਿਰ ਤੋਂ ਵਾਰ ਦਿੱਤੀਆਂ। ਸ਼ਾਇਰ ਕਹਿੰਦਾ ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਹਰਿਮੰਦਰ ਦੀ ਧਰਤੀ ਨੂੰ ਜਾ ਕੇ ਝੁੰਮਾਂ, ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਹਰਿਮੰਦਰ ਦੀ ਧਰਤੀ ਨੂੰ ਜਾ ਕੇ ਝੁੰਮਾਂ ਮੈਂ। ਰਾਹ ਦੇ ਵਿੱਚ ਬੜੇ ਸਾਰੇ ਪਿੰਡ ਵੇਖੇ ਨੇ ਤੇ ਸੂਰਮੇ ਪਗਾ ਕੇ ਜਿਹੜੇ ਹਿੰਡ ਵੇਖੇ ਨੇ, ਨਵਾਂ ਪਿੰਡ ਅੱਡੇ ਤੋਂ ਮੈਂ ਬੱਸ ਚੜਿਆ, ਆਣ ਜਦੋਂ ਮਾਣੋ ਚਾਲ ਵਿੱਚ ਖੜਿਆ, ਉਸੇ ਵੇਲੇ ਦਿਲ ਚ ਆਇਆ ਖਿਆਲ ਸੀ ਜੀ ਇਸ ਪਿੰਡ ਦਾ ਤਾਂ ਬਾਬਾ ਮਾਣੋ ਚਾਲ ਸੀ, ਦਿਲ ਵਾਲੇ ਅੱਗ ਚ ਵੈਰੀ ਨੂੰ ਜਾਲਦਾ, ਦਿਲ ਵਾਲੀ ਅੱਗ ਚ ਵੈਰੀ ਨੂੰ ਜਾਲਦਾ ਤੇ ਬੱਬਰਾਂ ਦਾ ਮੋਢੀ ਪਿੰਡ ਦਾਸੂ ਵਾਲਦਾ। ਬਸ ਜਦੋਂ ਤਰਨ ਤਾਰਨ ਸ਼ਹਿਰ ਪੁੱਜ ਗਈ ਭਾਈ ਭੋਲੇ ਦਾ ਇਹ ਸ਼ਹਿਰ ਮੈਨੂੰ ਗੱਲ ਸੁੱਜ ਗਈ, ਹਰ ਵੇਲੇ ਮੌਤ ਨੂੰ ਕਰੇ ਮਖੌਲ ਜੀ ਅਨਾਰ ਸਿੰਘ ਪਾੜਾ ਨਾਲ ਜੱਜ ਜੌਲ ਜੀ। ਪਹੁੰਚ ਜੰਡਿਆਲੇ ਤੋਂ ਮੈਂ ਬੱਸ ਬਦਲੀ, ਪਹੁੰਚ ਜੰਡਿਆਲੇ ਤੋਂ ਮੈਂ ਬੱਸ ਬਦਲੀ ਤੇ ਜਿੰਦਾ ਸੁੱਖਾ ਚੇਤੇ ਆ ਗਏ, ਵੇਖ ਗਦਲੀ ਉਤਰਿਆ ਬੱਸ ਪਹੁੰਚ ਕੇ ਬਟਾਲੇ ਤੇ, ਗੁੱਗੂ ਹਰਚੰਦ ਵੀ ਅਣਖ ਵਾਲੇ ਨੇ, ਕਲਾਨੌਰ ਕੋਲ ਅਗਵਾਨ ਆ ਗਿਆ ਸਤਵੰਤ ਉੱਤੇ ਬੜਾ ਮੈਨੂੰ ਮਾਣ ਆ ਗਿਆ, ਮਹਿਤੇ ਤੋਂ ਲੁਧਿਆਣੇ ਚਾਲੇ ਪਾ ਲਏ 13 ਸਿੰਘਾਂ ਦੇ ਜ਼ਖਮ ਸੀਨੇ ਨਾਲ, ਉਹ 13 ਸਿੰਘ ਜਿਹੜੇ ਗੁਰਬਚਨ ਨਰਕ ਧਾਰੀਏ ਨੇ 1978 ਦੀ ਵਿਸਾਖੀ ਨੂੰ ਸ਼ਹੀਦ ਕੀਤੇ।
ਮੈਤੇ ਤੋਂ ਲੁਧਿਆਣੇ ਚਾਲੇ ਪਾ ਲਏ, 13 ਸਿੰਘਾਂ ਦੇ ਜ਼ਖਮ ਸੀਨੇ ਨਾਲ ਲਾ ਲਏ। ਪਹੁੰਚ ਕੇ ਫਲੌਰ ਚੇਤੇ ਆਈ ਗੱਲ ਸੀ, 79 ਸਿੰਘ ਰੋਡੇ ਬਾਈ ਕੀਤਾ ਹਾਲ ਸੀ। ਕਾਰ ਪਿੱਛੇ ਉਸਨੇ ਬੁਲਟ ਲਾਇਆ ਸੀ ਤੇ ਜਗਤੂ ਦਾ ਮੇਲ ਮੌਤ ਨਾ ਕਰਾਇਆ ਸੀ। ਹੋਇਆ ਨਾ ਸਬਰ ਦਿਲ ਮਰ ਜਾਣੇ ਤੋਂ, ਹੋਇਆ ਨਹੀਂ ਸਬਰ ਦਿਲ ਮਰ ਜਾਣੇ ਤੋਂ, ਲੈ ਲਿਆ ਬੁਲਟ ਮੈਂ ਵੀ ਲੁਧਿਆਣੇ ਤੋਂ। ਚੜ ਕੇ ਬੁਲਟ ਤੇ ਮੈਂ ਮੋਗੇ ਆ ਗਿਆ, ਝੁਕ ਗਿਆ ਸੀਸ ਜਦੋਂ ਰੋਡੇ ਆ ਗਿਆ। ਸੰਤ ਸਿਪਾਹੀ ਸੂਰਮਾ ਦੇ ਮਰਦ ਤਾਂ ਇੱਕੋ ਹੀ ਤੱਕਿਆ ਮੈਂ, ਬਾਕੀ ਤਾਂ ਸਭ ਰਕਾਨਾ ਨੇ। ਸੰਤ ਤਾਂ ਇੱਕੋ ਹੀ ਤੱਕਿਆ ਮੈਂ, ਬਾਕੀ ਤਾਂ ਸਭ ਚੁੱਕਾਨਾ ਨੇ। ਚੜ ਕੇ ਬੁਲਟ ਤੇ ਮੈਂ ਮੋਗੇ ਆ ਗਿਆ, ਝੁੱਕ ਗਿਆ ਸੀਸ ਜਦੋਂ ਰੋਡੇ ਆ ਗਿਆ। ਸੰਤ ਸਿਪਾਹੀ ਸੂਰਮਾ ਦਲੇਰਿਆ, ਲੋਕੀ ਜਿਹਨੂੰ ਕਹਿੰਦੇ ਭਿੰਡਰਾਂ ਦਾ ਸ਼ੇਰਿਆ। ਸੂਰਮਾ ਸੀ ਉਹ ਵੀ ਬੜਾ ਪੱਕਾ ਹਿੰਡ ਦਾ, ਗੁਰਜੰਟ ਸਿੰਘ ਚੇਤੇ ਆਇਆ ਬੁੱਧ ਸਿੰਘ ਦਾ। ਮਲੋਏ ਵਿੱਚ ਜੰਮਿਆ ਬੇਅੰਤ ਸੂਰਮਾ, ਮਲੋਏ ਵਿੱਚ ਜੰਮਿਆ ਬੇਅੰਤ ਸੂਰਮਾ, ਤੇ ਇੰਦਰਾ ਨੂੰ ਜਿਹਨੇ ਜਾਣ ਦਿੱਤਾ ਦੂਰਨਾ। ਮਾਧੇ ਦੇ ਸਿੱਖਾਂ ਨੂੰ ਜਿਸ ਉੱਤੇ ਮਾਣ ਸੀ ਉਹਦਾ ਨਾਮ ਜੁਗਰਾਜ ਆਖਦੇ ਤੂਫਾਨ ਸੀ। ਸੁਣੇ ਉਹਦੇ ਚਰਚੇ ਸੀ ਪਾਸੇ ਝਾਰੇ ਮੈਂ, ਸੁਣੇ ਉਹਦੇ ਚਰਚੇ ਸੀ ਪਾਸੇ ਝਾਰੇ ਮੈਂ, ਮਿੱਟੀ ਮੱਥੇ ਲਾਈ ਪਹੁੰਚ ਕੇ ਹਵਾਰੇ ਮੈਂ। ਚੌਂਕ ਵਿੱਚ ਖੜ ਵੈਰੀ ਨੂੰ ਲਲਕਾਰਦਾ ਤੇ ਛੰਦੜਾਂ ਏ ਪਿੰਡ ਯੋਧੇ ਰਸ਼ ਪਾਲਦਾ। ਕਿੰਨੇ ਸਾਰੇ ਪਿੰਡ ਘੁੰਮਣੋਂ ਮੈਂ ਰਹਿ ਗਿਆ ਜੀ, ਫੇਰ ਉਹਨਾਂ ਸਿੰਘਾਂ ਦੇ ਖਿਆਲੀ ਪੈ ਗਿਆ। ਮੰਗਦਾ ਹਾਂ ਮਾਫ਼ੀ ਸੋਢੀ ਤੇ ਜਟਾਣੇ ਤੋਂ, ਨਾਲੇ ਬਲਵੰਤ ਸਿੰਘ ਰਾਜੋਆਣੇ ਤੋਂ, ਜਿਨ੍ਹਾਂ ਦੇ ਮੈਂ ਪਿੰਡ ਵੱਲ ਜਾ ਨਾ ਸਕਿਆ। ਭਾਈ ਸੁੱਖੇ ਦੇ ਵੀ ਮਾਪਿਆਂ ਨੂੰ ਜਾ ਨਾ ਤੱਕਿਆ, ਗਹਿ ਗੱਚ ਵਾਲੀ ਜੰਗ ਦੀਆਂ ਥਾਵਾਂ ਨੂੰ ਭੁੱਲ ਜਾਵਾਂ ਕਿਵੇਂ, ਵਿਹਲੇ ਦੇ ਭਰਾ ਭੁੱਖੀ ਡੈਣ ਵਾਂਗੂ ਜਿਹਨੇ ਮੂੰਹ ਅੱਡਿਆ, ਜੰਗ ਸਭਰਾਵਾਂ ਵੇਲੇ ਵੀ ਨਾ ਰੱਜਿਆ। ਉਹ ਹਰੀ ਕੇ ਪੱਤਨ ਦਰਿਆ ਚੰਦਰਾ, ਲੱਖਾਂ ਹੀ ਸਾਡੇ ਯੋਧੇ ਖਾ ਗਿਆ ਚੰਦਰਾ। ਇਹ ਸਿੱਖੀ ਜੰਮੀ ਕੁਰਬਾਨੀਆਂ ਦੇ ਦੌਰ ਚੋਂ ਮੈਂ ਇਹੋ ਕੁਝ ਸਿੱਖਿਆ ਏ ਚਮਕੌਰ ਤੋਂ। ਇਸ ਪਿੱਛੋਂ ਮੈਂ ਆਨੰਦਪੁਰ ਆ, ਇਸ ਪਿੱਛੋਂ ਮੈਂ ਆਨੰਦਪੁਰ ਆ ਗਿਆ, ਜਿੱਥੋਂ ਕੁਰਬਾਨੀਆਂ ਦਾ ਧੋਰਿਆ ਗਿਆ। ਲੋਕੀ ਕਹਿੰਦੇ ਉਹਨੇ ਪੁੱਤ ਚਾਰ ਵਾਰੇ ਨੇ ਮਜਾਇਲ ਸਿੰਘਾਂ, ਉਹਨੇ ਕਈ ਹਜ਼ਾਰ ਵਾਰੇ ਨੇ ਚੰਦਰੀਆਂ ਨਜ਼ਰਾਂ ਪੰਜਾਬ ਖਾ ਲਿਆ। ਕਰਦੇ ਤੂੰ ਮੇਰ ਹੁਣ ਬਾਜਾਂ ਵਾਲਿਆ, ਕਰਦੇ ਤੂੰ ਮੇਰ ਹੁਣ ਬਾਜਾਂ ਵਾਲਿਆ। ਜਿਹੜੇ ਡਰਦੇ ਸੀ ਪੰਜਾਬ ਆਉਣ ਵੇਲੇ, ਅੱਜ ਉਹ ਕਬਜ਼ਾ ਪੰਜਾਬ ਤੇ ਕਰੀ ਜਾਂਦੇ। ਰੋਕਣਾ ਸੀ ਤੇਰੇ ਸਿੰਘ ਸੂਰਿਆਂ ਨੇ ਤਾਂ ਆਪਸ ਵਿੱਚ ਹੀ ਲੜੀ ਜਾਂਦੇ। ਤੇਰੀ ਬਾਣੀ ਤੇ ਰੋਜ਼ ਵਿਵਾਦ, ਤੇਰੀ ਬਾਣੀ ਤੇ ਰੋਜ਼ ਵਿਵਾਦ ਉੱਠਦੇ। ਧੜੇ ਬਾਜੀ ਦਾ ਭੂਤ ਸਵਾਰ ਹੋਇਆ, ਬਾਜਾਂ ਵਾਲਿਆ ਕੌਮ ਤੇ ਕਰੀ ਕਿਰਪਾ, ਤੇਰੀ ਕੌਮ ਦਾ ਮੰਦਰਾ ਹਾਲ ਹੋਇਆ, ਤੇਰੀ ਕੌਮ ਦਾ ਮੰਦਰਾ ਹਾਲ ਹੋਇਆ। ਗੁਰਮੁਖੋ ਤੁਹਾਨੂੰ ਇੱਕ ਸੱਭਿਆਚਾਰ ਦੇ ਨਾਂ ਤੇ ਨਗਮਾ ਪਰੋਸਿਆ ਜਾਂਦਾ, ਉਹ ਕਹਿੰਦੇ ਮੇਰੀ ਜੁਗਨੀ ਦੇ ਧਾਗੇ ਪੱਗੇ ਤੇ ਜੁਗਨੀ ਉਹਦੇ ਮੂੰਹੋਂ ਫੱਬੇ ਜੀ ਨੂੰ ਸੱਟ ਸ਼ਕਦੀ ਲੱਗੇ। ਸੁਣੀ ਹੋਣੀ ਆ ਜੀ ਸਾਰਿਆਂ ਨੇ, ਇੱਕ ਜੁਗਨੀ ਤੁਹਾਨੂੰ ਅਸੀਂ ਸੁਣਾ ਕੇ ਜਾਣੀ ਆ। ਸਾਡੇ ਵਾਲੀ ਜੁਗਨੀ ਦੇ ਧਾਗੇ ਧੁਗੇ ਤਾਂ ਨੀ ਪਤਾ ਬੱਗੇ ਆ ਕਿ ਕਾਲੇ ਆ, ਸਾਡੇ ਵਾਲੀ ਦੇ ਵਿੱਚ ਐਡੇ ਐਡੇ 28 ਖੱਟੇ ਜੇ ਰੰਗ ਦੇ ਰੌਂਦ ਪੈਂਦੇ ਆ, ਡੇਢ ਕੁ ਫੁੱਟ ਦਾ ਉਹਦਾ ਕੱਦ ਆ, 50 ਕੁ ਗਾਇ ਦੀ ਉਹਦੀ ਮਾਰ ਆ, ਤੇ ਇਹਨਾਂ ਜੁਗਨੀ ਉਹਨਾਂ ਹੱਥਾਂ ਵਿੱਚ ਨੀ ਫੱਬਦੀ ਜਿਹਨਾਂ ਨੂੰ ਇਸ਼ਕ ਉਸ਼ਕ ਦੇ ਰੰਗ ਲੱਗੇ ਆ। ਸਾਡੇ ਵਾਲੀ ਜੁਗਨੀ ਉਹਨਾਂ ਹੱਥਾਂ ਵਿੱਚ ਫੱਬਦੀ ਆ ਜਿਹੜੇ ਨੇ ਪੜਦੇ ਨੇ ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਭਾਤ ਬਚਾਵੈ, ਸਤ ਸਨੇਕ ਚਲਾਵਤ ਕਾਵ ਤੌਤਨ ਏਕ ਨਾ ਲਾਗਣ ਪਾਵੈ, ਰਾਖਤ ਹੈ ਅਪਨਾ ਕਰ ਦਇਆ ਕਰ ਪਾਪ ਸਮੂਹ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੂੰ ਸੋ ਸੋ ਪੇਟ ਹੀ ਕੇ ਬਟ ਬੀਜ ਬਚਾਵੈ। ਇਹ ਜੁਗਨੀ ਉਹਨਾਂ ਹੱਥਾਂ ਵਿੱਚ ਫੱਬਦੀ ਆ ਜਿਹੜੇ ਕਹਿੰਦੇ ਨੇ ਖੰਡ ਬਿਹੰਡਨ ਖਲਦਲ ਖੰਡਨ ਅਤਰਨ ਮੰਡੰਗ ਬਰਮੰਡੰ ਕੁਜਦਨ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਣ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲਬਿਖ ਹਰਨੰ ਅਸ ਸਰਨੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤ ਪਾਰਨ ਜੈ ਤੇਗੰ ਜੈ ਤੇਗੰ ਜੈ ਤੇਗੰ। ਕਿ ਜੁਗਨੀ ਉਹਨਾਂ ਹੱਥਾਂ ਵਿੱਚ ਫੱਬਦੀ ਜਿਹੜੇ ਕਹਿੰਦੇ ਨੇ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਹਿਬ ਸੋਹੀ ਸਹਿਤੀ ਯਹ ਹਮਾਰਾ ਪੀਰ। ਇਹ ਜੁਗਨੀ ਉਹਨਾਂ ਹੱਥਾਂ ਵਿੱਚ ਫੱਬਦੀ ਆ ਜਿਹੜੇ ਕਹਿੰਦੇ ਦੇਹ ਸ਼ਿਵਾ ਬਰ ਮੋਹ ਇਹ ਸ਼ੁਭ ਕਰਮਨ ਤੇ ਕਬਹੂ ਨਾ ਡਰੋ ਨਾ ਡਰੋ।
ਸੋਜ ਬਜਾਏ ਲਰੋਂ ਨਿਸ਼ਚੈ ਕਰ ਆਪਣੀ ਜੀਤ ਕਰੋਂ ਅਰ ਸਿੱਖ ਹੋਂ ਆਪਣੇ ਹੀ ਮਨ ਕੋ ਹਿਲਾਲ ਚਹੋਂ ਗੁਣ ਕਉ ਚਰੋਂ ਜਬ ਆਵ ਕੀ ਔਦ ਨਿਧਾਨ ਬਣੈ ਅਤ ਹੀਰਨ ਮੈਂ ਤਬ ਜੋ ਜੋ ਇਸ ਜੁਗਨੀ ਨੇ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਗੇੜੇ ਦੇ ਕੇ ਸਰਕਾਰ ਦੀ ਨੱਕ ਵਿੱਚ ਦਮ ਕਰਕੇ ਰੱਖਿਆ ਕਿਸ ਤਰ੍ਹਾਂ ਆਓ ਜੁਗਨੀ ਗੇੜੇ ਕੱਢਦੀ ਘੁੰਮਦੀ ਪਿੰਡ ਤੇ ਸ਼ਹਿਰ ਜੋ ਵੈਰ ਕਮਾਉਂਦੇ ਕੌਮ ਨਾ ਕੜਦੀ ਵਿੱਚ ਦੀ ਫੈਰ ਜੁਗਨੀ ਤੁਰ ਦਿੱਲੀ ਨੂੰ ਗਈ ਤੇ ਉੱਥੇ ਦੋ ਤਿੰਨ ਮਹੀਨੇ ਰਹੀ ਉਹ ਪਹਿਲਾਂ ਨਰਕ ਧਾਰੀ ਨੂੰ ਪਈ ਤੇ ਚੱਕਦਾ ਨਾਲ ਉਹਦਾ ਗੜਵਈ ਉਹ ਵੀਰ ਮੇਰਿਆ ਜੁਗਨੀ ਬਾਬਲ ਦੀ ਰਣਜੀਤ ਸਿੰਘ ਤੇ ਕਾਬਲ ਦੀ ਓ ਜਾਣੇ ਲਾੜਾ ਜਗਤ ਨਰੈਣ ਹੋ ਲਾੜਾ ਜਗਤ ਨਰੈਣ ਪਛਾਣੇ ਨਛੱਤਰ ਸਵਰਨ ਸਿੰਘ ਜਰਵਾਣੇ ਓ ਵੀਰ ਮੇਰਿਆ ਜੁਗਨੀ ਵੀਰ ਮੇਰਿਆ ਜੁਗਨੀ ਲਈ ਫਿਰਦੇ ਇਹਨੂੰ ਭਾਲ ਰਹੇ ਸੀ ਕਈ ਚਿਰ ਦੇ ਕਰੇ ਅਰਦਾਸ ਅੰਬਰਸਰੋਂ ਚੱਲੀ ਪੰਡਤਾਂ ਦੀ ਢਾਲੀ ਜਾ ਕੇ ਬਿੱਲੀ ਉਹ ਕਰਦੀ ਲੀਰਾਂ ਜਵਾਨਾ ਹਿੱਲੀ ਉਹ ਵੀਰ ਮੇਰਿਆ ਜੁਗਨੀ ਸਤਵੰਤ ਦੀ ਤੇ ਦੂਲੇ ਸ਼ੇਰ ਬੇਅੰਤ ਦੀ ਉਹ ਜੁਗਨੀ ਨੇ ਪੂਨੇ ਦਿੱਤਾ ਭਾਸ਼ਣ ਕਹਿੰਦੀ ਕੈਮ ਹੋ ਜੇ ਪ੍ਰਸ਼ਾਸਨ ਪਿੱਛੋਂ ਫੇਰ ਨਾ ਲੋਕੀ ਆਖਣ ਕੇ ਸਿੰਘ ਥੋੜਾ ਦਿੰਦੇ ਰੱਛ ਨੀ ਉਹ ਵੀਰ ਮੇਰਿਆ ਜੁਗਨੀ ਜਿੰਦੇ ਦੀ ਸੁਣ ਲੇਰ ਵੈਦਿਆ ਡਿੰਗੇ ਦੀ ਜੁਗਨੀ ਚੰਟ ਦੀ ਬੁੱਧ ਸਿੰਘ ਵਾਲੇ ਗੁਰਜੰਟ ਦੀ ਉਹ ਜੁਗਨੀ ਬੈਂਕ ਦੇ ਮੂਹਰੇ ਬੁਕੇ ਨਾ ਕਿਸੇ ਰੋਕਿਆ ਰੁਕੇ ਪੌਣੇ ਛੇ ਕਰੋੜ ਸੀ ਲੁੱਟੇ ਪਰ ਬੋਲਿਆ ਨੋਟ ਸੀ ਚੁੱਕੇ ਬਈ ਜੁਗਨੀ ਨੇ ਮਾਰਿਆ ਜਾਦੂ ਆ ਹੁਣ ਨੋਟਾਂ ਵਿੱਚ ਵੀ ਵਾਦੂ ਆ ਉੱਡ ਗਏ ਚਾਰੇ ਜੀਪ ਤੇ ਟਹਿਰਿਓ ਵੀਰ ਮੇਰਿਆ ਜੁਗਨੀ ਬ੍ਰਹਮੇ ਦੀ ਅਵਤਾਰ ਸਿਉਂ ਸੂਰੇ ਜੰਮੇ ਦੀ ਉਹ ਜੁਗਨੀ ਮੁਕਸਰ ਝੋਲੀ ਅੱਡੀ ਸੈਂਸੀ ਸਿੰਘਾਂ ਚੜਾਤਾ ਗੱਡੀ ਸੜਕ ਵਿਚਾਲੇ ਪਿਆ ਮੂੰਹ ਅੱਡੀ ਟੁੱਟ ਗਈ ਧੌਣ ਦੀ ਬਣ ਕੇ ਹੱਡੀ ਉਹ ਵੀਰ ਮੇਰਿਆ ਜੁਗਨੀ ਮੌਜੀ ਦੀ ਅੰਬਰਸਰ ਵਾਲੇ ਫੌਜੀ ਦੀ
ਵਿੱਚ ਵੀ ਗਈ ਅਤੇ ਭੱਜ ਦੀ ਜੰਦ ਸਾਰੀ ਗੱਲ ਭੱਜ ਦੀ ਜੰਦ ਸਾਰੀ ਗੱਲ ਸਹੀ ਅਤੇ ਕੁੱਟਿਆ ਦੀਦਾਰ ਸੰਧੂ ਕੁੱਟਿਆ ਦੀਦਾਰ ਸੰਧੂ ਗਵਈਆ ਤੇ ਨੂਰੀ ਤਰਲੇ ਪਾਉਂਦੀ ਰਹੀ ਆ ਓਏ ਵੀਰ ਮੇਰੇ ਆਹ ਜੁਗਨੀ ਵੀਰ ਮੇਰੇ ਆਹ ਜੁਗਨੀ ਖੇਲਦੀ ਆਏ ਠਾਣੇ ਚੂੜ ਬਘੇਲ ਦਿਆ ਜੁਗਨੀ ਫਿਰਦੀ ਰਹੀ ਹਰਿਆਣੇ ਪਾ ਕੇ ਕਈ ਤਰ੍ਹਾਂ ਦੇ ਉਹ ਪਾ ਕੇ ਕਈ ਤਰ੍ਹਾਂ ਦੇ ਬਾਣੇ ਲੱਭਦੀ ਭਜਨੇ ਦੇ ਉਹ ਲੱਭਦੀ ਭਜਨੇ ਦੇ ਟਿਕਾਣੇ ਦਾ ਸੁਰਿੰਦਰ ਸੋਢੀ ਜਾਣੇ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਬੋਲ ਪਈ ਸਰਵੜਤਾ ਲਾਸ਼ ਰਹੀ ਕੋਲ ਪਈ ਧੌਣ ਚੋਂ ਕੱਢਦੀ ਕਿਲੇ ਕੱਲ ਮੋੜ ਦੋ ਪਾਣੀ ਵਾਲੇ ਮੋੜ ਦੋ ਪਾਣੀ ਵਾਲੇ ਪਿੱਲ ਗਈ ਰੂਹ ਸੈਂਟਰ ਦੀ ਉਦੋਂ ਹਿੱਲ ਰੋਕਦੀ ਜਦੋਂ ਐਸ ਵਾਈ ਰੋਕਦੀ ਜਦੋਂ ਐਸ ਵਾਈ ਐਲਿਓ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਜਰਵਾਣੇ ਦੀ ਪਾਈ ਚੰਨੇ ਤੇ ਬੱਬਰ ਜਟਾਣੇ ਦੀ ਉਹ ਜੁਗਨੀ ਜੰਮੀ ਠਤਰ ਵਿਸਾਖੀ ਦੀ ਇਹ ਜਾਮਣ ਕੌਮ ਦੀ ਇਹ ਜਾਮਣ ਕੌਮ ਦੀ ਰਾਖੀ ਦੀ ਨਿਗਾਹ ਰੱਖਦੀ ਵਰਦੀ ਨਿਗਾਹ ਰੱਖਦੀ ਵਰਦੀ ਖਾਕੀ ਦੀ ਰਹਿਣ ਕਸਰ ਵੀ ਕੱਢ ਦੂ ਬਾਕੀ ਦੀ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਯਾਰਾਂ ਦੀ ਡੋਡਾ ਵਾਲੇ ਸਰਦਾਰਾਂ ਦੀ ਜੁਗਨੀ ਮੂੰਹ ਸੀ ਮਸਾਂ ਵਿਖਾਇਆ ਤੇ ਸਿਰਸੇ ਵਾਲੇ ਤੇ ਬੰਬ ਸਿਰਸੇ ਵਾਲੇ ਤੇ ਬੰਬ ਲਾਇਆ ਨਾਲੇ ਰੁਲਦਾ ਵੀ ਬੜਕਾਇਆ ਜਿਸਨੇ ਕੌਮ ਨੂੰ ਗਹਿਣੇ ਜਿਸਨੇ ਕੌਮ ਨੂੰ ਗਹਿਣੇ ਪਾਇਆ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਸੰਗ ਦੀ ਪੀ ਐਚ ਡੀ ਤੇ ਬਾਬੇ ਨਿਹੰਗ ਦੀ ਉਹ ਜੁਗਨੀ ਇਟਲੀ ਵੱਲੋਂ ਆਈ ਨਾਲ ਕੈਨੇਡਾ ਦਾ ਇੱਕ ਨਾਲ ਕੈਨੇਡਾ ਦਾ ਇੱਕ ਬਾਈ ਰੌਣਕ ਚਿਰ ਪਿੱਛੋਂ ਸੀ ਰੌਣਕ ਚਿਰ ਪਿੱਛੋਂ ਸੀ ਲਾਈ ਸ਼ਾਮਤ ਜਨ ਸੰਘੀਆਂ ਦੀ ਆਈ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਜੇਰੇ ਦੀ ਨਵੇਂ ਗੱਭਰੂ ਬੱਗੇ ਸ਼ੇਰੇ ਦੀ ਹੋ ਪ੍ਰਵਾਨ ਕਰੋ ਮੈਂ ਮਾਫ਼ੀ ਚਾਹੁੰਦਾ ਸੰਗਤ ਕੋਲੋਂ ਕਿ ਜਿੰਨਾ ਮੈਨੂੰ ਪ੍ਰਬੰਧਕ ਸਾਹਿਬਾਨ ਨੇ ਸਮਾਂ ਦਿੱਤਾ ਸੀ ਮੈਂ ਉਸ ਤੋਂ ਉੱਪਰ ਦੀ 10 ਮਿੰਟ ਲੈ ਗਿਆ ਹੈ ਤੇ ਆਪਣੇ ਇਸ ਵਾਦ ਘਾਟ ਦੇ ਵਿੱਚ ਜੋ ਭੁੱਲਾਂ ਹੋ ਗਈਆਂ ਹੁਣ ਅਣਜਾਣ ਬੱਚੇ ਸਮਝ ਕਰ ਮਾਫ਼ ਕਰਨਾ ਗੁਰੂ ਤੇ ਸੰਗਤ ਬਖਸ਼ਣ ਜੋਗਾ ਜੀ ਬਖਸ਼ ਲੈਣਾ ਆਓ ਸਾਰੀ ਸੰਗਤ ਇੱਕ ਵਾਰ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਯਾਦ ਕਰਕੇ ਕੌਮ ਦੇ ਸਮੁੱਚੇ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਉੱਚੀ ਆਵਾਜ਼ ਦੇ ਵਿੱਚ ਜਪੀਏ ਜੀ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਏ ਸੀਸ ਅਮਾਨਤ ਸਤਿਗੁਰ ਦੀ ਸਤਿਗੁਰ ਦੇ ਲੇਖੇ ਲੱਗ ਜਾਵੇ
ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਗੁਰਮੁਖੋ ਇਹਨਾਂ ਸ਼ਬਦਾਂ ਦੇ ਅਰਥ ਬੜੇ ਸਪਸ਼ਟ ਆ ਗੱਲ ਸਮੇਂ ਨੇ ਆਪਣੀ ਆਖ ਦਿੱਤੀ ਤੇ ਅਰਥ ਕੱਢਣਾ ਕੰਮ ਜਵਾਨੀਆਂ ਦਾ ਕੌਮ ਉਸ ਨੂੰ ਕਦੇ ਨਹੀਂ ਮਾਫ਼ ਕਰਦੀ ਜਿਹੜਾ ਮੁੱਲ ਨਾ ਪਾਵੇ ਕੁਰਬਾਨੀਆਂ ਦਾ ਸਾਰੇ ਸੰਗ ਸੂਝਵਾਨਾਂ ਦੋਵੇਂ ਹੱਥ ਜੋੜ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾਂ ਦੇ ਚਰਨਾਂ ਤੇ ਅਰਦਾਸ ਕਰਿਓ ਸੰਗਤ ਦੀ ਅਰਦਾਸ ਕਦੇ ਵੀ ਵਿਅਰਥੀ ਨਹੀਂ ਜਾਂਦੀ ਆਪਣੇ ਲਈ ਨਹੀਂ ਤੇ ਸਾਡੇ ਗਰੀਬਣਾਂ ਲਈ ਜ਼ਰੂਰ ਕਰਿਓ ਕਿ ਸਾਡੇ ਜਿਹੜੇ ਆ ਤੂੜੀ ਦੇ ਭਰੇ ਸਹਿਰ ਆ ਇਹ ਗੁਰੂ ਗ੍ਰੰਥ ਦੇ ਲੇਖੇ ਲੱਗ ਜਾਣ ਗੁਰੂ ਪੰਥ ਦੇ ਲੇਖੇ ਲੱਗ ਜਾਣ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਹੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦਾ ਬਲਾਓ ਫਤਿਹ ਤੇ ਪਾਓ ਫਤਿਹ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।